बोले सोनिहाल परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर संध्या दे इस गुरमुख दीवान की आप जी हाजरी पा रहे हो। हजूर दे इस दरबार दे हजूरी कीर्तनी भाई साहब भाई बूटा सिंह जी अमृत गुरबाणी कीर्तन सरवण करा रहे सन। आप संगत की आसीस नाल इस स्थान ते एक संध्या दे दीवान की हाजरी भरन का अवसर हजूर ने बख्शिश किया है। उंज तां आप विच काफी संगी ओ बैठे ने जो पिछले दिनों तो फ्रिजनों दे इस इलाके विच जिस स्थान ते भी हजूर दी शब्द विचार कीती गई उस सुनदे आ रहे, पर जेड़े सत संगी इस स्थान ते केवल अज आए ने उन्हां दी जानकारी लई मैं सिर्फ एक बेनती आरंभ च करांगा कि यह वरा जिहड़ा निकल रहा है ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੈ। 1621 ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਹੋਇਆ, ਜਿਸ ਲਈ ਆਮ ਅਸੀਂ ਸ਼ਬਦ ਜਨਮ ਵੀ ਵਰਤ ਲੈਂਦੇ ਹਾਂ। 1621 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਅਸਥਾਨ ਤੇ ਜਿੱਥੇ ਹਰਿਮੰਦਰ ਸਾਹਿਬ ਆਪ ਦਰਸ਼ਨ ਕਰਦੇ ਹੋ, ਇਸ ਸਰੋਵਰ ਤੋਂ ਇਲਾਵਾ 4 ਸਰੋਵਰ ਹੋਰ ਨੇ। 5 ਸਰੋਵਰ ਨੇ ਅੰਮ੍ਰਿਤਸਰ ਸਾਹਿਬ ਅੰਦਰ, ਉਸ ਵਿੱਚ ਸੰਤੋਖ ਸਾਹਿਬ, ਅੰਮ੍ਰਿਤਸਰ, ਕੌਲ ਸਰ, ਬਵੇਕ ਸਰ ਔਰ ਰਾਮ ਸਰ ਹੈ। ਉਸ ਤੋਂ ਇਲਾਵਾ ਸ਼ਹੀਦਾਂ ਦੇ ਗੁਰੂ ਦੇ ਸਿੱਖਾਂ ਦੇ ਅਸਥਾਨ ਨੇ, ਪਰ ਉੱਥੇ ਇੱਕ ਅਸਥਾਨ ਹੈ ਜਿਹਨੂੰ ਅਸੀਂ ਗੁਰਦੁਆਰੇ ਨੂੰ ਗੁਰੂ ਕਾ ਮਹਿਲ ਕਹਿੰਦੇ ਹਾਂ। ਤੇ ਮੈਂ ਹਰ ਜਗ੍ਹਾ ਇਹ ਬੇਨਤੀ ਕਰਦਾ ਆ ਰਿਹਾ, ਜਦੋਂ ਵੀ ਆਪ ਭਾਰਤ ਜਾਓ, ਪੰਜਾਬ ਜਾਓ, ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਦਰਸ਼ਨ ਕਰਦੇ ਹੋ, ਉੱਥੇ ਗੁਰੂ ਕੇ ਮਹਿਲ ਦੇ ਦਰਸ਼ਨ ਜ਼ਰੂਰ ਕਰਿਓ। ਗੁਰੂ ਰਾਮਦਾਸ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਉੱਥੇ ਗੁਰੂ ਜੋਤ ਨੇ
ਤਕਰੀਬਨ 58 ਸਾਲ ਆਪਣਾ ਵਸੇਬਾ ਰੱਖਿਆ, ਆਪਣਾ ਘਰ ਬਣਾਇਆ ਹੈ ਉਸ ਨੂੰ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਟੇ ਬਾਬਾ ਅਟਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਔਰ ਹਜ਼ੂਰ ਦੀ ਬੇਟੀ ਬੀਬੀ ਗੋਰੀ ਵੀਰੋ ਜੀ ਦਾ ਜਨਮ ਹੋਇਆ ਤੇ ਉਸੇ ਗੁਰੂ ਕੇ ਮਹਿਲ ਸਨ 1621 ਨੂੰ 9ਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਹੋਇਆ। ਉਹ ਹਜ਼ੂਰ ਦੀ ਜਨਮ ਸਥਾਨ ਹੈ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਕਰੀਬਨ 9 ਸਾਲ ਦੇ ਕਰੀਬ ਬਚਪਨ ਦਾ ਸਮਾਂ ਬਤੀਤ ਕੀਤਾ ਹੈ ਤੇ ਮੈਂ ਤਾਂ ਆਪ ਨੂੰ ਬੇਨਤੀ ਕਰ ਰਿਹਾ ਵੀ ਇਸ ਵਾਰੇ ਮੇਰੇ ਮਨ ਚ ਹੈ ਕਿ 59 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ 15 ਰਾਗਾਂ ਵਿੱਚ ਉਹਨਾਂ ਦੀ ਇਹ ਬਾਣੀ ਹੈ। ਉਸ ਤੋਂ ਇਲਾਵਾ ਜਿਹੜੇ ਅਸੀਂ ਆਮ ਆਪਣੀ ਜ਼ਬਾਨ ਤੇ ਸ਼ਬਦ ਵਰਤਦੇ ਹਾਂ ਭੋਗ ਦੇ ਸ਼ਲੋਕ, ਉਹ ਸਤਿਗੁਰਾਂ ਦੀ ਰਸਨਾ ਤੋਂ 57 ਸ਼ਲੋਕ ਉਚਾਰਨ ਕੀਤੇ ਹੋਏ ਤੇ ਮੇਰੀ ਇਹ ਇੱਛਾ ਸੀ ਸ਼ਲੋਕਾਂ ਦੀ ਵਿਚਾਰ ਪਿਛਲੇ ਸਾਲ ਲੌਕਡਾਊਨ ਮੈਂ ਘਰ ਤੋਂ ਹੀ ਸੰਗਤ ਦੀ ਸੇਵਾ ਲਈ ਕਰ ਚੁੱਕਾ ਹਾਂ ਤੇ ਫਿਰ ਸੀ ਜਿਹੜੇ 59 ਸ਼ਬਦ ਨੇ ਮਹਾਰਾਜ ਜੀ ਦੇ ਇਹਨਾਂ ਦੀ ਵਿਆਖਿਆ ਆਪ ਸੰਗਤ ਨਾਲ ਲੜੀਵਾਰ ਸਾਂਝੀ ਕਰ ਸਕਾਂ। ਅਮਰੀਕਾ ਗੁਰਦੁਆਰਾ ਸੈਨ ਹੋਜ਼ੇ ਤੋਂ ਸ਼ੁਰੂ ਕੀਤੀ ਹੈ, ਫਰੀ ਮਾਊਂਟ ਐਲ ਸਬਰਾਂਟੇ ਟਰੇਸੀ, ਉਸ ਤੋਂ ਬਾਅਦ ਆਪ ਜੀ ਦੇ ਇਸ ਇਲਾਕੇ ਫਰਿਜਨੋ ਵਿੱਚ ਹੁਣ ਤੱਕ ਅਸੀਂ ਜੈਸਰੀ ਰਾਗ ਤੱਕ ਹਜ਼ੂਰ ਦੇ ਸ਼ਬਦ ਵਿਚਾਰ ਚੁੱਕੇ ਹਾਂ। ਅੱਜ ਆਪ ਜੀ ਨੇ ਜਿਹੜੇ ਸ਼ਬਦ ਦਾ ਪਾਠ ਸਰਵਣ ਕੀਤਾ ਇਹ ਜੈਸਰੀ ਰਾਗ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਆਖਰੀ ਸ਼ਬਦ ਹੈ। ਜੇ ਸਕਰੀਨ ਤੇ ਚੱਲ ਸਕੇ ਚਲੋ ਜੇ ਨਹੀਂ, ਕਿਉਂਕਿ ਜਿਹੜੀ ਬਾਣੀ ਸ਼ਬਦ ਦੀ ਵਿਚਾਰ ਹੈ ਨਾ ਜੀ, ਜਿਵੇਂ ਭਾਈ ਸਾਹਿਬ ਕੀਰਤਨ ਕਰਦੇ ਆ ਤੇ ਕੀਰਤਨ ਵਿੱਚ ਆਪ ਸ਼ਬਦ ਸਕਰੀਨ ਤੇ ਦੇਖਦੇ ਹੋ ਤੇ ਮੇਰਾ ਪਿਛਲੇ ਦਿਨਾਂ ਤੋਂ ਵੀ ਇਹ ਮਨ ਹੈ ਵੀ ਜਦੋਂ ਸ਼ਬਦ ਦੀ ਕਥਾ ਵੀ ਹੋਵੇ ਤੇ ਉਹ ਸ਼ਬਦ ਜ਼ਰੂਰ ਸਕਰੀਨ ਤੇ ਜੇ ਆ ਜਾਏ ਤੇ ਘੱਟੋ ਘੱਟ ਜਿਹੜੀ ਸੰਗਤ ਹੈ ਅਰਥ ਕਰਨ ਵਾਲਾ ਜਦੋਂ ਅਰਥ ਕਰੇ ਤੇ ਉਹਨੂੰ ਸੰਗਤ ਨੂੰ ਇਹ ਸਮਝ ਪੈ ਜਾਏ ਕਿ ਆਪਾਂ ਕਿਹੜੇ ਸ਼ਬਦ ਦੀ ਵਿਚਾਰ ਕਰਦੇ, ਉਸ ਦਾ ਇੱਕ ਕਾਰਨ ਹੈ। ਮੈਂ ਆਪ ਨੂੰ ਆਰੰਭ 'ਚ ਵੀ ਬੇਨਤੀ ਕਰਦੇ ਹਾਂ ਕਿ ਆਪ ਸੰਗੀ ਬੈਠੇ ਹੋਏ ਨਹੀਂ ਕਿ ਤੁਹਾਨੂੰ ਬਾਣੀ ਨਹੀਂ ਆਉਂਦੀ ਜਾਂ ਤੁਸੀਂ ਪਾਠ ਨਹੀਂ ਕਰਦੇ, ਮੈਂ ਬਹੁਤ ਸਿਆਣਾ ਹਾਂ। ਜਿਹੜੀ ਸੰਗਤ ਪਾਠ ਨਹੀਂ ਕਰਦੀ, ਮੈਂ ਹੁਣ ਸ਼ਬਦ ਬੋਲੀ ਜਾਂਦਾ, ਜੇ ਉਹਨਾਂ ਦੇ ਸਾਹਮਣੇ ਤੁਕ ਨਹੀਂ ਉਹਨਾਂ ਪਾਠ ਨਹੀਂ ਕੀਤਾ ਤੇ ਮੇਰਾ ਖਿਆਲ ਉਹਨਾਂ ਨੂੰ ਅਰਥਾਂ ਦੇ ਇੰਨੇ ਸਮਝ ਨਹੀਂ ਪਏਗੀ। ਮੈਂ ਜੇ ਕੋਈ ਸਾਖੀ ਸੁਣਾਵਾਂਗਾ ਸਮਝ ਪੈ ਜਾਏਗੀ, ਖੱਬੇ ਸੱਜੇ ਕੋਈ ਗੱਲ ਸੁਣਾਵਾਂਗਾ ਸਮਝ ਪੈ ਜਾਏਗੀ, ਪਰ ਜਦੋਂ ਅਸੀਂ ਸ਼ਬਦ ਨੂੰ ਸਾਹਮਣੇ ਰੱਖ ਕੇ ਉਹਦੇ ਅਰਥ ਦੇਖਾਂਗੇ, ਅਖਰੀ ਅਰਥ ਦੇਖਾਂਗੇ, ਗੁਰਮੁਖੋ ਇਹਦੇ ਨਾਲ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਘੱਟੋ ਘੱਟ ਇਹ ਸਮਝ ਪਏਗੀ ਵੀ ਅੱਜ ਅਸੀਂ ਗੁਰਦੁਆਰੇ ਸੁਣ ਕੇ ਕੀ ਆਏ। ਜੈਸਰੀ ਰਾਗ ਦਾ ਇਹ ਸ਼ਬਦ ਹੈ। ਆਓ, ਮੈਂ ਇਸ ਕਰਕੇ ਆਰੰਭ 'ਚ ਕਿਹਾ ਵੀ ਲੜੀਵਾਰ ਕਥਾ ਚੱਲ ਰਹੀ ਸੀ ਤੇ ਆਪ ਪ੍ਰਬੰਧਕਾਂ ਤੁਸੀਂ ਇਜਾਜ਼ਤ ਵੀ ਲਈ ਹੈ ਕਿ ਉਸੇ ਲੜੀ ਨੂੰ ਇੱਥੇ ਮੈਂ ਆਪ ਜੀ ਦੀ ਸੇਵਾ ਕਰ ਸਕਾਂ। ਜਿਤਨੇ ਆਪ ਸਤਿਗੁਰੂ ਜੀ ਦੀ ਇਸ ਹਜ਼ੂਰੀ ਵਿੱਚ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ, ਆਪ ਜੀ ਅਸੀਸ ਬਖਸ਼ੋ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 703 ਅੰਗ ਉੱਪਰ ਦਰਜ ਹੈ।
ਪਰ ਇਹ 700 ਤੇ 3 ਅੰਗ ਉਹ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਅੱਜ ਕੱਲ ਮਸ਼ੀਨਾਂ ਰਾਹੀਂ ਹੁੰਦੀ ਹੈ। ਜਿਹੜੇ ਹੱਥ ਲਿਖਤ ਸਵਰੂਪ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਦਰਅਸਲ ਉਹਨਾਂ ਸਵਰੂਪਾਂ ਦੇ ਜਿਹੜੇ ਪੱਤਰੇ ਨੇ ਜਿਹਨੂੰ ਅਸੀਂ ਅੰਗ ਕਹਿੰਦੇ ਹਾਂ, ਉਹ ਸਾਰੇ ਇੱਕ ਬਰਾਬਰ ਨਹੀਂ। ਬਾਣੀ ਇੱਕ ਸਾਰ ਹੈ, ਸ਼ਬਦਾਂ ਦੀ ਗਿਣਤੀ ਇੱਕ ਸਾਰ ਹੈ, ਤਰਤੀਬ ਇੱਕ ਸਾਰ ਮਿਲੇਗੀ, ਪਰ ਜਦੋਂ ਕੋਈ ਹੱਥ ਨਾਲ ਲਿਖਦਾ, ਜੇ ਕਲਮ ਮੋਟੀ ਅੱਖਰ ਵੱਡੇ ਵਰਤੇਗਾ ਤੇ ਕਾਗਜ਼ ਜ਼ਿਆਦਾ ਲੱਗੇਗਾ। ਇਹੀ ਕਾਰਨ ਕਿ ਜਦੋਂ ਦਰਬਾਰ ਸਾਹਿਬ ਵਿੱਚੋਂ ਹੁਕਮਨਾਮਾ ਆਉਂਦਾ, ਉਹ ਹੱਥ ਲਿਖ ਸਤਿਗੁਰੂ ਦੇ ਸਵਰੂਪ ਨੇ ਹਸਤ ਲਿਖਤ, ਤੇ ਕਈ ਵਾਰੀ ਅਸੀਂ ਜਦੋਂ 1430 ਅੰਗ ਵਾਲੇ ਹਜ਼ੂਰ ਦੇ ਸਵਰੂਪ ਦੇ ਦਰਸ਼ਨ ਕਰਦੇ ਹਾਂ, ਉਹ ਸ਼ਬਦ ਵਿਚਕਾਰ ਅੰਗ ਦੇ ਹੁੰਦਾ ਤੇ ਮਨ ਚ ਆਉਂਦਾ ਵੀ ਸਿੰਘ ਸਾਹਿਬ ਨੇ ਕਿਵੇਂ ਲਿਆ ਹੋਣਾ ਹੁਕਮਨਾਮਾ, ਇੱਥੇ ਤਾਂ ਵਿਚਕਾਰ ਆਇਆ ਨਹੀਂ। ਪਿਆਰਿਓ, ਹੱਥ ਲਿਖਤ ਸਵਰੂਪ ਜਿਹੜੇ ਨੇ, ਬਾਣੀ ਇੱਕ ਹੈ ਪਰ ਪੱਤਰੇ ਜਿਹੜੇ ਨੇ, ਅੰਗ ਜਿਹੜੇ ਨੇ, ਉਹਨਾਂ ਵਿੱਚ ਅੰਤਰ ਹੁੰਦਾ ਹੈ। ਆਓ, ਆਪ ਜਿਤਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ, ਅਸੀਸ ਬਖਸ਼ੋ ਤਾਂ ਜੋ ਆਪਾਂ ਰਲ ਮਿਲ ਕੇ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਨੂੰ ਵਿਚਾਰ ਸਕੀਏ। ਪਿਆਰ ਅਗਰ ਸਹਿਤ ਅਸੀਸ ਬਖਸ਼ ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਬਖਸ਼ਿਸ਼ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਹਜ਼ੂਰ ਨੇ ਇਸ ਨੂੰ, ਇਸ ਸ਼ਬਦ ਨੂੰ ਜੈਤ ਸਰੀ ਰਾਗ ਵਿੱਚ ਉਚਾਰਨ ਕੀਤਾ ਹੈ। ਭਾਈ ਸਾਹਿਬ ਕੀਰਤਨ ਕਰਕੇ ਹਟੇ ਆ। ਆਪ ਸਭ ਨੂੰ ਪਤਾ ਹੈ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਕਵਿਤਾ ਦੇ ਰੂਪ ਵਿੱਚ ਹੈ, ਪੋਇਟਰੀ ਹੈ, ਪਰ ਇਸ ਨੂੰ ਫਿਰ ਬੇਨਤੀ ਹੈ, ਇਹ ਆਮ ਗੀਤ ਨਹੀਂ, ਇਹ ਆਮ ਕਵਿਤਾ ਨਹੀਂ। ਛੰਦਾਬੰਦੀ ਹੈ, ਪਿੰਗਲ ਹੈ, ਕਵਿਤਾ ਹੈ, ਪਰ ਇਹ ਪ੍ਰਭ ਕੇ ਗੀਤ ਨੇ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਵਿੱਚ ਇਹ ਬਚਨ ਜਿਹੜਾ ਅਸੀਂ ਪੜ੍ਹਦੇ ਹਾਂ। ਹਜ਼ੂਰ ਨੇ ਕਿਹਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭ ਹੈ ਕਹਿਤ ਕਹਿ ਗਿਤ ਸਿਉ ਬੰਧ ਉਚੀਤ, ਅੰਤ ਕਾਲ ਸੰਗੀ ਨੈ ਕੋ ਇਹ ਅਚਜ ਕਹਿ ਰੀਤ, ਮਨ ਮੂਰਖ ਅਜ ਗੁਣੈ ਸਮਝਤ, ਸਿੱਖ ਦੈ ਹਾਰਿਓ ਨੀਤ, ਨਾਨਕ ਭਵਜਲ ਪਾਰ ਪੈ ਜੋ ਗਾਵੈ ਪ੍ਰਭ ਕੇ ਗੀਤ। ਇਹ ਪ੍ਰਭੂ ਦੇ ਗੀਤ ਨੇ, ਰੱਬ ਦੀ ਸਿਮਤ ਹੈ। ਦੂਸਰੀ ਬੇਨਤੀ, ਫਿਰ ਸਾਰੀ ਬਾਣੀ ਸਤਿਗੁਰਾਂ ਨੇ ਕੁਛ ਬਾਣੀ ਨੂੰ ਛੱਡ ਕੇ, ਜਪਜੀ ਸਾਹਿਬ ਉੱਪਰ ਨਾ ਤਾਂ ਮਹੱਲਾ ਹੈ ਤੇ ਨਾ ਜਪਜੀ ਸਾਹਿਬ ਦੀ ਬਾਣੀ ਤੇ ਕਿਸੇ ਰਾਗ ਦੀ ਬੰਦਿਸ਼ ਹੈ। ਜਦੋਂ ਅਸੀਂ ਪਾਠ ਕਰਦੇ ਹਾਂ, ਜਪਜੀ ਸਾਹਿਬ ਦੀ ਬਾਣੀ ਛੰਦਾਬੰਦੀ ਹੈ, ਅਸੀਂ ਪੌੜੀਆਂ ਕਹਿੰਦੇ, ਪਰ ਉਸ ਉੱਪਰ ਰਾਗ ਦੀ ਕੋਈ ਪਾਬੰਦੀ ਨਹੀਂ। ਉਸ ਤੋਂ ਇਲਾਵਾ ਜਿਨ੍ਹਾਂ ਗੁਰਮੁਖਾਂ ਨੇ ਪਾਠ ਕੀਤਾ ਉਹਨੂੰ ਪਤਾ ਹੈ, ਗੁਰੂ ਗ੍ਰੰਥ ਸਾਹਿਬ ਦਾ ਜੋ ਆਖਰੀ ਰਾਗ ਹੈ ਉਹ ਜੈਜਾਬੰਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਉਸ ਤੋਂ ਬਾਅਦ ਸ਼ਲੋਕ ਸਹਿਸਕ੍ਰਿਤੀ ਹੈ, ਸ਼ਲੋਕ ਨਹੀਂ, ਪਰ ਸੱਚ ਇਹ ਹੈ ਕਿ ਉਹਨਾਂ ਸ਼ਲੋਕਾਂ ਉੱਪਰ ਕਿਸੇ ਰਾਗ ਦੀ ਬੰਦਿਸ਼ ਨਹੀਂ। ਫਿਰ ਫੁਨੇ ਨੇ, ਚੌ ਬੋਲੇ ਨੇ, ਕਬੀਰ ਸਾਹਿਬ ਦੇ ਸ਼ਲੋਕ ਨੇ, ਫਰੀਦ ਸਾਹਿਬ ਦੇ ਸ਼ਲੋਕ ਨੇ, ਉਸ ਤੋਂ ਇਲਾਵਾ ਫਿਰ ਮੁੱਖ ਵਾਕ ਸੋਈਏ ਨੇ,
ਭੱਟਾਂ ਦੇ ਸਵਈਏ ਨੇ। ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਸਲੋਕ 12 ਤੇ ਵਧੀਕ ਹੈ। ਉਸ ਤੋਂ ਬਾਅਦ ਅਸੀਂ ਹਜ਼ੂਰ ਦੀ ਬਾਣੀ ਵਿੱਚ ਰਾਗ ਮਾਲਾ ਤੇ ਆ ਕੇ ਸੰਪੰਨਤਾ ਹੁੰਦੀ 1430 ਅੰਗ ਇਸ ਤਰ੍ਹਾਂ ਮੁਕੰਮਲ ਹੁੰਦੇ। ਸਾਰੀ ਬਾਣੀ ਰਾਗਾਂ ਵਿੱਚ ਹੈ। ਕਿਉਂ? ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰਸਿੱਖੋ ਮੈਂ ਹੁਣ ਪੰਜਾਬੀ 'ਚ ਬੋਲ ਰਿਹਾ ਅਤੇ ਜਿਹੜੇ ਬੱਚੇ ਜਾਂ ਜਿਨ੍ਹਾਂ ਨੂੰ ਪੰਜਾਬੀ ਦੇ ਪੁਰਾਣੇ ਅੱਖ ਸ਼ਬਦਾਂ ਦੀ ਨਹੀਂ ਸਮਝ ਉਹ ਮੈਨੂੰ ਸੁਣ ਜ਼ਰੂਰ ਲੈਣਗੇ, ਪਰ ਹੋ ਸਕਦਾ ਮੇਰੀ ਸ਼ਬਦਾਵਲੀ 'ਚੋਂ ਉਹਨਾਂ ਨੂੰ ਇੰਨਾ ਰਸ ਨਾ ਆਏ ਕਿਉਂਕਿ ਉਸ ਸ਼ਬਦ ਤੋਂ ਵਾਕਫ ਹੀ ਨਹੀਂ, ਜਾਣਕਾਰ ਨਹੀਂ ਜੋ ਕੁਝ ਮੈਂ ਬੋਲ ਰਿਹਾ। ਇੱਕ ਬੰਦਾ ਪੰਜਾਬੀ 'ਚ ਬੋਲ ਰਿਹਾ, ਇੱਕ ਗੋਰਾ ਆ ਕੇ ਬੈਠ ਜਾਏ, ਉਹਨੂੰ ਪੰਜਾਬੀ ਦੀ ਸਮਝ ਨਹੀਂ, ਉਹ ਸਾਨੂੰ ਦੇਖ ਕੇ ਗੱਲ ਬੋਲਦੇ ਹਨ ਪਰ ਉਹਨੂੰ ਇਹ ਨਹੀਂ ਪਤਾ ਲੱਗਣਾ ਇਹਨਾਂ ਕੀ ਬੋਲਿਆ। ਉਹਦੇ ਆਪਣੇ ਮਨ ਦੇ ਖਿਆਲ ਉੱਠੀ ਜਾਣਗੇ। ਮੰਨ ਲਓ ਇੱਕ ਬੰਦਾ ਅਰਬਿਕ ਵਿੱਚ ਜਾਂ ਪਰਸ਼ੀਅਨ ਵਿੱਚ ਬੋਲਦਾ, ਫਾਰਸੀ ਵਿੱਚ ਬੋਲਦਾ, ਜੇ ਸਾਨੂੰ ਅਰਬੀ ਫਾਰਸੀ ਦੀ ਸਮਝ ਨਹੀਂ, ਅਸੀਂ ਸੁਣ ਜ਼ਰੂਰ ਲਾਂਗੇ ਪਰ ਸਾਨੂੰ ਸਹੀ ਜਾਣਕਾਰੀ ਨਹੀਂ ਮਿਲੇਗੀ ਜੋ ਕੁਝ ਬੋਲ ਰਿਹਾ ਹੈ। ਇਸ ਦਾ ਮਤਲਬ ਇਹ ਕਿ ਜਦੋਂ ਕੋਈ ਬੰਦਾ ਵਾਰਤਕ ਸ਼ਬਦ ਬੋਲਦਾ, ਡਾਇਲਾਗ ਕਰਦਾ, ਗੱਲਬਾਤ ਕਰਦਾ ਅਤੇ ਉਸ ਦੀ ਸ਼ਬਦਾਵਲੀ ਦਾ, ਉਹਦੇ ਬੋਲ ਦਾ ਸਹੀ ਆਨੰਦ ਉਹ ਲਏਗਾ ਜਿਹਨੂੰ ਬੋਲਣ ਵਾਲੇ ਦੇ ਭਾਸ਼ਾ ਦੀ ਸਮਝ ਹੈ, ਬੋਲੀ ਦੀ ਸਮਝ ਹੈ। ਪਰ ਪਿਆਰਿਓ ਯਾਦ ਰੱਖਿਓ, ਸ਼ਬਦ ਦੀ ਸਮਝ ਨਾ ਵੀ ਹੋਵੇ, ਜਦੋਂ ਭਾਈ ਸਾਹਿਬ ਕੀਰਤਨ ਕਰਨਗੇ ਨਾ, ਵਾਜਾ ਵੱਜੇਗਾ ਜਾਂ ਤੰਤੀ ਸਾਲ ਵੱਜੇਗਾ, ਤਬਲਾ ਵੱਜੇਗਾ, ਇਹ ਗਾਣਗੇ, ਗਾਉਣ ਦੀ ਰਾਗ ਦੀ ਤਸੀਰ ਇਹਨੇ ਕਮਾਲ ਦੀ ਕਹਿ, ਸੰਗੀਤ ਇਹਨੇ ਕਮਾਲ ਦਾ ਕਹਿ, ਸਮਝ ਨਾ ਵੀ ਪਏ ਪਰ ਸੱਚ ਇਹਦੇ ਸੰਗੀਤ ਸਾਡੇ ਅੰਦਰ ਨੂੰ ਆਪਣੇ ਆਪ ਟਿਕਾਣ ਲੱਗ ਪੈਂਦਾ ਹੈ ਕਿਉਂਕਿ ਸੰਗੀਤ ਵਿੱਚ ਇੰਨੀ ਵੱਡੀ ਤਾਕਤ ਹੈ। ਸੰਗੀਤ ਅਸਲ 'ਚ ਬ੍ਰਹਿਮੰਡ ਦੀ ਭਾਸ਼ਾ ਹੈ, ਇਹ ਰੱਬ ਦੀ ਬੋਲੀ ਹੈ, ਜਿਹੜਾ ਨਾਦ ਹੈ। ਮੈਂ ਇਸ ਕਰਕੇ ਬੇਨਤੀ ਕੀਤੀ ਵੀ ਜਦੀ ਵਿਚਾਰ ਹੈ, ਜਦੋਂ ਵੀ ਹੋਵੇ, ਯਤਨ ਕਰੀਏ ਸੰਗਤ ਜੇ ਸੁਣੇ ਤਾਂ ਉਹਨੂੰ ਘੱਟੋ ਘੱਟ ਇਹ ਸਮਝ ਪਏ ਵੀ ਅੱਜ ਅਸੀਂ ਕਿਹੜੇ ਸ਼ਬਦ ਦੀ ਕਥਾ ਸੁਣ ਕੇ ਆਏ। ਅਤੇ ਕਥਾ ਦਾ ਮਕਸਦ ਆਪਾਂ ਸ਼ਬਦ ਦੇ ਦਾਇਰੇ ਵਿੱਚ ਆਏ ਕਿ ਉਹਦੀ ਵਿਆਖਿਆ ਕਰੀਏ। ਅੱਜ ਹੈ ਜੈਤ ਸਰੀ ਮਹੱਲਾ ਨੌਵਾਂ, ਪਾਠ ਹੈ ਮਨ ਰੇ ਸਾਚਾ ਗਹੋ ਬੇਚਾਰੋ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ। ਮਨ ਰੇ ਸਾਚਾ ਗਹੋ ਬੇਚਾਰੋ। ਮਨ ਦੇ ਦਾ ਲਫ਼ਜ਼ੀ ਅਰਥ ਹੈ ਹੇ ਮਨ, ਜਾਂ ਅਸੀਂ ਇਹ ਕਹਾਂਗੇ ਹੇ ਮੇਰੇ ਮਨ। ਸਾਚਾ, ਸਾਚਾ ਦਾ ਲਫ਼ਜ਼ੀ ਅਰਥ ਹੈ ਜਿਸ ਨੇ ਕਦੀ ਖਤਮ ਨਹੀਂ ਹੋਣਾ, ਕਿਉਂਕਿ ਗੁਰਬਾਣੀ ਵਿੱਚ ਸੱਚਾ ਸ਼ਬਦ, ਸਾਚਾ ਸ਼ਬਦ, ਸਤ ਸ਼ਬਦ ਇਹ ਸਾਰੇ ਆਏ। ਮਨ ਰੇ ਸਾਚਾ ਗਹੋ, ਗਹੋ ਦਾ ਲਫ਼ਜ਼ੀ ਅਰਥ ਹੁੰਦਾ ਜੀ ਪਕੜਨਾ। ਅਸਲ 'ਚ ਸ਼ਬਦ ਹੈ ਗਹਿ, ਇਹਨੂੰ ਗਹੋ ਕਹਿ ਲਓ, ਗਹਿ ਕਹਿ ਲਓ, ਗਹੀ ਵੀ ਸ਼ਬਦ ਬਾਣੀ 'ਚ ਆਉਂਦਾ। ਇਹਦਾ ਅਰਥ, ਆਖਰੀ ਅਰਥ ਇਹ ਵੇ ਕਿ ਕਿਸੇ ਚੀਜ਼ ਨੂੰ ਪਕੜਨਾ, ਚੰਗੀ ਤਰ੍ਹਾਂ ਘੁੱਟ ਕੇ ਆਪਣੀ ਗ੍ਰਿਫਤ ਵਿੱਚ ਲੈਣਾ। ਕੋਈ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਪਕੜੀ ਜਾਏ ਉਹ ਸਾਹਮਣੇ ਸਥੂਲ ਦਿਸੇ। ਥੋੜ੍ਹਾ ਜਿਹਾ ਗੁਰਮੁਖੋ ਧਿਆਨ ਨਾਲ ਮੇਰੀ ਬੇਨਤੀ ਸੁਣੀ। ਮੰਨ ਲਓ ਅਸੀਂ ਲੰਗਰ ਦੇ ਵਿੱਚੋਂ ਥਾਲੀ ਪਕੜੀ ਅਤੇ ਉਹਨੂੰ ਵੀ ਸ਼ਬਦ ਕਹਿ ਸਕਾਂਗੇ ਥਾਲੀ ਗਹਿ ਲੈ। ਅਸੀਂ ਮੰਨ ਲਓ ਕਿਸੇ ਬੱਚੇ ਦਾ ਹੱਥ ਪਕੜਿਆ, ਅਸੀਂ ਸ਼ਬਦ ਵਰਤਾਂਗੇ ਇਸ ਦੀ ਬਾਂਹ ਨੂੰ ਗਹਿ ਲੈ, ਦੀ ਬਾਂਹ ਪਕੜ ਲੈ। ਪਿਆਰਿਓ ਕੇਵਲ ਦਿਸ ਦੀਆਂ ਕੋਈਆਂ ਚੀਜ਼ਾਂ ਹੀ ਨਹੀਂ ਪਕੜੀਆਂ ਜਾਂਦੀਆਂ,
ਸੱਚ ਇਹ ਕਿ ਅਣਦਿਸਦੇ ਹੋਏ ਵਿਚਾਰ ਵੀ ਪਕੜੇ ਜਾਂਦੇ ਆ। ਫਿਰ ਸੁਣਿਓ, ਇਹਨਾਂ ਨੂੰ ਵੀ ਪਕੜਿਆ ਜਾਂਦਾ, ਖਿਆਲ ਪਕੜੇ ਜਾਂਦੇ। ਅਸੀਂ ਵੇਖਦੇ ਹਾਂ ਹਰ ਇਨਸਾਨ ਨੇ ਕਿਸੇ ਨਾ ਕਿਸੇ ਦੇ ਥੋਟਸ ਜਾਂ ਕਿਸੇ ਨਾ ਕਿਸੇ ਦੇ ਖਿਆਲ ਵਿਚਾਰ ਜਿਹੜੇ ਨੇ ਉਹ ਆਪਣੇ ਅੰਦਰ ਪੂਰੀ ਤਰ੍ਹਾਂ ਪਕੜੇ ਹੋਏ ਨੇ। ਹਰ ਬੰਦਾ ਜਿਹੜਾ ਤਕਰੀਬਨ ਦੂਜੇ ਦੇ ਖਿਆਲਾਂ ਤੋਂ ਪ੍ਰਭਾਵਿਤ ਹੁੰਦਾ ਤੇ ਉਹਦੇ ਖਿਆਲ ਆਪਣੇ ਅੰਦਰ ਉਹ ਧਾਰਨ ਕਰਕੇ ਰੱਖਦਾ, ਉਹਨੂੰ ਅਸੀਂ ਪਕੜਨਾ ਕਹਾਂਗੇ। ਮੈਂ ਤਾਂ ਕਿਹਾ ਪਕੜਨ ਦੇ ਅਰਥ ਕੇਵਲ ਸਥੂਲ ਨਹੀਂ ਕਿ ਕੱਪੜਾ ਪਕੜਿਆ, ਬਰਤਨ ਪਕੜੇ, ਕੱਪੜਾ ਜਾਂ ਕਿਸੇ ਬੰਦੇ ਨੂੰ ਪਕੜਿਆ। ਪਕੜਨ ਦਾ ਅਰਥ ਹੈ ਕਿ ਅਦ੍ਰਿਸ਼ਟ ਜਿਹੜੇ ਵਿਚਾਰ ਨੇ ਉਹਨਾਂ ਨੂੰ ਆਪਣੇ ਅੰਦਰ ਧਾਰਨ ਕਰ ਲੈਣਾ। ਹੁਣ ਆਹ ਜੋ ਮੈਂ ਬੋਲ ਰਿਹਾ ਹੱਥਾਂ ਨਾਲ ਥੋੜ੍ਹਾ ਪਕੜਿਆ ਜਾਣਾ। ਮੰਨ ਲਓ ਮੈਂ ਸ਼ਬਦ ਵਰਤਿਆ ਰਾਮ ਨਾਮ, ਰਾਮ ਨਾਮ ਤਾਂ ਬੋਲ ਕੇ ਮੈਂ ਜ਼ਬਾਨ ਤੋਂ ਬੋਲਿਆ, ਕੰਨਾਂ ਰਾਹੀਂ ਆਪ ਜੀ ਦੇ ਅੰਦਰ ਜਾਣਾ ਤੇ ਆਪ ਜੀ ਦੇ ਮਨ ਨੇ ਉਹਨੂੰ ਪਕੜ ਲੈਣਾ। ਇਸ ਕਰਕੇ ਮੈਂ ਬੇਨਤੀ ਕਰਾਂਗਾ ਇੱਥੇ ਜਿਹੜਾ ਸ਼ਬਦ ਕਹੇ ਪਹਿਲਾਂ ਮੈਂ ਅਖਰੀ ਅਰਥ ਕਰਾਂਗਾ ਤੁਕਾਂ ਦੇ, ਕਿ ਇਹ ਪਿਛਲੇ ਸਾਲ ਵੀ ਮੈਂ ਜਦੋਂ ਕਥਾ ਕੀਤੀ ਮੈਂ ਇਹ ਹੀ ਸੋਚਣਾ, ਦਰਬਾਰ ਸਾਹਿਬ ਵੀ ਮੈਂ ਯਤਨ ਕਰਨਾ ਕਿ ਪਹਿਲਾਂ ਉਹ ਸ਼ਬਦ ਦੇ ਇੱਕ ਤੁਕ ਦੇ ਜਾਂ ਦੋ ਤੁਕਾਂ ਦੇ ਅਖਰੀ ਅਰਥ ਹੋ ਜਾਣ ਕਿ ਸਾਨੂੰ ਪਤਾ ਇਹ ਹੋਵੇ ਵੀ ਆਪਣੀ ਕਥਾ ਕਿਹੜੇ ਸਬਜੈਕਟ ਤੇ ਹੋ ਰਹੀ ਹੈ, ਸਾਡਾ ਵਿਸ਼ਾ ਕੀ ਹੈ, ਸਾਡਾ ਪ੍ਰਕਰਨ ਕੀ ਹੈ। ਇੱਥੇ ਹੈ ਮਨ ਰੇ ਹੇ ਮੇਰੇ ਮਨ ਸਾਚਾ ਗਹੁ ਵਿਚਾਰਾ। ਇੱਥੇ ਯਾਦ ਰੱਖਿਓ ਬੱਬੇ ਦੇ ਉੱਤੇ ਲਾਂ ਨਹੀਂ ਲੱਗੀ, ਬੱਬੇ ਨੂੰ ਸਿਹਾਰੀ ਹੈ। ਵਿਚਾਰਾ ਇਹਦਾ ਲਫ਼ਜ਼ੀ ਅਰਥ ਅਸੀਂ ਵਿਚਾਰ ਕਰਾਂਗੇ, ਇਹਦਾ ਭਾਵ ਅਰਥ ਹੋ ਗਿਆ ਹੇ ਮਨ ਤੂੰ ਸੱਚੇ ਨਾਮ ਨੂੰ ਆਪਣੇ ਅੰਦਰ ਘੁੱਟ ਕੇ ਪਕੜ, ਇਸ ਚੀਜ਼ ਦੀ ਵਿਚਾਰ ਕਰ। ਜਾਂ ਇਹੋ ਅਰਥ ਨੇ ਹੇ ਮਨ ਤੂੰ ਸੱਚੀ ਵਿਚਾਰ ਨੂੰ ਪਕੜ, ਸੱਚੇ ਗਿਆਨ ਨੂੰ ਪਕੜ। ਕੀ ਸੱਚਾ ਗਿਆਨ ਜੀ? ਕਹਿਣ ਲੱਗੇ ਕਿ ਰਾਮ ਨਾਮ ਬਿਨ ਮਿਥਿਆ ਮਨ, ਰਾਮ ਨਾਮ ਬਿਨ ਮਿਥਿਆ ਮਨ। ਰਾਮ ਦਾ ਲਫ਼ਜ਼ੀ ਅਰਥ ਹੈ ਪਰਮਾਤਮਾ ਵਾਹਿਗੁਰੂ। ਆਪ ਸੰਗਤ ਨੂੰ ਪਿਛਲੇ ਦਿਨੀ ਮੈਂ ਅਰਜ਼ ਕੀਤੀ ਕਿ ਗੁਰਬਾਣੀ ਵਿੱਚ ਜਿਹੜਾ ਰਾਮ ਸ਼ਬਦ ਹੈ, ਲਫ਼ਜ਼ ਹੈ, ਇਹ ਸ਼੍ਰੀ ਰਾਮ ਚੰਦਰ ਜੀ ਲਈ ਵੀ ਆਇਆ ਤੇ ਇਹ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਵਾਸਤੇ ਇੱਕ ਓਂਕਾਰ ਲਈ ਵੀ ਆਇਆ, ਇਉਂ ਕਹੋ ਅਵਤਾਰ ਲਈ ਵੀ ਆਇਆ ਤੇ ਜਿਹੜਾ ਅਵਤਾਰ ਪੈਦਾ ਕਰਨ ਵਾਲਾ ਹੈ ਉਸ ਪਾਰ ਬ੍ਰਹਮ ਲਈ ਵੀ ਆਇਆ। ਜਿਵੇਂ ਮੈਂ ਪਿਛਲੇ ਦਿਨੀ ਅਰਜ਼ ਕੀਤੀ ਕਿ ਰਾਮ ਸ਼ਬਦ ਜੋ ਹੈ ਇਹ ਸਤਯੁਗ ਵਿੱਚ ਵੀ ਪ੍ਰਚਲਿਤ ਸੀ। ਉਂਝ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਜੋ ਹਿਸਟਰੀ ਕਹਿੰਦੀ ਵੀ ਉਹ ਤ੍ਰੇਤੇ ਵਿੱਚ ਹੋਇਆ, ਬਾਣੀ ਨੇ ਕਿਹਾ ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ, ਪਰ ਸਤਯੁਗ ਵਿੱਚ ਵੀ ਸਮੇਂ ਦੀ ਵੰਡ ਅਨੁਸਾਰ ਪ੍ਰਹਿਲਾਦ ਨੇ ਵੀ ਰਾਮ ਜਪਿਆ ਹੈ। ਇਹਦਾ ਮਤਲਬ ਜਦੋਂ ਸ਼੍ਰੀ ਰਾਮ ਚੰਦਰ ਜੀ ਦੀ ਪੈਦਾਇਸ਼ ਵੀ ਨਹੀਂ ਹੋਈ ਤੇ ਰੱਬ ਲਈ, ਵਾਹਿਗੁਰੂ ਲਈ ਜਾਂ ਪਰਮਾਤਮਾ ਲਈ ਰਾਮ ਸ਼ਬਦ ਉਦੋਂ ਵੀ ਵਰਤਿਆ ਜਾਂਦਾ ਸੀ। ਬਾਣੀ ਚ ਇੱਕ ਬਚਨ ਹੁੰਦਾ ਇਹ ਬਸ ਦਾ ਬਸ ਕਿੰਨੀ ਸਭ ਰਾਜੇ ਬਿਨਤੀ ਕਰੇ ਪਟਰਾਣੀ, ਉਹ ਸ਼ਬਦ ਹੈ ਉਹਦੇ ਵਿੱਚ ਕਿ ਸੰਡਾ ਮਰਕਾ ਜਾਇਓ ਪੁਕਾਰੇ, ਪੜੇ ਨੇ ਖੰਗੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ ਚਟੀਆ ਸਭ ਹੈ ਬੁਗਾਰੇ। ਹੁਣ ਉਹ ਪ੍ਰਹਿਲਾਦ ਕਿਸ ਰਾਮ ਨੂੰ ਬੋਲੇ? ਸ਼੍ਰੀ ਰਾਮ ਚੰਦਰ ਜੀ ਨੂੰ ਨਹੀਂ। ਰਾਮ ਦਾ ਲਫ਼ਜ਼ੀ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਵਿਦਮਾਨ ਹੈ, ਰਮਿਆ ਹੋਇਆ, ਜਿਹਦੀ ਮੌਜੂਦਗੀ ਇੱਕ ਨਿੱਕੇ ਜਿਹੇ ਰੇਤ ਦੇ ਕਣ ਤੋਂ ਲੈ ਕੇ ਪਹਾੜ ਤੱਕ ਹੈ, ਜਿਹੜਾ ਕੀੜੀ ਤੋਂ ਲੈ ਕੇ ਹਾਥੀ ਤੱਕ ਹੈ, ਜਿਹੜਾ ਜੜ ਤੋਂ ਲੈ ਕੇ ਚੇਤਨ ਤੱਕ ਹੈ। ਰਾਮ ਦਾ ਲਫ਼ਜ਼ੀ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਹੀ ਰਮਿਆ ਹੋਇਆ।
ਇਸ ਕਰਕੇ ਉਹਨੂੰ ਸੋ ਰਾਮ ਕਹਿੰਦੇ। ਇਸ ਬਾਣੀ ਚ ਇਸ ਕਰਕੇ ਰਾਮ ਸ਼ਬਦ ਤੋਂ ਰਮਈਆ ਵੀ ਆਇਆ, ਹਉ ਤੋਂ ਏਕ ਰਮਈਆ ਲੈ ਹੂੰ ਜਾਂ ਰਮਈਆ ਕੇ ਗੁਣ ਚੇਤ ਪ੍ਰਾਨੀ। ਫਿਰ ਬੇਨਤੀ ਹੈ, ਇੱਥੇ ਗੁਰੂ ਜੀ ਕਹਿ ਰਹੇ ਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹੇ ਮੇਰੇ ਮਨ ਇਸ ਸੱਚੀ ਵਿਚਾਰ ਨੂੰ ਪਕੜ, ਐਵੇਂ ਝੂਠੀਆਂ ਵਿਚਾਰਾਂ ਨਾ ਕਰੀ ਜਾ। ਸੱਚੀ ਵਿਚਾਰ ਕੀ ਹੈ? ਰਾਮ ਨਾਮ ਬਿਨ ਮਿਥਿਆ ਮਾਨੋ, ਪਰਮਾਤਮਾ ਦੇ ਨਾਮ ਤੋਂ ਬਿਨ ਦਰ ਤੇ ਬਿਨਾ, ਤੇ ਮਿਥਿਆ ਦਾ ਲਫ਼ਜ਼ੀ ਅਰਥ ਹੈ ਝੂਠ। ਮਿਥਿਆ ਦਰ ਤੇ ਜੋ ਹੈ ਹੀ ਨਹੀਂ ਤੇ ਉਹਦੀ ਗੱਲ ਤੂੰ ਕਿਉਂ ਕਰੀ ਜਾ ਰਿਹਾ? ਰਾਮ ਨਾਮ ਬਿਨ ਮਿਥਿਆ ਮਾਨੋ, ਪ੍ਰਭੂ ਦੇ ਨਾਮ ਤੋਂ ਬਿਨਾ ਹਰ ਚੀਜ਼ ਨੂੰ ਝੂਠ ਜਾਣ ਕੇ ਨਹੀਂ ਰਹਿਣੀ। ਕਿਹੜੀ ਚੀਜ਼ ਜੀ? ਕਹਿਣ ਲੱਗੇ ਸਗਰੋ। ਇਹ ਦੇਖੋ, ਯਾਦ ਰੱਖਿਓ, ਇੱਥੇ ਪਾਠ ਹੈ ਸਗਰੋ। ਸਗਰੋ ਦਰ ਤੇ ਸਗਲਾ ਸਾਰਾ, ਜਿਹਨੂੰ ਸਗਰੀ ਵੀ ਬਾਣੀ ਚ ਕਿਹਾ ਗਿਆ, ਸਕਲ ਵੀ ਆਇਆ ਬਾਣੀ ਸ਼ਬਦ। ਰਾਮ ਨਾਮ ਬਿਨ ਸਗਰੋ, ਇਹ ਮਹਾਰਾਜ ਕਹਿੰਦੇ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ। ਆ ਸੰਸਾਰ ਜਿਹਦੇ ਵਿੱਚ ਬੰਦਿਆ ਤੂੰ ਰਹਿ ਰਿਹਾ ਨਾ, ਸੱਚ ਇਹਦੇ ਰੱਬ ਦੇ ਨਾਮ ਤੋਂ ਬਿਨਾਂ ਹਰ ਚੀਜ਼ ਝੂਠੀ ਹੈ। ਇਹਨੇ ਬਿਰਸ ਜਾਣਾ ਹੈ, ਇਹਨੇ ਦੋ ਤੁਕਾਂ ਰਹਾਉਣੀਆਂ, ਤੇ ਇਸੇ ਦੀ ਵਿਚਾਰ ਹੀ ਆਪਾਂ ਕਰਨੀ ਅੱਗੇ। ਫਿਰ ਨੂੰ ਧਿਆਨ ਨਾਲ ਦੇਖਾਂਗੇ ਤੇ ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੋਵੇਗੀ ਕਿ ਪਹਿਲੀਆਂ ਤੁਕਾਂ ਜਿਹੜੀਆਂ ਨੇ ਉਹ ਸਾਡੇ ਮੇਰੇ ਸਮਝ 'ਚ ਪੈ ਜਾਣ, ਆਪਣੇ ਸਾਰਿਆਂ ਦੇ ਸਿੱਧੇ ਜੇ ਇਹਦੇ ਅਰਥ ਨੇ। ਉਹ ਬੰਦਿਆ ਚੰਗੀ ਸੱਚੀ ਗੱਲ ਨੂੰ ਮੰਨ ਲੈ, ਐਵੇਂ ਝੂਠੇ ਲਫਾਵੇਬਾਜ਼ੀ 'ਚ ਨਾ ਪਏ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਮਿੱਥਿਆ, ਹਰ ਚੀਜ਼ ਨਾਸ਼ਵੰਤ ਹੈ, ਇਹਨੇ ਖਤਮ ਹੋ ਜਾਣਾ। ਹੁਣ ਥੋੜ੍ਹਾ ਜਿਹਾ ਆਪ ਜੀ ਧਿਆਨ ਦਿਆ ਜੀ, ਜੋ ਮੈਂ ਅਰਜ਼ ਆਪ ਜੀ ਨੂੰ ਕਰਨੀ ਚਾਹੁੰਦਾ। ਵੇਖੋ ਬੜੀ ਸਿੱਧੀ ਜੀ ਗੱਲ ਕਿ ਜੋ ਕੁਝ ਵੀ ਬਣਿਆ ਹੋਇਆ ਨਾ, ਸੱਚ ਇਹ ਜੇ ਇਸ ਹਰ ਚੀਜ਼ ਨੇ ਇੱਕ ਦਿਨ ਖਤਮ ਹੋਣਾ ਹੈ। ਕਿਉਂਕਿ ਕੱਲ੍ਹ ਵੀ ਗੁਰੂ ਨਾਨਕ ਪ੍ਰਕਾਸ਼ ਵਿਚਾਰ ਸੀ, ਪ੍ਰਭ ਜੂ ਇਹ ਹਰ ਜੂ ਰਾਖ ਲਿਓ ਪਤ ਮੇਰੀ, ਜੰਮ ਕੋ ਤਰਾਸ ਪਇਓ ਉਰ ਅੰਤਰ, ਸ਼ਰਨ ਗਈ ਕਿਰਪਾ ਨਿਧ ਤੇ। ਕੱਲਾ ਇਨਸਾਨ ਨੇ ਜੋ ਕੁਝ ਵੀ ਆਪਾਂ ਦੇਖਣੇ ਪਏ, ਜੋ ਕੋਈ ਸਾਡਾ ਦੇਖਣ ਦਾ ਮਤਲਬ ਇਹ ਨਹੀਂ ਸੀ ਸਭ ਕੁਝ ਦੇਖ ਲਿਆ, ਕਿਉਂਕਿ ਆਪ ਉਸ ਮੁਲਕ ਵਿੱਚ ਰਹਿੰਦੇ ਹੋ ਜਿਹੜਾ ਸਾਇੰਸ ਦੀ ਹਰ ਗੱਲ ਨਵੀਂ ਸਭ ਤੋਂ ਪਹਿਲਾਂ ਕਰਦਾ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ, ਸਾਡੀ ਅਪਰੋਚ ਤਾਂ ਸਿਰਫ ਆ ਚਮਕਦਾ ਸੂਰਜ ਏ, ਤੇ ਰਾਤ ਨੂੰ ਥੋੜ੍ਹਾ ਬਹੁਤਾ ਕਿਤੇ ਚੰਦਰਮਾ ਆਉਂਦਾ ਨਜ਼ਰ। ਅਸੀਂ ਤਾਂ ਆਪਣੀਆਂ ਨੰਗੀਆਂ ਅੱਖਾਂ ਨਾਲ ਜਿਸ ਪਲੈਨਟ ਤੇ ਰਹਿ ਰਹੇ ਹਾਂ, ਤੇ ਜਿਹੜਾ ਇਹ ਚਾਰ ਚੁਫੇਰੇ ਬਾਕੀ ਗ੍ਰਹਿਆਂ ਦੇ ਦੁਆਲੇ ਘੁੰਮ ਰਿਹਾ ਹੈ ਜਾਂ ਇਹਦੇ ਦੁਆਲੇ ਘੁੰਮ ਰਹੇ ਨੇ ਸੂਰਜ ਦੇ, ਅਸੀਂ ਤਾਂ ਆਪਣੇ ਇਸ ਬ੍ਰਹਿਮ ਜਿਹੜਾ ਸਾਡੀ ਅਕਲ ਬ੍ਰਹਿਮੰਡ ਹੈ, ਅਸੀਂ ਤਾਂ ਇਹਦੇ ਸਾਰੇ ਗ੍ਰਹਿਆਂ ਨੂੰ ਵੀ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਸੱਚ ਹੈ ਨਾ ਜੀ? ਪਰ ਬੇਨਤੀ ਹੈ, ਕੱਲਾ ਇਹ ਨਹੀਂ, ਜੋ ਕੁਝ ਵੀ ਇਸ ਸੰਸਾਰ 'ਚ ਬਣਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਹਰ ਚੀਜ਼ ਖਤਮ ਹੋਏਗੀ। ਇਹ ਮੇਰੇ ਮਨਾਂ ਸੱਚੀ ਗੱਲ ਧਾਰਨ ਕਰ ਲੈ, ਕੇਵਲ ਰਹੇਗਾ ਤੇ ਪਰਮਾਤਮਾ ਦਾ ਨਾਮ ਰਹੇਗਾ। ਅੱਜ ਮੈਂ ਇਹਦੀ ਥੋੜ੍ਹੀ ਜਿਹੀ ਵਿਆਖਿਆ ਕਰਨੀ ਚਾਹੁੰਦਾ ਕਿ ਨਾਮ ਕਿਵੇਂ ਰਹੇਗਾ ਜਦੋਂ ਅੱਖਰ ਹੀ ਖਤਮ ਹੋ ਗਏ, ਬੰਦੀ ਖਤਮ ਹੋ ਗਏ, ਆ ਲਿਖਤਾਂ ਸਾਰੀਆਂ ਖਤਮ ਹੋ ਗਈਆਂ। ਬੜੇ ਖੁੱਲ ਦੀ ਮੈਂ ਸੁਣਿਓ ਮੇਰੀ ਗੱਲ ਨੂੰ, ਇਹਨੂੰ ਬੇਅਦਬੀ 'ਚ ਨਾ ਲੈ ਜਾਓ। ਜਦੋਂ ਹਰ ਚੀਜ਼ ਮੋਕੀ ਗਈ ਤੇ ਨਾਮ ਕਿਹੜੀ ਚੀਜ਼ ਹੈ ਜੀ ਜਿਹੜੀ ਸਦਾ ਰਹੇਗਾ? ਜਿਹਨੂੰ ਬਾਣੀ ਵਾਰ ਵਾਰ ਕਹਿ ਲਈ ਕਿ ਨਾਮ ਰਹੇਗਾ, ਪਹਿਲੀ ਗੱਲ ਨਾਮ ਹੈ ਕੀ? ਇਹ ਥੋੜ੍ਹਾ ਜਿਹਾ ਅਸੀਂ ਦੇਖਾਂਗੇ, ਹਰ ਚੀਜ਼ ਬਾਣੀ 'ਚੋਂ ਤੱਕਾਂਗੇ। ਅਤੇ ਸਾਡੇ ਮੇਰਾ ਖਿਆਲ ਮੈਂ ਸਾਡੇ ਇਹ ਵੀ ਸ਼ੰਕੇ ਥੋੜ੍ਹੇ ਜਿਹੇ ਨਿਵਿਰਤ ਹੋ ਜਾਣਗੇ ਵੀ ਅਸੀਂ ਜਪਨੇ ਕਿਉਂ ਹਾਂ।
ਕਿਉਂ ਬਾਣੀ ਨਾ ਨਾਮ ਤੇ ਜ਼ਿਆਦਾ ਜ਼ੋਰ ਦੇ ਦਿਖੇ। ਪਹਿਲੀ ਆਪ ਨੂੰ ਬੇਨਤੀ ਕਰਾਂਗਾ, ਦੇਖੋ ਜਿੱਥੇ ਅਸੀਂ ਬੈਠੇ ਹਾਂ ਸਾਇੰਸ ਵੀ ਇਸ ਗੱਲ ਵੱਲ ਤੁਰੀ ਹੈ ਅਤੇ ਅਧਿਆਤਮਿਕਤਾ ਵੀ ਤੁਰੀ ਹੈ। ਨਿੰਦਣਾ ਨਹੀਂ ਚਾਹੀਦਾ ਜੇ ਅਸੀਂ ਕਹੀਏ ਜੀ ਸਾਇੰਸ ਆਹ ਮਾੜੀ ਸਾਇੰਸ ਆਹ ਮਾੜੀ ਅਤੇ ਸਾਇੰਸ ਵਾਲਾ ਕਹੇ ਵੀ ਰੱਬ ਵਾਲੇ ਬੰਦੇ ਮਾੜੇ। ਇਸ ਲੜਾਈ 'ਚ ਨਾ ਪਈਏ। ਮੈਂ ਅਰਜ਼ ਕਰਾਂਗਾ ਸਾਇੰਸ ਦਾ ਆਪਣਾ ਰਾਹ ਹੈ, ਇਹ ਹਰ ਚੀਜ਼ ਨੂੰ ਤੋੜ ਤੋੜ ਕੇ ਦੇਖਦੀ ਹੈ ਕਿਉਂ ਕਿਉਂ ਕਿਵੇਂ ਅਤੇ ਇੱਥੋਂ ਤੱਕ ਉਹਨੂੰ ਜ਼ਿਆਦਾਤਰ ਮੰਨਦੀ ਜਿਹੜਾ ਦਿਸਦਾ ਪਿਆ। ਅਧਿਆਤਮਕ ਇਸ ਤਰ੍ਹਾਂ ਦੀ ਜਿਹੜੀ ਸਪਿਰਚੁਅਲਿਟੀ ਹੈ ਰੂਹਾਨੀਅਤ ਹੈ ਉਹ ਇੱਥੋਂ ਨਹੀਂ ਸ਼ੁਰੂ ਕਰਦੀ ਵੀ ਇਹ ਕਿਉਂ ਕਿਵੇਂ, ਸੱਚ ਇਹ ਰੂਹਾਨੀਅਤ ਜਿਹੜੀ ਹੈ ਇੱਥੋਂ ਸ਼ੁਰੂ ਕਰਦੀ ਹੈ। ਤੈਨੂੰ ਕੁਛ ਵੀ ਪਤਾ ਨਹੀਂ, ਜਿਹਨੂੰ ਤੂੰ ਮੱਥਾ ਟੇਕਿਆ ਜੋ ਕੋਈ ਤੇਰਾ ਗੁਰੂ ਕਹਿੰਦਾ ਇਹਨੂੰ ਸੱਤ ਵਚਨ ਕਰਕੇ ਮੰਨਦਾ ਹੈ। ਸੁਣਿਓ ਇਸ ਬੇਨਤੀ ਕਿ ਆਮ ਤੌਰ 'ਤੇ ਜਿਹਦਾ ਬੱਚਾ ਤਰਕ ਕਰਕੇ ਕਹੇਗਾ ਜੀ ਮੈਂ ਨਹੀਂ ਮੰਨਦਾ ਕਿ ਮੈਨੂੰ ਪਹਿਲਾਂ ਸਿੱਧ ਕਰਕੇ ਦਿਓ, ਨਹੀਂ ਗੁਰਮੁਖੋ ਰੂਹਾਨੀਅਤ ਹਰ ਬੰਦਾ ਸਿੱਧ ਨਹੀਂ ਕਰ ਸਕਦਾ, ਇਹਨੂੰ ਸੱਤ ਵਚਨ ਕਰਕੇ ਮੰਨਣਾ ਹੀ ਪੈਂਦਾ ਹੈ। ਇਹੀ ਕਾਰਨ ਕਿ ਜਿਹੜੇ ਅਗਿਆਨੀ ਲੋਕ ਧਰਮ ਦੇ ਬੁਰਕੇ ਦੇ ਥੱਲੇ ਪਖੰਡ ਕਰਦੇ ਨੇ ਉਹ ਸੱਤ ਵਚਨ ਲਫ਼ਜ਼ ਦੀ ਦੁਰਵਰਤੋਂ ਕਰਨ ਲੱਗ ਪੈਂਦੇ ਆ। ਇਸ ਗੱਲ ਨੂੰ ਵੀ ਜੇਨ ਚ ਰੱਖ ਕੇ ਤੁਲੀਏ, ਕਿਉਂਕਿ ਉਹਨਾਂ ਕੋਲ ਰੂਹਾਨੀਅਤ ਤੇ ਹੈ ਨਹੀਂ, ਉਹਨਾਂ ਕੋਲ ਬੰਦਗੀ ਹੈ ਨਹੀਂ, ਪਰ ਉਹਨਾਂ ਨੇ ਲਫ਼ਜ਼ ਵਰਤੇ ਗੁਰਬਾਣੀ ਦੇ ਜੇ ਸੱਤ ਵਚਨ ਕਰਕੇ ਮੰਨੋ, ਫਿਰ ਉੱਥੇ ਬੰਦਾ ਅੜ ਜਾਂਦਾ ਵੀ ਜਾਂ ਤਾਂ ਮੇਰੇ ਅੰਦਰ ਦੀ ਤੂੰ ਰੂਹਾਨੀਅਤ ਪੱਖੋਂ ਮੈਨੂੰ ਪਾ। ਪਰ ਸੱਚ ਕਹਾਂ ਕਿ ਗੁਰੂ ਸਮਰੱਥ ਹੈ, ਸਮਰੱਥ ਗੁਰੂ ਦੀ ਗੱਲ ਸੱਤ ਵਚਨ ਕਰਕੇ ਮੰਨੀਏ। ਜਿਵੇਂ ਇੱਕ ਦੋ ਬੇਨਤੀਆਂ ਆਪ ਨੂੰ ਹੋਰ ਕਰ ਦੇਣਾ। ਇੱਕ ਵਚਨ ਹੁੰਦਾ ਗੁਰੂ ਸਾਹਿਬ ਗੁਰੂ ਰਾਮਦਾਸ ਦਾ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਇਹਦੇ ਨਾਲ ਤਲੁਕਾਤ ਨਹੀਂ, ਮੈਂ ਸਿਰਫ ਆਰਾਮ ਚ ਅਰਜ਼ ਕਰਨ ਲੱਗਾ। ਹਮ ਦਰ ਤੇ ਅਸੀਂ, ਅੰਧਲੇ ਦਰ ਤੇ ਬਲਾਈਂਡ, ਸਾਨੂੰ ਨਜ਼ਰ ਨਹੀਂ ਆ ਰਿਹਾ। ਸਿਰਫ ਸ਼ਬਦ ਉਹੀ ਰੱਖਿਓ ਜਿਹੜਾ ਚੱਲ ਰਿਹਾ, ਮਨ ਦੇ ਸਾਚਾ ਕਹੋ ਵਿਚਾਰ। ਫਿਰ ਬੇਨਤੀ ਹੈ, ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੈ ਗੁਰ ਚਾਲੀ। ਇੱਥੇ ਚੱਲੈ ਅਸੀਂ ਤੁਰੀਏ ਤੇ ਚਾਲੀ ਦਾ ਲਫ਼ਜ਼ੀ ਅਰਥ ਹੈ ਗੁਰੂ ਦੀ ਚਾਲ ਤੇ ਭਾਵ ਅਰਥ ਹੈ ਕਿ ਗੁਰੂ ਦੇ ਦੱਸੇ ਹੋਏ ਰਾਹ ਤੇ ਕਿਵੇਂ ਤੁਰੀਏ। ਅਧਿਆਤਮਕ ਤੌਰ ਤੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ। ਸਿੱਧੇ ਲਫ਼ਜ਼ ਨੇ ਪੰਜਾਬੀ ਦੇ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ। ਪਾਲੀ ਦਾ ਲਫ਼ਜ਼ੀ ਅਰਥ ਹੈ ਪੱਲਾ, ਲੜ। ਇਹਨੂੰ ਬਾਣੀ ਚ ਪੱਲਾ ਵੀ ਕਹਿ ਪਾਲੀ ਵੀ ਕਹਿ ਤੇ ਇੱਕ ਸ਼ਬਦ ਅੰਚਲ ਤੇ ਅੰਚਲ ਵੀ ਆਇਆ। ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ, ਸਾਨੂੰ ਆਪਣੀ ਪੱਲੇ ਨਾਲ ਲਾ ਲਓ। ਹੁਣ ਪੱਲੇ ਨਾਲ ਲੱਗਣ ਦਾ ਮਤਲਬ ਕੀ ਹੈ? ਕਿ ਆਪਾਂ ਰੁਮਾਲਾ ਸਾਹਿਬ ਪਕੜ ਲਾਂਗੇ ਜੇ ਸਤਿਗੁਰੂ ਜੀ ਕਹਿੰਦੇ ਆ, ਤੇ ਆਪਾਂ ਕੋਈ ਹਜ਼ੂਰ ਦਾ ਬਾਹਰ ਨੂੰ ਕੀ ਕੱਪੜਾ ਪਕੜਾਂਗੇ? ਨਹੀਂ ਪਿਆਰਿਓ, ਇਹਦੇ ਅੰਤਰੀ ਅਰਥ ਕੀ ਨੇ? ਮੈਂ ਤਾਂ ਕਿਹਾ ਗਹਿਣ ਵਾਲੀ ਚੀਜ਼ ਕੇਵਲ ਦ੍ਰਿਸ਼ਟਮਾਨ ਨਹੀਂ, ਅਦ੍ਰਿਸ਼ਟ ਵੀ ਪਕੜਿਆ ਜਾਂਦਾ ਹੈ। ਖਿਆਲ ਅਦ੍ਰਿਸ਼ਟ ਹੁੰਦੇ ਆ, ਖਿਆਲ ਸੱਚੀ ਮੁੱਚੀ ਵੱਡੀਆਂ ਵੱਡੀਆਂ ਲਹਿਰਾਂ ਪੈਦਾ ਕਰਦੇ ਆ, ਲੋਕ ਉਹਨਾਂ ਪਿੱਛੇ ਤੁਰ ਪੈਂਦੇ। ਇੱਥੇ ਪਕੜਨ ਦਾ ਮਤਲਬ ਕੀ ਹੈ? ਅੱਗੇ ਗੁਰੂ ਜੀ ਕਹਿੰਦੇ ਆ ਗੁਰਸਿੱਖ ਮੀਤ ਚਲੋ ਗੁਰਚਾਲੀ। ਤੁਸੀਂ ਪੁੱਛ ਰਹੇ ਹੋ ਕਿਉਂ ਚੱਲਣਾ ਗੁਰਚਾਲੀ, ਕੁਐਸਚਨ ਹੈ। ਤੇ ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਜੋ ਗੁਰ ਕਹੇ, ਜੋ ਗੁਰੂ ਕਹਿੰਦਾ ਉਹਨੂੰ ਸੱਤ ਵਚਨ ਕਰਕੇ ਮੰਨ ਲੈ, ਬਸ ਆਹ ਹੀ ਗੁਰੂ ਦਾ ਪੱਲਾ ਪਕੜਨਾ ਹੈ।
ਪਰ ਇੱਥੇ ਥੋੜਾ ਤਰਕ ਕੀਤਾ, ਮੈਨੂੰ ਪਹਿਲਾਂ ਸਿੱਧ ਕਰੋ। ਦੂਸਰੀ ਗੱਲ, ਇੱਕ ਆਪ ਸੁਖਮਨੀ ਸਾਹਿਬ ਚ ਪਤਾ ਪੜ੍ਹ ਦਿਓ ਮਹਾਰਾਜ ਜੀ ਦਾ। ਮੈਂ ਸਿੱਧੀ ਗੱਲ, ਮੇਰੀ ਇੱਛਾ ਸੀ ਵੀ ਮੈਂ ਸੰਗਤ ਨਾਲ ਗੱਲਾਂ ਰੂਪ ਕਥਾ ਕਰਾਂ, ਸਾਨੂੰ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਸਾਰੀ ਸੁਰਤ ਜੁੜ ਸਕੇ। ਸੁਖਮਨੀ ਸਾਹਿਬ ਚ ਇੱਕ ਬਚਨ ਪੜ੍ਹ ਦਿਓ, ਗੁਰ ਕੇ ਗ੍ਰਹਿ ਸੇਵਕ ਜੋ ਰਹਿ। ਇੱਥੇ ਗ੍ਰਹਿ ਦੇ ਅਰਥ ਵੀ ਅੰਤਰੀਵ ਨੇ। ਇੱਕ ਤਾਂ ਗੁਰਦੁਆਰੇ ਵਿੱਚ ਚਲੋ ਜਿਵੇਂ ਅਸੀਂ ਕਥਾਵਾਚਕ ਕੀਰਤਨੀਏ ਭਾਈ ਸਾਹਿਬ ਲਾਂਗਰੀ ਸਾਹਿਬ ਰਹਿੰਦੇ, ਸਾਰੇ ਬੰਦਾ ਗੁਰਦੁਆਰੇ ਦੇ ਵਿੱਚ ਥੋੜ੍ਹਾ ਰਹਿੰਦੇ। ਇੱਥੇ ਗੁਰ ਕੇ ਗ੍ਰਹਿ ਦਾ ਅਰਥ ਵੀ ਇਹ ਵੇ ਕਿ ਗੁਰੂ ਦੇ ਸ਼ਬਦ ਦੇ ਦਾਇਰੇ ਵਿੱਚ ਰਹੇ, ਗੁਰੂ ਦੇ ਘਰ 'ਚ ਰਹੇ, ਗੁਰੂ ਦੀ ਵਿਚਾਰਧਾਰਾ ਵਿੱਚ ਰਹੇ, ਉਹਨੂੰ ਨਾ ਟੱਪੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਤੇ ਕਿਵੇਂ ਰਹੇ? ਲੰਗਰ ਛਕ ਕੇ ਸੌਂ ਥੋੜ੍ਹਾ ਰਹੇ। ਅੱਗੇ ਕਹਿੰਦੇ ਗੁਰ ਕੀ ਆਗਿਆ ਮਨ ਮੈਂ ਸਹਿ, ਜੋ ਗੁਰੂ ਕਹਿੰਦਾ ਮਨ ਮੈਂ ਸਹਿ, ਇਹਦਾ ਮਤਲਬ ਤਨ ਤੇ ਤਾਂ ਲਾਗੂ ਹੋਵੇਗੀ ਕਿ ਪਹਿਲਾਂ ਮਨ ਮੰਨੇਗਾ। ਜੇ ਮਨ ਨਾ ਮੰਨਿਆ ਤੇ ਤਨ ਨੇ ਕਿੱਥੇ ਮੰਨਣਾ? ਕਈ ਵਾਰੀ ਤਨ ਬੱਧਾ ਚੱਟੀ ਮੰਨ ਜਾਂਦਾ, ਪਰ ਮਨ ਨਾ ਮੰਨੇ ਤੇ ਤਨ ਗੁਰਦੁਆਰੇ ਬੈਠਾ ਰਹਿੰਦਾ, ਮਨ ਬਾਹਰ ਮਜਾਜ ਤੁਰਿਆ ਰਹਿੰਦਾ। ਇਹਦਾ ਮਤਲਬ ਕਿਹਾ ਵੀ ਜੇ ਗੁਰੂ ਦੀ ਗੱਲ ਮੰਨੀ ਮਨ ਚ ਸਹਿ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ। ਇਸ ਤਰ੍ਹਾਂ ਰਹੇ ਗੁਰੂ ਦੇ ਕੋਲ। ਮੈਂ ਇੱਕ ਆਪ ਜੀ ਨੂੰ ਛੋਟੀ ਜਿਹੀ ਉਦਾਹਰਨ ਦੇਣਾ, ਚਲੋ ਕਹਾਣੀ ਜਾਂ ਸਾਖੀ ਇਸ ਕਰਕੇ ਨਹੀਂ ਹੁੰਦੀ ਵੀ ਇਹ ਸ਼ਬਦ ਮੇਰੇ ਮਨ 'ਚ ਬੜੀ ਵਾਰੀ ਆਉਂਦਾ। ਕਈ ਵਾਰੀ ਹੁਣ ਸੰਗਤਾਂ ਕਹਿੰਦੀਆਂ ਵੀ ਕਦੀ ਤੁਸੀਂ ਕੋਈ ਸਾਖੀ ਨਹੀਂ, ਸਿਰਫ ਸ਼ਬਦ ਸ਼ਬਦ ਬਾਣੀ। ਮੈਨੂੰ ਕਈ ਵਾਰੀ ਸੁਣਨ ਨੂੰ ਮਿਲਦਾ, ਇਹ ਵੀ ਸੱਚ ਹੈ ਗੁਰਮੁਖੋ, ਜਿਸ ਦਿਨ ਆਪ ਜੀ ਨੂੰ ਸ਼ਬਦ ਦੇ ਅਰਥਾਂ ਦਾ ਰਸ ਆਉਣ ਲੱਗ ਪਿਆ ਨਾ, ਉਦੋਂ ਤੁਸੀਂ ਦੇਖਿਓ ਸਾਰਾ ਜੀਵਨ ਹੀ ਪਲਟ ਜਾਏਗਾ। ਸਾਰੇ ਝਗੜੇ ਕਲੇ ਸਿਰਫ ਉਪਰੀਆਂ ਉਪਰੀਆਂ ਗੱਲਾਂ ਦੇ ਲਈ। ਜਿੱਦਣ ਸ਼ਬਦ ਦੀ ਸਮਝ ਪੈ ਗਈ ਨਾ, ਰਾਮ ਰਹੀਮ ਅਰ ਮੌਲਾ ਕਿਆ, ਸਮਝ ਪੜੀ ਤੋਂ ਰੌਲਾ ਕਿਆ। ਬੇਸਮਝੀ ਦੀ ਟੱਕਰਾਂ ਨੇ ਸਮਝਦੀਆਂ ਨਹੀਂ। ਇੱਕ ਫਕੀਰ ਹੋਇਆ ਮੁਸਲਮਾਨ ਸੂਫੀ ਮਨਸੂਰ, ਆਪ ਜੀ ਨੇ ਸੁਣਿਆ ਹੁਣ, ਮਨਸੂਰ ਅਲ ਹਲਾਸ। ਇਹਦੇ ਮੁਰਸ਼ਦ ਦਾ ਨਾਮ ਸੀ ਜੁਨੈਦ। ਮਨਸੂਰ ਜੁਨੈਦ ਦੇ ਕੋਲ ਗਿਆ, ਸੂਫੀ ਸਾਹਿਬ ਵਿੱਚ ਹੈ ਕਿ ਜਿਹੜਾ ਜੁਨੈਦ ਸੀ ਉਹ ਮਸਜਿਦ ਦੇ ਵਿੱਚ ਰਹਿ ਰਿਹਾ ਸੀ। ਮਨਸੂਰ ਨੇ ਜਾ ਕੇ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ, ਜੀ ਕੌਣ? ਤੇ ਬੋਲ ਵੀ ਜੁਨੈਦ ਰਿਹਾ, ਕੌਣ? ਮਨਸੂਰ ਅਲ ਅਹਾਲ, ਅਲਹਾਲ ਜਿਹੜਾ ਹੈ ਅਲ ਗਲਾਸ, ਉਹ ਬੁਵੇ ਅੱਗੇ ਬੈਠਾ ਆਵਾਜ਼ ਦਿੰਦਾ, ਜੀ ਮੈਂ ਮਨਸੂਰ, ਕਿਵੇਂ ਆਇਆ? ਕਹਿੰਦਾ ਮੈਂ ਮਸੀਤ ਵਿੱਚ ਰਹਿਣਾ ਚਾਹੁੰਦਾ, ਮੈਂ ਰਹਿਣਾ ਚਾਹੁੰਦਾ। ਅੰਦਰੋਂ ਜੁਨੈਦ ਨੇ ਆਵਾਜ਼ ਦਿੱਤੀ, ਇੱਥੇ ਦੋ ਦੇ ਰਹਿਣ ਦੀ ਥਾਂ ਨਹੀਂ, ਇੱਥੇ ਇੱਕੋ ਹੀ ਰਹਿ ਸਕਦਾ ਹੈ। ਰਮਜ ਭਾਈ ਅਗਲੇ ਨੇ, ਇੱਥੇ ਦੋ ਨਹੀਂ ਰਹਿਣੇ, ਇੱਥੇ ਇੱਕੋ ਹੀ ਰਹਿ ਸਕਦਾ। ਇਹਦਾ ਮਤਲਬ ਇਹ ਥੋੜ੍ਹਾ, ਮਸੀਤ ਜਿਹੜੀ 2 ਫੁੱਟ ਸੀ, ਮਸੀਤ ਕੱਟੀ ਵੱਡੀ। ਆਹ ਹੁੰਦੀਆਂ ਨੇ ਰਮਜਾਂ ਮੁਰੀਦਾਂ ਦੀਆਂ ਤੇ ਮੁਰਸ਼ਦਾਂ ਦੀਆਂ। ਉਹਨੇ ਕਿਹਾ ਜੀ ਮੈਂ ਮਨਸੂਰ, ਮੈਂ ਰਹਿਣਾ ਚਾਹੁੰਦਾ। ਅੰਦਰੋਂ ਆਵਾਜ਼, ਇੱਥੇ ਦੋ ਨਹੀਂ ਇੱਕੋ ਹੀ ਰਹਿ ਸਕਦਾ, ਬਾਹਰ ਬੈਠ ਜਾ। ਮਨਸੂਰ ਬਾਹਰ ਬੈਠ ਗਿਆ। ਮਸੀਤ ਦਾ ਦਰਵਾਜ਼ਾ ਰੋਜ਼ ਖੁੱਲਦਾ, ਲੋਕ ਰੋਜ਼ ਆਉਂਦੇ ਨੇ, ਪਰ ਮਨਸੂਰ ਲੋਕਾਂ ਦੀਆਂ ਜੁੱਤੀਆਂ ਸਾਫ਼ ਕਰਨ ਲੱਗ ਪਿਆ। ਆਹ ਹੈ ਮਨ ਮੈਂ ਸਹਿ, ਜੁੱਤੀਆਂ ਸਾਫ਼ ਕਰਨ ਲੱਗ ਪਿਆ। ਕੁਝ ਦਿਨਾਂ ਬਾਅਦ ਉਹਨੇ ਸਮਾਨ ਮੰਗਾ ਕੇ ਟੁੱਟੀਆਂ ਜੁੱਤੀਆਂ ਗੰਢਣ ਲੱਗ ਪਿਆ।
ਕਦੀ ਉਹਨੇ ਦੁਬਾਰਾ ਦਰਵਾਜ਼ਾ ਖੜਕਾ ਕੇ ਜਾਂ ਖੁੱਲ੍ਹੇ ਦਰਵਾਜ਼ੇ 'ਚ ਅੰਦਰ ਜਾਣ ਦਾ ਹੀਆ ਨਹੀਂ ਕੀਤਾ। ਕਈ ਮਹੀਨੇ ਲੰਘ ਗਏ, ਜੁਨੈਦ ਉਹਨੇ ਮਸੀਤ ਦਾ ਬੂਹਾ ਖੋਲ੍ਹਿਆ ਅਤੇ ਬਾਹਰ ਆਇਆ। ਉਹ ਵੀ ਕਈ ਮਹੀਨਿਆਂ ਬਾਅਦ ਆਇਆ। ਉਹਨੇ ਆਵਾਜ਼ ਦਿੱਤੀ, ਮਨਸੂਰ ਬੈਠਾ ਸੀ, ਜੁੱਤੀ ਗੰਢ ਰਿਹਾ ਸੀ। ਉਹਨੇ ਆਵਾਜ਼ ਦਿੱਤੀ, ਇੱਥੇ ਮਨਸੂਰ ਆਲਾ ਹਿਰਾਜ ਆਇਆ ਸੀ, ਤੂੰ ਹੈ? ਮਨਸੂਰ ਵੇਖ ਕੇ ਜੁਨੈਦ ਵੱਲ ਕਹਿੰਦਾ, ਆਇਆ ਸੀ ਪਰ ਮਨਸੂਰ ਗਵਾਚ ਗਿਆ ਹੈ। ਆਇਆ ਸੀ ਪਰ ਹੁਣ ਰਿਹਾ ਨਹੀਂ, ਮਰ ਚੁੱਕਾ ਹੈ ਮਨਸੂਰ। ਤੇ ਜੁਨੈਦ ਕਹਿੰਦਾ, ਮੈਨੂੰ ਵੀ ਪਤਾ ਸੀ ਮਰ ਚੁੱਕਾ, ਤਾਂ ਹੀ ਮੈਂ ਬੂਹਾ ਖੋਲ੍ਹ ਕੇ ਆਪ ਲੈਣ ਵਾਸਤੇ ਆਇਆ। ਗੱਲ ਬੜੀ ਵੱਡੀ ਹੈ ਪਿਆਰਿਓ। ਕਹਿਣ ਨੂੰ ਕਮਾਈਆਂ ਵਾਲਿਆਂ ਦੀਆਂ ਗੱਲਾਂ ਸੀ ਤੇ ਚਲੋ, ਮੈਂ ਇੱਥੇ ਗੁਣ ਕੇ ਤੁਰ ਗਿਆ। ਮਨ ਚ ਸਹਿਣਾ, ਜੇ ਸਿੱਖਾਂ ਚ ਦੇਖੋ, ਆਪ ਕਹੋਗੇ ਵੀ ਇਹ ਸਿੱਖਾਂ ਵਿੱਚੋਂ, ਇਹ ਤਾਂ ਮਨਸੂਰ ਦੀ ਸੁਣਾਈ ਗੱਲ। ਉਹਨੇ ਕਿਹਾ, ਮੈਨੂੰ ਪਤਾ ਤੂੰ ਮਰ ਚੁੱਕਾ, ਮੈਂ ਤੈਨੂੰ ਲੈਣ ਆਇਆ। ਮਸੀਤ ਤਾਂ ਉਹੀ ਹੈ, ਦਾਇਰਾ ਵੀ ਉਹ, ਮਸੀਤ ਕੋਈ ਵੱਡੀ ਨਹੀਂ ਹੋਈ। ਇਹੀ ਕਾਰਨ ਮੈਂ ਜਦੋਂ ਕਿਤੇ ਭਾਈ ਮੰਝ ਦੀ ਗੱਲ ਕਰਦੇ ਹਾਂ, ਉਹ ਕਬਰ ਨੂੰ ਪੂਜਦਾ ਸੀ ਪਹਿਲਾਂ। ਗੁਰੂ ਅਰਜਨ ਦੇਵ ਜੀ ਨੇ ਕਿਹਾ, ਤੈਨੂੰ ਕਬਰ ਛੱਡਣੀ ਪਏਗੀ, ਚੌਧਰੀ ਪੁਣਾ ਚਲਾ ਜਾਏਗਾ, ਲੋਕੀ ਤੇਰੇ ਵਿਰੋਧ ਵਿੱਚ ਹੋ ਜਾਣਗੇ। ਉਹਨੇ ਕਿਹਾ, ਸਭ ਕੁਝ ਮੈਨੂੰ ਪ੍ਰਵਾਨ ਹੈ, ਤੁਸੀਂ ਕਿਰਪਾ ਕਰਿਓ, ਮੈਨੂੰ ਸਹਿਣ ਦੀ ਦਾਤ ਦਿਓ, ਮੈਂ ਸਭ ਕੁਝ ਜਰ ਲਵਾਂ, ਪਰ ਤੇਰੇ ਤੋਂ ਬਿਨਾਂ ਕਿਸੇ ਦੇ ਗੂੜੇ ਉੱਤੇ ਨਾ ਜਾ। ਇਸ ਤਰ੍ਹਾਂ ਹੋਇਆ ਨਾ, ਉਹਨੇ ਮਨ 'ਚ ਸਹਿਆ। ਪਿਆਰਿਓ, ਮੈਂ ਆਪ ਨੂੰ ਤਾਂ ਥੋੜ੍ਹੀ ਜਿਹੀ ਬੇਨਤੀ ਕੀਤੀ ਕਿ ਗੁਰੂ ਦੀ ਗੱਲ ਆਪਾਂ ਮੰਨ ਕੇ ਮੈਂ ਸ਼ਬਦ ਤੋਂ ਦੂਰ ਨਹੀਂ ਜਾਣਦਾ। ਇੱਥੇ ਹਜ਼ੂਰ ਕਹਿੰਦੇ ਨੇ, ਜੋ ਗੁਰ ਕਹੇ ਸੋਈ ਭਲ ਮਾਨੂੰ। ਉੱਥੇ ਕਹਿ ਰਹੇ ਸਨ, ਗੁਰ ਕੀ ਆਗਿਆ ਮਨ ਮੈਂ ਸਹਿ। ਹੁਣ ਦੇਖੋ, ਅੱਜ ਜਿਹੜੀ ਸ਼ਬਦ ਹੈ, ਮੈਂ ਅਰਜ਼ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਇਸ ਗੱਲ ਨੂੰ ਚੰਗੀ ਤਰ੍ਹਾਂ ਪਕੜ ਲੈ, ਇਸ ਵਿਚਾਰ ਨੂੰ, ਕਿ ਨਾਮ ਤੋਂ ਬਿਨਾਂ ਸਭ ਮਿਥਿਆ ਹੈ। ਹੁਣ ਇੱਕ ਸਵਾਲ ਉੱਠੇਗਾ, ਨਾਮ ਕੀ ਹੈ? ਕੀ ਹੈ ਨਾਮ? ਥੋੜ੍ਹਾ ਜਿਹਾ ਧਿਆਨ ਆਪ ਜੀ ਦਿਆ ਜੇ। ਮੈਂ ਕੋਈ ਨਾ ਕੋਈ ਸਾਖੀ ਜਾਂ ਕਹਾਣੀ ਲੈ ਕੇ ਇਸ ਗੱਲ ਨੂੰ ਯਤਨ ਕਰਾਂਗਾ ਵੀ ਜਿੰਨੀ ਕੁ ਆਪ ਦੀ ਮੈਂ ਸੇਵਾ ਕਰ ਸਕਾਂ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਨਾਮ ਬਾਰੇ ਸਭ ਕੁਝ ਕਹਿ ਜਾਣਾ, ਕਿਉਂਕਿ ਨਾਮ ਬਾਰੇ ਅੱਜ ਤੱਕ ਮੁਕੰਮਲ ਕੋਈ ਕਹਿ ਹੀ ਨਹੀਂ ਸਕਿਆ, ਨਹੀਂ ਕੋਈ ਕਹਿ ਸਕਦਾ। ਨਾਮ ਕੀ ਹੈ? ਅਸੀਂ ਵਾਹਿਗੁਰੂ ਸ਼ਬਦ ਕਹਿੰਦੇ ਹਾਂ, ਆਰਾਮ ਸ਼ਬਦ ਹੁਣੇ ਪੜਿਆ, ਆਰਾਮ ਨਾਮ, ਗੋਬਿੰਦ ਨਾਮ, ਸਾਰੇ ਸ਼ਬਦ ਹੁੰਦੇ ਆ, ਅੱਲਾ ਸ਼ਬਦ ਹੁੰਦਾ, ਕਬੀਰ ਸ਼ਬਦ ਹੁੰਦਾ, ਕਰੀਮ ਸ਼ਬਦ ਹੁੰਦਾ। ਨਾਮ ਕੀ ਹੈ? ਆਪ ਜੀ ਦਾ ਧਿਆਨ ਮੈਂ ਇੱਕ ਬਾਣੀ ਦੀ ਕੋਈ ਤੁਕਾਂ ਵੱਲ ਲਿਜਾਵਾਂਗਾ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਬਾਣੀ ਵਿੱਚ ਝੋਲੀ ਅੱਡ ਕੇ ਜਿਹੜੀ ਰੱਬ ਦੇ ਗੁਰੂ ਤੋਂ ਦਾਤ ਮੰਗੀ, ਉਹ ਨਾਮ ਹੀ ਮੰਗਿਆ। ਜੇ ਕੋ ਜਾਣਾ ਆਖਾ ਨਾਹੀ, ਨਾਮ ਨਾ ਆਖਿਆ ਨਹੀਂ ਜਾ ਸਕਦਾ। ਕਹਿਣਾ ਕਥਨ ਨਾ ਜਾਈ ਗੁਰਾ, ਇੱਥੇ ਪਾਠ ਗੁਰਾ ਕਰਨਾ, ਬਿੰਦੀ ਲਾ ਕੇ ਨਹੀਂ ਕਰਨਾ। ਗੁਰਾ ਇਹ ਇੱਕ ਵਚਨ ਹੈ, ਸਤਿਗੁਰੂ ਗੁਰਾ ਇੱਕ ਦੇਹ ਬੁਝਾਈ, ਮੈਨੂੰ ਸਤਿਗੁਰੂ ਇਹ ਗੱਲ ਸਮਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਮੈਨੂੰ ਨਾਮ ਨਾ ਵਿਸਰਿਆ, ਮੈਨੂੰ ਗੱਲ ਸਮਝਾ ਦਿਓ। ਗੁਰਮੁਖੋ ਨਾਮ ਕੀ ਹੈ? ਅੱਜ ਸਤਿਗੁਰੂ ਕਹਿੰਦੇ ਸਭ ਕੁਝ ਜਾਏਗਾ ਪਰ ਸਿਰਫ ਨਾਮ ਰਹੇਗਾ। ਤੇ ਮਾਨਸੀ ਕੀ ਵਾਹਿਗੁਰੂ ਸ਼ਬਦ ਰਹਿ ਜਾਏਗਾ? ਕੀ ਰਾਮ ਸ਼ਬਦ ਰਹਿ ਜਾਏਗਾ? ਕੀ ਯਹੂਦੀ ਯਹੋਵਾ ਕਹਿੰਦੇ ਨੇ ਉਹ ਰਹਿ ਜਾਏਗਾ? ਕੀ ਆਪ ਗੌਰ ਸ਼ਬਦ ਵਰਤਦੇ ਹੋ ਉਹ ਰਹਿ ਜਾਏਗਾ?
ਨਾਮ ਕੀ ਹੈ? ਮੈਂ ਆਪ ਜੀ ਨੂੰ ਸਿਰਫ ਇੱਕ ਵਾਰੀ ਪਹਿਲਾਂ ਵੀ ਅਰਜ਼ ਕਰ ਚੁੱਕਾ, ਅੱਜ ਫਿਰ ਮੈਂ ਰਿਪੀਟ ਕਰਨਾ ਚਾਹੁੰਦਾ ਸਾਂ ਕਿ ਇਹ ਸਵਾਲ ਕਿ ਜੇ ਮਿੱਥਿਆ ਹੈ ਨਾਮ ਕਿਵੇਂ ਰਹਿ ਗਿਆ? ਨਾਮ ਕੀ ਹੈ? ਪੌੜੀ ਹੈ ਆਸਾ ਦੀ ਵਾਰ ਦੀ ਪਹਿਲੀ, ਉਹਦਾ ਪਾਠ ਕਰਨਾ ਮੈਂ। ਪੌੜੀ ਆਪੀ ਨੇ ਆਪ ਸਾਜਿਓ, ਧਿਆਨ ਦੇ ਆ ਇਸ ਆ, ਬਸ ਇਹ ਗੱਲ ਕਲੀਅਰ ਹੋ ਜਾਏਗਾ ਨਾਮ ਕੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਬੜੀ ਗਹਿਰੇ ਅਰਥ ਮੇਰੇ। ਦੂਈ ਕੁਦਰਤ ਸਾਜੀ ਹੈ, ਇਹ ਦੂਜਾ ਕੌਣ ਆ ਗਿਆ ਵਿੱਚ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਬਿਠੋ ਚਾਓ। ਅੱਗੇ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ, ਕਰ ਆਸਨ ਬਿਠੋ ਚਾਓ। ਇਹ ਪੌੜੀ ਹੈ ਨਾ। ਹੁਣ ਇਸ ਨੂੰ ਸੁਣ ਬੇਨਤੀ, ਆ ਥੋੜ੍ਹਾ ਜਿਹਾ ਆਪ ਜੀ ਧਿਆਨ ਦੇ ਆ ਜੇ ਮੇਰੀ ਇਸ ਗੱਲ ਵੱਲ। ਗੱਲ ਤਾਂ ਬਾਬਾ ਜੀ ਦੀ ਹੈ, ਆਪੀ ਮੈਂ ਆਪ ਦੋ ਸ਼ਬਦ ਆ ਗਏ, ਆਪੀ ਮੈਂ ਆਪ ਸਾਜਿਓ। ਹੁਣ ਆਪ ਤੋਂ ਪਹਿਲਾਂ ਹੈ ਆਪੀ, ਚਲੋ ਨੰਨੇ ਤੇ ਦੁਲਾਵਾਂ ਲੱਗੀਆਂ ਨੇ ਆਪੀ ਨੇ, ਹੁਣ ਆਪੀ ਨੇ ਕੌਣ ਹੈ? ਜੇ ਨੰਨੇ ਨੂੰ ਵਾਹ ਕਰ ਦਈਏ ਆਪੀ ਨੇ ਆਪ, ਆਪੀ ਤੇ ਆਪ, ਆਪੀ ਨੇ ਆਪ ਸਾਜਿਓ, ਇਹਦੇ ਅਰਥ ਇਹ ਸਾਰੇ ਗੁਰਮੁਖ ਕਰਦੇ ਨੇ ਕਿ ਆਪ ਰੱਬ ਨੇ ਆਪਣੇ ਆਪ ਨੂੰ ਸਾਜਿਆ। ਇਹਦਾ ਮਤਲਬ ਜੇ ਉਹਨੇ ਸਾਜਿਆ ਤੇ ਸਾਜਣ ਤੋਂ ਪਹਿਲਾਂ ਕੁਝ ਵੀ ਨਹੀਂ ਸੀ, ਪਰ ਆਪ ਤੋਂ ਪਹਿਲਾਂ ਆਪ ਹੀ ਆਇਆ ਹੈ। ਤਾਂ ਮੈਂ ਅਰਜ਼ ਕੀਤੀ ਜੀ, ਦੇਖੋ ਬਾਣੀ ਇੰਨੀ ਕੁ ਗਹਿਰੀ ਹੈ, ਇੰਨੀ ਗਹਿਰੀ ਹੈ, ਜਦੋਂ ਅਰਥਾਂ ਵਿੱਚ ਆਪਾਂ ਡੁੱਬਾਂਗੇ ਨਾ, ਸੱਚ ਇਹ ਜੇ ਕਿ ਆਪਣੀ ਖੌਮੇ ਹੈ ਮਾਰ ਕੇ ਸ਼ਬਦ ਨੇ ਪਰਾਂ ਸੱਟਣੀ ਬਾਹਰ। ਹੁਣ ਜਿਹੜਾ ਆਪੀ ਨੇ ਤੋਂ ਪਹਿਲਾਂ ਹੈ, ਆਪ ਤੋਂ ਪਹਿਲਾਂ ਆਪੀ ਨੇ, ਆਪੀ ਮੈਂ ਅੱਧਾ ਲਫ਼ਜ਼ ਵਰਤ ਰਿਹਾ, ਆਪੀ ਆਪੀ ਨੇ ਆਪ ਨੂੰ ਸਾਜਿਆ, ਇਹਦਾ ਮਤਲਬ ਆਪ ਤੋਂ ਪਹਿਲਾਂ ਆਪੀ ਹੈ। ਉਹ ਆਪੀ ਕੀ ਹੈ? ਇਹ ਨਹੀਂ ਕਿਹਾ ਵੀ ਆਪੀ ਨੇ ਨਹੀਂ, ਗੁਰਮੁਖੋ ਪਹਿਲਾਂ ਉਹ ਆਪ ਨਿਰਗੁਣ ਹੀ ਹੈ, ਹਰਕਤ 'ਚ ਕੋਈ ਨਹੀਂ, ਜਿਹਨੂੰ ਆਪ ਸੁਣ ਕਹਿੰਦੇ ਹੋ, ਆਪਣੇ ਆਪੇ 'ਚ ਹੈ। ਸਾਜਿਓ ਦਾ ਅਰਥ ਇਹ ਨਹੀਂ ਕਿ ਪੈਦਾ ਕੀਤਾ, ਸਾਜਿਓ ਦਾ ਅਰਥ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਜਿਹੜਾ ਆਪਣੇ ਆਪੇ, ਜਿਹੜਾ ਆਪ ਹੀ ਹੈ, ਉਹਨੇ ਕਿਹਾ ਮੈਂ ਆਪਣੇ ਆਪ ਨੂੰ ਸਰਗੁਣ ਰੂਪ 'ਚ ਕਰਨਾ ਹੈ, ਮੈਂ ਫੈਲਾਓ ਕਰਨਾ, ਮੈਂ ਸਾਕਾਰ ਕਰਨਾ, ਜਿਹਨੂੰ ਆਪ ਚੌਪੇ ਸਾਹਿਬ 'ਚ ਰੋਜ਼ ਪੜ੍ਹਦੇ ਹੋ, ਜਪ ਉਦ ਕਰਕ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰ। ਇਹ ਦੋ ਸ਼ਬਦ ਨੇ, ਇੱਕ ਉਦਕਰਕ ਹੈ, ਇੱਕ ਅਕਰਕ ਹੈ। ਉਦਕਰਕ ਦਾ ਅਰਥ ਹੈ ਫੈਲਾਓ ਕਰਨਾ, ਆਪਣਾ ਆਪ ਪਸਾਰਾ ਕਰ ਦੇਣਾ, ਤੇ ਅਕਰਕ ਦਾ ਅਰਥ ਜੋ ਕੁਝ ਫੈਲਿਆ ਉਹਨੂੰ ਵਾਪਸ ਫਿਰ ਲੈਣਾ। ਬਸ ਆਹ ਹੈ ਆਪੀ ਨੇ। ਜਬ ਉਦਕਰਕ ਕਰਾ ਕਰਤਾਰਾ, ਜਦੋਂ ਉਹਦੇ ਮਨ 'ਚ ਆਇਆ ਮੈਂ ਸਭ ਕੁਝ ਬਣਾਉਣਾ, ਉਹਨੇ ਫੈਲਾਓ ਕਰ ਦਿੱਤਾ, ਉਹਦੇ ਵਿੱਚ ਪਰਜਾ ਧਰ ਤਬ ਦੇ ਅਪਾਰਾ, ਆ ਬ੍ਰਹਿਮੰਡ ਖੰਡ ਪਤਾ ਨਹੀਂ ਕਿੰਨਾ ਕੁਝ ਸਿੱਧ ਦਿੱਤਾ ਉਹਨੇ। ਜਬ ਅਕਰਕ ਕਰਤ ਹੋ ਕਬ ਹੂੰ, ਜਦੋਂ ਤੁਹਾਡੇ ਮਨ 'ਚ ਆਇਆ ਜਿਹੜਾ ਸਾਜਿਆ ਹੈ ਮੈਨੂੰ ਵਾਪਸ ਲਿਆਉਣਾ, ਤੇ ਗੁਰੂ ਕੋ ਸਾਰੇ ਸਾਜੇ ਨੂੰ ਫਿਰ ਆਪਣੇ ਵੀ ਸੰਭਾਲਿਆ, ਫਿਰ ਇਕੱਲੇ ਦਾ ਇਕੱਲਾ ਰਹਿ ਗਿਆ। ਇਹਨੂੰ ਮੈਂ ਬਾਣੀ 'ਚ ਉਦਾਹਰਨ ਦਿੰਦਾ ਹੈਗਾ, ਆਪੀ ਨੇ ਆਪ ਸਾਜਿਓ, ਇਹ ਤੇ ਹੈ ਜਬ ਉਦਕਰ ਕਰਾ ਕਰਤਾਰਾ ਪਰਜਾ ਧਰਤਵ ਦੇ ਅਪਾਰਾ, ਜਬ ਆ
ਆਕਰਖ ਕਰ ਤੂੰ ਕਬੂ ਤੁਮ ਮੈਂ ਮਿਰਤ ਦੇ ਧਰ ਸਭੂ। ਇਹਨੂੰ ਕਿਵੇਂ ਆਪਾਂ ਸਮਝੀਏ? ਇਹ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸ਼ਾਂਤ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਸੌਖਾ ਸਮਝ ਪੈ ਜਾਏਗਾ ਬਾਜ਼ੀਗਰ। ਮੈਂ ਕਿਸੇ ਕਮਿਊਨਿਟੀ ਨਹੀਂ ਵਰਤ ਰਿਹਾ, ਇੱਕ ਤਮਾਸ਼ਾ ਪਾਉਣ ਵਾਲਾ, ਬਾਜ਼ੀ ਪਾਉਣ ਵਾਲਾ, ਮੈਦਾਰੀ ਕਰਨ ਵਾਲਾ, ਬਿਲਕੁਲ ਚੁਰਸਤਾ ਸੀ, ਕੋਈ ਵੀ ਨਹੀਂ ਸੀ। ਉਹ ਆਇਆ, ਉਹ ਬਾਜ਼ੀਗਰ ਨੇ ਆਪਣੇ ਬਾਂਸ ਕੱਢੇ, ਰੱਸਾ ਬੰਨਿਆ ਤੇ ਉਹ ਡਮਰੂ ਉਹਦੇ ਹੱਥ 'ਤੇ ਸੀ। ਉਹਨੇ ਜਾਂ ਢੋਲ ਮਾਰਿਆ, ਡਮਰੂ ਮਾਰਿਆ, ਜਿੰਨੇ ਲੋਕ ਲੰਘਦੇ ਸਨ, ਪਹਿਲਾਂ ਇਹ ਵੀ ਹੁੰਦਾ ਸੀ, ਟਿਕਟ ਥੋੜ੍ਹਾ ਲੱਗਦੀ ਹੁੰਦੀ ਸੀ ਕੋਈ ਬਾਜ਼ੀ ਪਾਉਣ ਵਾਲਿਆਂ ਦੀ। ਉਹਨਾਂ ਚੌਂਕ 'ਚ ਚੁਰਸਤੇ 'ਚ ਜਾਂ ਮੈਦਾਨ 'ਚ ਖਲੋ ਜਾਣਾ, ਉਹਨੇ ਢੋਲ ਮਾਰਿਆ, ਸਾਰਾ ਪਿੰਡ ਇਕੱਠਾ ਹੋ ਗਿਆ। ਉਹਨੇ ਫਿਰ ਆਪਣਾ ਤਮਾਸ਼ਾ ਸ਼ੁਰੂ ਕਰ ਦਿੱਤਾ, ਪਰ ਪਹਿਲਾਂ ਉਸ ਥਾਂ 'ਤੇ ਕੋਈ ਬੰਦਾ ਨਹੀਂ ਸੀ, ਖਾਲੀ ਸੀ। ਇਹ ਵੀ ਉਦਾਹਰਨ ਸਿਰਫ ਮਨ ਨੂੰ ਸਮਝਣ ਲਈ, ਰੱਬ ਉੱਤੇ ਪੂਰੀ ਫਿਰ ਵੀ ਟੁਕਣੀ, ਕਿਉਂਕਿ ਥਾਂ 'ਤੇ ਪਹਿਲਾਂ ਆਇਆ ਨਾ, ਰੱਬ ਦੀ ਬਾਜੀ ਐਸੀ ਲਿਖੀ। ਸਾਰੇ ਲੋਕ ਇਕੱਠੇ ਹੋ ਗਏ, ਉਹਨੇ ਤਮਾਸ਼ਾ ਸ਼ੁਰੂ ਕਰਤਾ, ਕਦੀ ਕੱਪੜੇ, ਕਦੀ ਕਲਾਬਾਜ਼ੀਆਂ, ਕੁਝ ਲੋਕ ਖੁਸ਼ ਨੇ। ਪਰ ਹੋਇਆ ਕਿ ਇੱਕੋ ਦਮ ਜਿੰਨਾ ਖਲਾਰਾ ਬਾਜ਼ੀਗਰ ਨੇ ਪਾਇਆ ਸੀ, ਜਦੋਂ ਖੇਡ ਖਤਮ ਹੋਈ, ਸਾਰਾ ਖਲਾਰਾ ਫਿਰ ਆਪਣੇ ਨਾਲ ਹੀ ਲੈ ਗਿਆ, ਇਕੱਲਾ ਰਹਿ ਗਿਆ ਸਿਰਫ ਤੇ ਸਿਰਫ ਉਹ ਥਾਂ ਜਿੱਥੇ ਖੇਡ ਪਾਈ ਸੀ। ਗੁਰਮੁਖ ਸੱਚ ਇਹ ਆ ਹੈ ਉਹਦੀ ਖੇਡ, ਇਹਦੇ 'ਚ ਕੋਈ ਹਾਰਦਾ ਪਿਆ, ਕੋਈ ਜਿੱਤਦਾ ਪਿਆ। ਜਿਵੇਂ ਬਾਜ਼ੀਗਰ ਖੇਡ ਪਾਉਂਦਾ ਫਿਰ ਸਮੇਟ ਲੈਂਦਾ, ਖੇਡ ਤੋਂ ਪਹਿਲਾਂ ਵੀ ਬਾਜ਼ੀਗਰ ਤੇ ਖੇਡ ਤੋਂ ਬਾਅਦ ਵੀ ਬਾਜ਼ੀਗਰ, ਖੇਡ ਸਾਰੀ ਖਤਮ ਹੋ ਗਈ, ਕਿਉਂਕਿ ਪਾਉਣ ਵਾਲਾ ਵੀ ਉਹ ਤੇ ਸਮੇਟਣ ਵਾਲਾ ਵੀ ਉਹ। ਇਹਨੂੰ ਹੋਰ ਸੌਖਾ ਸਮਝ ਲਈਏ, ਬਾਬਾ ਜੀ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ, ਸਰਲ ਤੋਂ ਸਰਲ ਸ਼ਬਦ ਵਰਤੇ ਤੇ ਉੱਚੀ ਤੋਂ ਉੱਚੀ ਅਵਸਥਾ ਦੇ ਸ਼ਬਦ ਵੀ ਵਰਤੇ ਬਾਣੀ 'ਚ। ਹੋਰ ਸੌਖਾ ਤਰੀਕਾ ਇਹ ਵੀ ਕਿ ਜਿਵੇਂ ਮੰਨ ਲਓ ਇੱਕ ਸੁਨਾਰ ਵੀ, ਉਹਦੇ ਕੋਲ ਸੋਨੇ ਦੀ ਇੱਟ ਹੈ ਜਾਂ ਸੋਨੇ ਦੀ ਇੱਕ ਡਲੀ ਕਹਿ ਲਓ, ਹੁਣ ਉਹ ਹੈ ਤਾਂ ਸੋਨੇ, ਉਸ ਸੋਨੇ ਵਿੱਚ ਮੁੰਦਰੀਆਂ ਵੀ ਪਈਆਂ ਨੇ, ਅੱਛਾ ਪੰਜ ਨੂੰ ਕਹਿੰਦੇ, ਉਸ ਸੋਨੇ ਵਿੱਚ ਚੈਲੀਆਂ ਵੀ ਨੇ, ਕਾਂਟੇ ਵੀ ਨੇ, ਜਿੰਨੇ ਗਹਿਣੇ ਨੇ ਉਸ ਡਲੀ 'ਚ ਨੇ, ਪਰ ਗਹਿਣਾ ਕੋਈ ਕਹਿੰਦੇ ਆ, ਅਸੀਂ ਕਹਿੰਦੇ ਸੋਨੇ ਦੀ ਡਲੀ। ਹੁਣ ਉਹਨੇ ਕੀ ਕੀਤਾ, ਸੋਨੇ ਦੀ ਡਲੀ ਨੂੰ ਉਠਾਲੀ 'ਚ ਪਾਇਆ, ਥੱਲਿਓ ਅੱਗ ਦਾ ਸੇਕ ਲਾ ਕੇ ਢਾਲਣਾ ਸ਼ੁਰੂ ਕੀਤਾ, ਢਲ ਗਈ, ਮੈਲ ਸੜ ਗਈ। ਉਹਨੇ ਫਿਰ ਉਸੇ ਨੂੰ ਕੱਟ ਕੇ ਜਾਂ ਉਹਦੇ ਵਿੱਚੋਂ ਮੁੰਦਰੀ, ਚੈਨਾ, ਛੱਪਾਂ, ਜੋ ਕੁਝ ਵੀ ਗਹਿਣੇ ਨੇ, ਕਈ ਗਹਿਣੇ ਬਣਾ ਦਿੱਤੇ। ਪਰ ਯਾਦ ਰੱਖਿਓ, ਪਹਿਲਾਂ ਗਹਿਣੇ ਕੋਈ ਨਹੀਂ ਸਨ, ਉਸੇ ਸੋਨੇ ਦੇ ਵਿੱਚ ਸਮਾਏ ਹੋਏ ਸਨ, ਪਰ ਸੁਨਾਰ ਨੇ ਉਹਨਾਂ ਨੂੰ ਬਾਹਰ ਕੱਢਿਆ, ਗਹਿਣੇ ਬਣ ਗਏ। ਪੰਜ ਦਸ ਸਾਲ, ਵੀਹ ਸਾਲ ਗਹਿਣਾ ਬੀਬੀਆਂ ਪਾਇਆ, ਉਦੋਂ ਬਾਅਦ ਸੁਨਾਰ ਨੂੰ ਵੇਚ ਦਿੱਤਾ। ਉਹਨੇ ਜਿੰਨੇ ਗਹਿਣੇ ਸਨ ਸਾਰੇ ਇਕੱਠੇ ਕਰਕੇ ਫਿਰ ਉਠਾਲੀ ਸੱਦੇ, ਥੱਲੇ ਉਹ ਅੱਗ ਲਾਈ, ਢਾਲ ਕੇ ਫਿਰ ਸੋਨੇ ਦੀ ਡਲੀ ਬਣਾ ਦਿੱਤੀ। ਸੌਖਾ ਸਮਝ ਦਾ ਤਰੀਕਾ ਹੈ, ਜਦੋਂ ਗਹਿਣੇ ਨਹੀਂ ਉਦੋਂ ਉਹ ਡਲੀ ਦੇ ਵਿੱਚ ਸਨ, ਫਿਰ ਨਿਕਲੇ ਤੇ ਵੱਖ ਵੱਖ ਹੋ ਗਏ, ਵੱਖ ਹੋ ਕੇ ਵੀ ਸੋਨਾ ਉਹਨਾਂ ਤੋਂ ਵੱਖ ਨਹੀਂ ਹੋਇਆ। ਮੰਨ ਲਓ ਡਲੀ ਸੋਨੀ, ਡਲੀ ਸ਼ਬਦ ਵਰਤਿਆ ਬਾਬਾ ਜੀ ਨੇ, ਕਿਹਾ ਅਲੰਕਾਰ ਮਿਲ ਫੈਲੀ ਹੋਈ ਗਏ, ਤਾਂ ਤੇ ਕਣਕ ਵਖਾਨੀ ਗੁਰੂ ਗ੍ਰੰਥ ਸਾਹਿਬ ਤੋਂ ਹੁੰਦੀ। ਅਲੰਕਾਰ ਦਾ ਅਰਥ ਹੁੰਦਾ ਗਹਿਣਾ ਤੇ ਥੈਲੀ ਦਾ ਅਰਥ ਹੁੰਦਾ ਡਲੀ ਬਣ ਜਾਣੀ, ਗਹਿਣਾ ਡਲੀ ਹੋ ਗਿਆ। ਭਾਵੇਂ ਉਸ ਡਲੀ ਚੋਂ, ਉਸ ਟੁਕੜੇ ਚੋਂ ਜਾਂ ਸੋਨੇ ਦੀ ਇੱਟ ਚੋਂ ਗਹਿਣੇ ਨਿਕਲੇ, ਤੁਸੀਂ ਉਹਨਾਂ ਨੂੰ ਇੱਥੋਂ ਲਿਜਾ ਕੇ ਇੰਡੀਆ ਕਿੰਨੇ ਮੀਲ ਦੂਰ ਲੈ ਜਾਓ, ਸੱਤ ਸਮੁੰਦਰ ਦੂਰ ਲੈ ਜਾਓ, ਪਰ ਸੋਨਾ ਨਾਲ ਹੀ ਜਾਣਾ ਜੇ, ਸੋਨੇ ਦਾ ਗਹਿਣਾ,
ਪਰ ਜਿੱਦਣ ਪਿਆਰੋ ਢਾਲੋਗੇ ਫਿਰ ਦਲੀ ਦੀ ਦਲੀ ਬਣ ਜਾਣੀ ਹੈ। ਬਸ ਆਹ ਹੈ ਰਚਨਾ, ਥੋੜ੍ਹਾ ਜਿਹਾ ਮੈਂ ਫਿਰ ਬੇਨਤੀ, ਜੇ ਮੈਂ ਨਾਮ ਦੀ ਗੱਲ ਨਹੀਂ ਕੀਤੀ, ਉਹ ਜਿਵੇਂ ਸੋਨੇ ਚੋਂ ਨਿਕਲਦਾ ਹੈ ਗਹਿਣਾ ਫਿਰ ਦੁਬਾਰਾ ਘੱਟ ਜਾਂਦਾ ਹੈ, ਵਾਹਿਗੁਰੂ ਜੀ ਜਿੱਦਣ ਆਪਣੇ ਆਪੇ ਤੋਂ ਰਚਨਾ ਕੀਤੀ ਉਹਨੇ ਪਤਾ ਨਹੀਂ ਕਿੰਨੇ ਕੁ ਖੰਡ ਬ੍ਰਹਿਮੰਡ ਸਾਜ ਦਿੱਤੇ ਆ। ਹੁਣ ਇਹ ਚਲੋ ਸਾਇੰਸ ਪੜ੍ਹਨ ਵਾਲੇ ਨੂੰ ਪਤਾ ਹੈ, ਆਇਨਸਟਾਈਨ ਨੇ ਗੱਲ ਕੀਤੀ ਵੀ ਫੈਲਾਅ ਹੋ ਰਿਹਾ, ਪਰ ਉਹਦਾ ਜ਼ਿਕਰ ਨਾ ਕੀਤਾ ਜ਼ਿਆਦਾ। ਪਰ ਹੁਣ ਇਹ ਕਿਹਾ ਜਾ ਰਿਹਾ ਵੀ ਇਹ ਬ੍ਰਹਿਮੰਡ ਫੈਲ ਰਿਹਾ ਹੈ, ਇਹ ਸੁਕੜ ਨਹੀਂ ਰਿਹਾ, ਇਹ ਵੱਧ ਰਿਹਾ। ਜੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਆਪਣੇ ਆਪੇ ਵਿੱਚ ਸੀ, ਸੁਣ ਸਮਾਧ ਵੀ ਸੀ, ਉਦੋਂ ਉਹਨੇ ਆਪਣੇ ਆਪ ਦਾ ਪਸਾਰਾ ਕੀਤਾ। ਤੇ ਪਸਾਰੇ ਦਾ ਅਰਥ ਕੇਵਲ ਧਰਮ ਸਥਾਨ ਨਹੀਂ, ਧਰਮ ਗ੍ਰੰਥ ਨਹੀਂ, ਪਸਾਰੇ ਵਿੱਚ ਉਹਨੇ ਚੰਗੇ ਵੀ ਪੈਦਾ ਕੀਤੇ ਤੇ ਮੰਦੇ ਵੀ ਪੈਦਾ ਕੀਤੇ, ਜਿਹਨੂੰ ਕਬੀਰ ਸਾਹਿਬ ਨੇ ਕਿਹਾ ਅਵਲ ਅੱਲਾ, ਅਵਲ ਅੱਲਾ, ਸਭ ਤੋਂ ਪਹਿਲਾਂ ਅੱਲਾ, ਜਿਹਨੂੰ ਆਪੀ ਨੇ ਬਾਬਾ ਜੀ ਕਹਿੰਦੇ ਪਏ ਆ, ਅਵਲ ਅੱਲਾ, ਸਭ ਤੋਂ ਪਹਿਲਾਂ ਅੱਲਾ ਆਪੀ ਨੇ। ਫਿਰ ਕੀ ਜੀ, ਨੂਰ ਉਪਾਇਆ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦਾ ਆਪੀ ਨੇ ਰਚਿਓ ਨਾਉ ਨੂਰ, ਨੂਰ ਤੋਂ ਬਿਨਾਂ ਇਹ ਸੰਸਾਰ ਨਹੀਂ ਹੋ ਸਕਦਾ, ਇਹ ਚੰਗੇ ਵੀ ਬਣੇ ਤੇ ਮੰਦੇ ਵੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਹੁਣ ਇਹ ਫਿਰ ਮੈਂ ਉਸ ਵਿਸ਼ੇ ਤੇ ਆਵਾਂਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾਮ ਸੱਚ ਬਾਕੀ ਝੂਠ, ਪਰ ਜਦੋਂ ਬੰਦਾ ਹੀ ਮਰ ਜਾਣਾ ਅੱਖਰ ਹੀ ਨਹੀਂ ਰਹਿਣਾ, ਫਿਰ ਨਾਮ ਕਿਹੜਾ ਰਹਿਣਾ। ਬਸ ਇਸੇ ਨੂੰ ਅਰਜ ਕਰਨ ਲੱਗਾ, ਆਪੀ ਨੇ ਆਪ ਸਾਜਿਓ, ਉਹਨੇ ਜਦੋਂ ਸਾਕਾਰ ਕੀਤਾ ਆਪਣੇ ਆਪ ਨੂੰ। ਆ ਜਿੰਨੇ ਖੰਡ ਬ੍ਰਹਿਮੰਡ ਨੇ, ਇੱਕ ਹੋਰ ਗੱਲ, ਜੇ ਅਸੀਂ ਕੋਈ ਚੀਜ਼ ਬਣਾਉਂਦੇ ਹਾਂ, ਕਾਰੀਗਰ ਹੁੰਦਾ ਨਾ ਕਰਤਾ, ਕਿਸੇ ਚੀਜ਼ ਦਾ ਵੀ ਕਾਰੀਗਰ, ਉਹਦੇ ਕੋਲ ਹੁਨਰ ਹੈ, ਇੰਜੀਨੀਅਰ ਬੈਠੇ ਹੋਣਗੇ ਇੱਥੇ ਆਪਣੇ 'ਚ, ਉਹਨਾਂ ਕੋਲ ਹੁਨਰ ਹੈ ਚੀਜ਼ ਨੂੰ ਬਣਾਉਣ ਦਾ, ਪਰ ਮਟੀਰੀਅਲ ਤੋਂ ਬਿਨਾਂ ਕਿਵੇਂ ਬਣੇਗੀ ਜੀ। ਮੰਨ ਲਓ ਇੱਕ ਇਮਾਰਤ ਅਸੀਂ ਕਾਰੀਗਰ ਤੇ ਹੁੰਦੇ ਹਾਂ ਵੀ ਆਪਾਂ ਘਰ ਬਣਾਉਣਾ, ਉਹਨੂੰ ਇੰਨਾ ਪਤਾ ਮੈਂ 2 ਮੰਜ਼ਲੀ 3 ਮੰਜ਼ਲੀ 4 ਮੰਜ਼ਲੀ 100 ਮੰਜ਼ਲੀ ਇਮਾਰਤ ਬਣਾ ਦਿਆਂਗਾ, ਤੇ ਇਕੱਲਾ ਕਾਰੀਗਰ ਖਲੋਤਾ ਰਹੇ, ਨਾ ਉੱਥੇ ਲੱਕੜ ਹੋਵੇ, ਨਾ ਉੱਥੇ ਲੋਹਾ ਹੋਵੇ, ਨਾ ਸੀਮੈਂਟ ਹੋਵੇ, ਉਹ ਇਕੱਲਾ ਕੀ ਕਰੂਗਾ। ਇਹਦਾ ਮਤਲਬ ਕਾਰੀਗਰ ਦੇ ਹੁਨਰ ਨਾਲ ਮਟੀਰੀਅਲ ਜ਼ਰੂਰੀ ਹੈ, ਜੇ ਪਦਾਰਥ ਨਹੀਂ ਮਟੀਰੀਅਲ ਨਹੀਂ ਉਹ ਇਕੱਲਾ ਕਿਵੇਂ ਬਣਾਏਗਾ। ਰੱਬ ਨੇ ਇਸ ਤਰ੍ਹਾਂ ਨਹੀਂ ਬਣਾਇਆ ਕਿ ਮਟੀਰੀਅਲ ਬਾਹਰੋਂ ਆਇਆ ਤੇ ਤਾਂ ਬਣਾਇਆ, ਸੱਚ ਇਹਦੇ ਗੁਰੂ ਕਹਿੰਦਾ ਉਹਨੇ ਇੱਕ ਹੁਕਮ ਦੇ ਵਿੱਚੋਂ ਹੀ ਸਭ ਕੁਝ ਬਣਾ ਦਿੱਤਾ। ਇਹਨੂੰ ਚਮਤਕਾਰ ਕਹੋ, ਜੋ ਮਰਜ਼ੀ ਕਹੋ, ਕੀਤਾ ਪਸਾਓ ਏਕੋ ਪਵਾਓ ਤਿਸਤੇ ਹੋਏ ਲੱਖ ਦੇ। ਇਹਨੂੰ ਇੱਕ ਹੋਰ ਡੂੰਘਾ ਸ਼ਬਦ ਵਰਤਿਆ, ਤੁਸੀਂ ਰੋਜ਼ ਪੜ੍ਹਦੇ ਹੋ, ਇਹ ਮੈਂ ਜਪਜੀ ਸਾਹਿਬ ਜੋ ਕੋਟ ਕਰ ਰਿਹਾ, ਇੱਕ ਸ਼ਬਦ ਪੜ੍ਹਦੇ ਹੋ, ਹੁਕਮੀ ਹੋਵਨ ਆਕਾਰ ਤੇ ਥੇਰੀ ਕਿਆ ਬੰਦੇ। ਜਿੰਨੇ ਵੀ ਢਾਂਚੇ ਨੇ ਇਹ ਹੁਕਮ ਚੋਂ ਨਿਕਲਿਆ। ਗੁਰਮੁਖੋ ਮੇਰੀ ਬੇਨਤੀ ਹੈ, ਜਦੋਂ ਉਸ ਨਿਰਗੁਣ ਨੇ ਸੁਣ ਨੇ ਆਪਣਾ ਪਸਾਰਾ ਕੀਤਾ, ਇਹ ਨਾਮ ਤੋਂ ਬਿਨਾਂ ਬਾਣੀ ਕੁਝ ਨਹੀਂ ਸਕਦਾ, ਨਾਮ ਤੋਂ ਬਿਨਾਂ ਕੁਛ ਨਹੀਂ ਬਣ ਸਕਦਾ। ਹੁਣ ਧਰਮਾਂ ਦੇ ਨਾਂ ਪਾਸੇ ਅਸੀਂ ਵਾਹਿਗੁਰੂ ਕਹਿੰਦੇ ਹਾਂ, ਪਰ ਸਤਨਾਮ ਕਹਿੰਦੇ ਹਾਂ, ਕੋਈ ਰਾਮ ਕਹਿੰਦਾ, ਅੱਲਾ ਕਹਿੰਦਾ। ਗੁਰਮੁਖੋ ਨਾਮ ਅਸਲ 'ਚ ਉਹ ਸ਼ਕਤੀ ਹੈ ਕਿ ਜਿਹੜੀ ਇਸ ਕਿਰਤ ਨੂੰ ਕਰਤੇ ਦੇ ਨਾਲ ਅੰਦਰੋਂ ਜੋੜ ਕੇ ਬੈਠੀ ਹੋਈ ਹੈ। ਨਾਮ ਤੋਂ ਬਿਨਾਂ ਨਾਮ ਤੋਂ ਬਿਨਾਂ ਵਾਜਾ ਹੈ, ਆਪ ਰੋਜ਼ ਪੜ੍ਹਦੇ ਹੋ, ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ, ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਬਖਾਣ, ਜਿਨ ਇਹ ਲਿਖੇ ਸਿਰ ਸਿਰ ਨਾਹੀਂ। ਹੁਣ ਮਹਾਰਾਜ ਕੀ ਕਹਿ ਰਹੇ,
ਫਿਰ ਅਗਲੀ ਗੱਲ ਚ ਕੀਰਤ ਵਿੱਚ ਜੇਤਾ ਕੀਤਾ ਤੇਤਾ ਨਾਉ ਬਿਣ ਨਾਮ ਹੈ ਨਾ ਹੀ ਕੋ ਥਾਂ, ਕੋਈ ਨਾਮ ਤੋਂ ਬਿਨਾਂ ਥਾਂ ਹੈ। ਗੁਰਮੁਖੋ ਇਸ ਨੂੰ ਫਿਰ ਧਿਆਨ ਦੇਣ, ਤੁਹਾਡਾ ਧੰਨਵਾਦ। ਤੁਸੀਂ ਇਕਾਗਰਤਾ ਨੂੰ ਮੇਰੀ ਗੱਲ ਸੁਣ ਰਹੇ ਹੋ, ਬਾਬਾ ਜੀ ਦੇ ਬਚਨ ਉਸ ਆਪੀ ਨੇ ਜਿਹੜਾ ਆਪ ਸਾਜਿਆ ਸਾਕਾਰ ਕੀਤਾ, ਉਹਨੇ ਨਾਮ ਪੈਦਾ ਕੀਤਾ। ਨਾਮ ਤੋਂ ਬਿਨਾਂ ਕੁਝ ਬਣ ਹੀ ਨਹੀਂ ਸਕਦਾ। ਨਾਮ ਇੱਕ ਐਨਰਜੀ ਹੈ, ਨਾਮ ਇੱਕ ਸ਼ਕਤੀ ਹੈ ਜਿਹੜੀ ਸਾਨੂੰ ਨਾਮੀ ਨਾਲ ਜੋੜਦੀ ਹੈ। ਇਹਨੂੰ ਥੋੜ੍ਹਾ ਜਿਹਾ ਸੌਖਾ ਬਣਾ ਦਿਆਂ, ਸੂਰਜ ਤੱਕ ਕੋਈ ਪਹੁੰਚਿਆ ਜੀ? ਠੀਕ ਹੈ, ਸਾਨੂੰ ਰੋਸ਼ਨੀ ਦੇ ਰਿਹਾ, ਸੂਰਜ ਨਾਲ ਸਾਡਾ ਸੰਬੰਧ ਕਿੰਨੇ ਬਣਾਇਆ? ਕਿਰਨ ਨੇ ਨਾ, ਰੋਸ਼ਨੀ ਨੇ ਬਣਾਇਆ। ਅਸੀਂ ਇਸ ਧਰਤੀ ਤੇ ਬੈਠੇ ਹਾਂ, ਸੂਰਜ ਕਿੰਨੇ ਕਿੰਨਾ ਸਾਡੇ ਤੋਂ ਦੂਰ, ਕਰੋੜਾਂ ਕੋ, ਪਰ ਜਦੋਂ ਕਿਰਨ ਨਿਕਲਦੀ ਹੈ, ਕਿਰਨ ਹਰ ਬੰਦੇ ਦਾ ਸੰਬੰਧ, ਸੂਰਜ ਉਹਨੇ ਬਨਸਪਤੀ ਦਾ ਸੰਬੰਧ ਬਣਾ ਦਿੱਤਾ, ਬੰਦਿਆਂ ਦਾ ਬਣਾ ਦਿੱਤਾ, ਪੰਛੀਆਂ ਦਾ ਬਣਾ ਦਿੱਤਾ, ਪਸ਼ੂਆਂ ਦਾ ਬਣਾ ਦਿੱਤਾ। ਸੂਰਜ ਇੱਕ ਹੈ, ਇੱਕ ਸੂਰਜ ਵਿੱਚੋਂ ਨਿਕਲਦੀਆਂ ਕਿਰਨਾਂ ਨੇ ਇਹ ਕਰੋੜਾਂ ਜੀਵ ਇੱਕੋ ਦਮ ਉਸ ਕਿਰਨ ਨੇ ਸੂਰਜ ਨਾਲ ਜੋੜ ਕੇ ਰੱਖ ਦਿੱਤੇ। ਰੱਬ ਵਾਹਿਗੁਰੂ ਜੀ ਇੱਕ ਹੈ, ਨਾਮ ਦੀ ਕਿਰਨ ਨੇ ਸਾਰਿਆਂ ਨੂੰ ਰੱਬ ਨਾਲ ਜੋੜ ਕੇ ਰੱਖਿਆ। ਕਿਸੇ ਨੂੰ ਸਮਝ ਪਏ ਨਾ ਪਏ, ਕੋਈ ਨਾਮ ਤੋਂ ਬਿਨਾਂ ਖਾਲੀ ਹੈ? ਉਹ ਜਿਹੜਾ ਨਾਮੀ ਹੈ, ਪਰ ਉਹਦਾ ਨਾਮ ਦਾ ਅਰਥ ਇਹ ਨਹੀਂ ਕਰਾਂਗੇ ਜਿਵੇਂ ਇਸਲਾਮ ਕਹਿੰਦਾ ਸੱਤਵੇਂ ਅਸਮਾਨ ਤੇ ਹੈ, ਜਿਵੇਂ ਸਿਰਜ ਦਿੰਦੇ ਨੇ ਉੱਥੇ ਬੈਠਾ। ਨਹੀਂ, ਉਹ ਜਿੱਥੇ ਨਾਮ ਹੋਵੇਗਾ ਉੱਥੇ ਨਾਮੀ ਜ਼ਰੂਰ ਹੋਵੇਗਾ। ਫਿਰ ਬੇਨਤੀ, ਜਿੱਥੇ ਨਾਮ ਹੈ ਉੱਥੇ ਨਾਮੀ, ਨਾਮੀ ਦਰ ਸਮਝ ਗਏ ਨਾ, ਜਿਹਦਾ ਨਾਮ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਭਾਈ ਸਿੱਖੋ, ਨਾਮ ਇੱਕ ਸ਼ਕਤੀ ਹੈ, ਨਾਮ ਇੱਕ ਤਾਕਤ ਹੈ, ਨਾਮ ਇੱਕ ਸੇਤੂ ਹੈ, ਉਹ ਸਾਨੂੰ ਨਾਮੀ ਨਾਲ ਜੋੜਦਾ ਹੈ। ਅਤੇ ਜਿਹੜਾ ਨਾਮ ਜਪਣ ਵਾਲਾ ਹੈ, ਸਾਰੇ ਗੁਣ ਉਹਦੇ ਅੰਦਰ ਨਾਮੀ ਦੇ ਆ ਜਾਂਦੇ ਨੇ, ਜਿਹੜਾ ਨਾਮ ਨਾਲ ਜੁੜ ਜਾਂਦਾ। ਇਸੇ ਨੂੰ ਸਤਿਗੁਰੂ ਨੇ ਕਿਹਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਆਹ ਦੋਈ ਕੁਦਰਤ, ਦੂਜੀ ਮਾਇਆ ਘਰ ਗਿਆ, ਦੋਈ ਦਵੈਸ਼ ਵਾਲਾ ਨਹੀਂ, ਇਸ ਦਵੰਦ ਦੇ ਵਿੱਚ ਵੀ ਉਹ ਆਪ ਵਰਤਦਾ ਪਿਆ ਹੈ। ਦਵੰਦ ਦਾ ਅਰਥ ਵਿਪਰੀਤ, ਹਰ ਇੱਕ ਸੋਗ, ਖੁਸ਼ੀ, ਗਮੀ, ਚੰਗਾ ਮੰਦਾ, ਪਾਪ ਪੁੰਨ। ਇਹਨੂੰ ਫਿਰ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ। ਮੈਂ ਆਪ ਨੂੰ ਇੱਕ ਹੋਰ ਬੇਨਤੀ ਕਰਨਾ ਕਿ ਆਪਾਂ ਕਹਿੰਦੇ ਵੀ ਦੋਵਾਂ ਪਾਸੇ ਕਿਵੇਂ, ਪਾਪ ਪੁੰਨ, ਖੁਸ਼ੀ ਗਮੀ, ਜਨਮ ਮੌਤ, ਹਰ ਇੱਕ ਸੋਗ, ਮਾਨ ਅਪਮਾਨ, ਉਸਤ ਨਿੰਦਿਆ, ਦੋਵਾਂ ਸਿਰਿਆਂ ਦਾ ਆਪ ਸੁਆਮੀ ਹੈ ਉਹ, ਦੋਵੇਂ ਸਿਰੇ ਉਹਦੇ ਵੀ। ਇਸੇ ਕਰਕੇ ਜਪਜੀਤ ਸਾਹਿਬ ਵਿੱਚ ਸ਼ੁਭ ਕਰਮਾਂ ਨੂੰ ਵੀ ਰੱਬ ਦੀ ਕਾਰ ਕਿਹਾ ਤੇ ਮੰਦ ਕਰਮੀਆਂ ਨੂੰ ਵੀ ਰੱਬ ਦੀ ਕਾਰ ਕਿਹਾ। ਅਸੰਖ ਜਪ ਅਸੰਖ ਭਾਉ, ਉਹਦੇ ਅਖੀਰ ਚ ਕਹਿੰਦਾ ਜੋ ਤੁਧ ਭਾਵੈ ਸਾਈ ਭਲੀ ਕਾਰ। ਤੇ ਜਦੋਂ ਅਸੰਖ ਮੂਰਖ ਅੰਧ ਘੋਲ ਗਿਆ, ਨਾਨਕ ਨੀਚ ਕਹਿ ਵਿਚਾਰ, ਉਹਦੇ ਵਿੱਚ ਵੀ ਕਹਿੰਦੇ ਆ ਜੋ ਤੁਧ ਭਾਵੈ ਸਾਈ ਭਲੀ ਕਾਰ। ਮੈਂ ਫਿਰ ਅਰਜ਼ ਕਰਾਂ, ਨਾਮ ਉਹਦੇ ਚੋਂ ਆਪਣੀ ਨਿਕਲੀ, ਜਿਹੜਾ ਸੋਹਣੀ ਸੀ ਨਾਮ ਉਹਦੇ ਚੋਂ ਨਿਕਲਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਫਿਰ ਦੋਈ ਕੁਦਰਤ ਸਾਜੀਐ, ਫਿਰ ਸਾਜ ਕੇ ਕਰ ਆਸਨ ਡਿੱਠੋ ਚਾਓ। ਆਸਨ ਦਾ ਅਰਥ ਹੁੰਦਾ ਟਿਕਾਣਾ ਬਣਾ ਲੈਣਾ, ਡਿੱਠੋ ਵੇਖ ਰਿਹਾ ਹੈ ਚਾਹ ਦੇ ਨਾਲ, ਕਰ ਆਸਨ ਡਿੱਠੋ ਚਾਓ। ਪਰ ਅਗਲੀ ਗੱਲ, ਉਹ ਨਰਜਿੰਦ ਨਹੀਂ ਵੀ ਹੋਏ ਨਹੀਂ ਜੀ, ਅੱਗੇ ਗੁਰੂ ਜੀ ਕਹਿੰਦੇ ਆ ਉਹ ਕਰਤਾ ਹੈ, ਪਰ ਕਰਤੇ ਤੋਂ ਪਹਿਲਾਂ ਦਾਤਾ ਹੈ। ਜੋ ਕੁਝ ਉਹਨੇ ਕੀਤਾ ਪਹਿਲਾਂ, ਉਹ ਪਿਆਰ ਦਾਤਾ ਪ੍ਰੇਮ ਤੋਂ ਬਿਨਾਂ ਨਹੀਂ ਬਣਿਆ ਜਾਂਦਾ। ਸਿੱਧੀ ਜੀ ਗੱਲ, ਕਿਸੇ ਬੰਦੇ 'ਤੇ ਤੁਸੀਂ ਤਰਸ ਕਰੋ, ਇਹ ਉਦਾਹਰਣ ਦੁਨਿਆਵੀ ਹੈ, ਉਸ ਤਰਸ ਵਿੱਚੋਂ ਨਿਕਲੇਗਾ ਮੈਂ ਕੁਝ ਦਿਆਂ,
ਰੱਬ ਨੇ ਜੇ ਦਾਤ ਦਿੱਤੀ ਉਹਨੇ ਕਰਤੇ ਤੋਂ ਪਹਿਲਾਂ ਦਾਤੇ ਵਾਲਾ ਕੰਮ ਕੀਤਾ ਹੈ। ਜੀਵ ਬਾਅਦ 'ਚ ਪੈਦਾ ਹੁੰਦਾ, ਰੋਜੀ ਪਹਿਲਾਂ ਬਣਾਈ ਬੈਠਾ ਹੈ। ਪਹਿਲੋਂ ਦੇਤਾ ਰਿਜਕ ਸੰਵਾਹ, ਪਿੱਛੋਂ ਦੇਤਾ ਜੰਤੂ ਪਾਹ। ਦਾਤਾ ਕਰਤਾ ਉਹ ਬਣਾਉਣ ਵਾਲਾ ਵੀ ਇਹ ਦਾਤਾ ਵੀ ਦੇ ਰਿਹਾ, ਦਾਤਾ ਵੀ ਹੈ। ਸੱਚ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵਚਨ ਹੁੰਦਾ ਕਿ ਪ੍ਰਥਮ ਹੈ ਮਾਖਣ ਪਾਛੈ ਦੂਧ ਮੈਲੋ ਕਿਨੋ ਸਾਬਣ ਸੂਦ। ਰਾਮਕਲੀ ਰਾਗ ਚ ਕਹਿੰਦੇ ਨੇ ਪਹਿਲਾਂ ਜਦੋਂ ਬੱਚੇ ਦਾ ਜਨਮ ਨਹੀਂ ਹੋਇਆ, ਚਾਹੇ ਇਨਸਾਨ ਦਾ ਬੱਚਾ ਪਸ਼ੂ ਦਾ ਬੱਚਾ, ਜਿਹੜੇ ਸੰਤਧਾਰੀ ਜੀਵ ਨੇ ਜੇਰਗ ਵਿੱਚੋਂ ਨੇ, ਅਜੇ ਜਨਮ ਨਹੀਂ ਹੋਇਆ ਤੇ ਰੱਬ ਨੇ ਉਸ ਬੱਚੇ ਦੀ ਖੁਰਾਕ ਮਾਂ ਦੇ ਸੀਨੇ ਚ, ਚਾਹੇ ਪਸ਼ੂ ਵੀ ਹੈ, ਉਹਦੇ ਅਸਥਾਨ ਚ ਇਸ ਤਰ੍ਹਾਂ ਜਮਾਈ ਪਈ ਹੈ ਜਿਵੇਂ ਮੱਖਣ ਜੰਮਿਆ ਹੈ। ਜਦੋਂ ਬੱਚੇ ਦਾ ਜਨਮ ਹੁੰਦਾ, ਮੱਖਣ ਨੂੰ ਪਗਲਾ ਕੇ ਉਹਨੇ ਦੁੱਧ ਪਤਲਾ ਕਰ ਦਿੱਤਾ। ਇਹਦਾ ਮਤਲਬ ਜਿਹੜਾ ਆ ਰਿਹਾ ਉਹਨੇ ਰਿਜ਼ਕ ਦਾ ਪ੍ਰਬੰਧ ਪਹਿਲਾਂ ਕੀਤਾ, ਉਹ ਦਾਤਾ ਹੈ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਛਾਓ। ਤੂੰ ਤੁੱਤ ਕੇ ਦੇ ਰਿਹਾ, ਮਜਬੂਰੀ ਚ ਨਹੀਂ। ਬੰਦਾ ਥੱਕ ਜਾਂਦਾ ਮਜਬੂਰੀ ਚ, ਕਹਿੰਦਾ ਇੱਥੋਂ ਤੱਕ ਪਿਆਰਿਓ, ਪੁੱਤਰਾਂ ਧੀਆਂ ਦਾ ਭਾਰ ਵੀ ਚੁੱਕ ਚੁੱਕ ਕੇ ਅਖੀਰ ਤੇ ਥੱਕ ਕੇ ਕਹਿੰਦਾ ਹੁਣ ਮੇਰੀ ਬੱਸ ਹੋ ਗਈ। ਰੱਬ ਦੀ ਕਦੀ ਬੱਸ ਨਹੀਂ ਹੁੰਦੀ, ਉਹ ਤੁਸ ਕੇ ਦੇਖਦਾ। ਤੁਸ ਦੇਵੈ ਕਰੈ ਪਛਾਓ, ਤੂੰ ਜਾਣੋਈ ਸਭ ਸੈ, ਸਭ ਨੂੰ ਜਾਣਨੇ ਦੇ ਲੈ ਸੈ, ਜਿੰਦ ਕਵਾਓ ਤੂੰ ਜਿੰਦ ਦੇਣਾ ਤੇ ਫਿਰ ਕੱਢ ਲੈਣਾ। ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰਾਂਗਾ ਕਿ ਨਾਮ ਉਹਦੀ ਤਾਕਤ ਹੈ। ਫਿਰ ਅਗਲਾ ਸਵਾਲ, ਜੀ ਫਿਰ ਅੱਖਰ ਕਿਉਂ ਜਾਪਣੇ? ਹਾਂ ਵੇਖੋ, ਜੇ ਨਾਮ ਹੈ ਅਦ੍ਰਿਸ਼ਟ ਹੈ, ਮੈਂ ਕਿਹਾ ਜੇਤਾ ਕੀਤਾ ਤੇਤਾ ਨਾ। ਆਪ ਜਪਜੀ ਸਾਹਿਬ ਚ ਇੱਕ ਪਾਠ ਕਰਦੇ ਹੋ, ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ। ਗੁਰਮੁਖ ਦੇ ਲਫ਼ਜ਼ੀ ਅਰਥ ਇਹ ਨੇ ਜਿਹਦੇ ਮੁੱਖ ਚ ਗੁਰੂ ਜਾਂ ਜਿਹਦਾ ਮੁੱਖ ਗੁਰੂ ਆ। ਗੁਰਮੁਖ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਪਰਮਾਤਮਾ ਨੇ ਵੀ ਵਰਤਿਆ ਹੈ। ਇੱਥੋਂ ਤੱਕ ਕਿ ਭਾਈ ਗੁਰਦਾਸ ਸਾਹਿਬ ਨੇ ਗੁਰਮੁਖ ਲਫ਼ਜ਼ ਗੁਰੂ ਨਾਨਕ ਸਾਹਿਬ ਵੀ ਵਰਤਿਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ ਜੀ, ਗੁਰੂ ਅਰਜਨ ਸਾਹਿਬ ਵੀ ਵਰਤਿਆ। ਗੁਰਮੁਖ ਸੁਖ ਪਰ ਪਿਰਮ ਰਸ ਸਹਿਜ ਸਮਾਧ ਸਾਧ ਸੰਗਾਣੀ ਗੁਰ ਅਰਜਨ ਵਿਟੋ ਕੁਰਬਾਨੀ। ਇਹ ਪਾਠ ਆਪ ਰੋਜ਼ ਕਰਦੇ ਹੋ ਜੀ, ਮੈਂ ਕੋਈ ਇਹ ਗੱਲ ਵੱਖਰੀ ਨਹੀਂ ਕਰ ਰਿਹਾ, ਇਹ ਪਾਠ ਮੈਂ ਵੀ ਕਰਨਾ। ਤੁਸੀਂ ਗੁਰਮੁਖ ਨਾਦਨ ਕੀ ਹੈ? ਇੱਕ ਤਰਤ ਗੁਰਮੁਖ ਕਰਦੇ ਗੁਰੂ ਦੇ ਸਨਮੁਖ ਰਹਿ ਕੇ ਨਾਦ। ਇੱਕ ਬੜੇ ਗੁਰਮੁਖ ਸੂਝਵਾਨ ਸੱਜਣ ਸਨ, ਉਹਨਾਂ ਨੇ ਸ਼ਬਦ ਉੱਤੇ ਕਮਾਲ ਦਾ ਕੰਮ ਕੀਤਾ ਬੋਧਕ ਤਲ ਤੇ। ਉਹਨਾਂ ਨੇ ਗੁਰਮੁਖ ਨਾਦਨ ਕੇ ਸ਼ਬਦ ਦੇ ਤਿੰਨ ਰੂਪ ਨੇ ਪਰ ਵੱਖ ਨਹੀਂ ਹੈਗਾ। ਗੁਰਮੁਖ ਨਾਦਨ ਸ਼ਬਦ ਹੈ, ਨਾਦ ਰੂਪ ਸਾਊਂਡ ਹੈ, ਜਿਹਨੂੰ ਸ਼ਬਦ ਬ੍ਰਹਮ ਕਹਿੰਦੇ ਉਹ ਨਾਦ ਰੂਪ ਹੈ। ਤੇ ਸੱਚ ਇਹ ਜੇ ਉਹ ਨਾਦ ਇਕੱਲਾ ਸਿੱਖਾਂ ਚ ਨਹੀਂ, ਇਕੱਲਾ ਹਿੰਦੂਆਂ ਚ ਨਹੀਂ, ਕੋਈ ਥਾਂ ਐਸੀ ਨਹੀਂ ਜਿੱਥੇ ਰੱਬ ਦੇ ਨਾਮ ਦਾ ਨਾਦ ਨਹੀਂ ਗੂੰਜ ਰਿਹਾ। ਸਰੀਰ ਬਾਰੇ ਕਿਹਾ ਨੌਵੇਂ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਦ ਅਨਤ ਤੈ ਨਾਦ ਕਹਿਣ ਨ ਜਾਈ ਅਚਰਜ ਵਿਸ਼ਮਾਰ। ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਕੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨੰਦ ਬਾਜੇ। ਨਾਦ ਕਿਹਦੇ ਚ ਨਹੀਂ ਜੀ? ਉਹ ਉਸ ਨਾਦ ਦਾ ਰਸ ਵੀ ਵੱਖਰਾ ਹੈ। ਪੂਰਬ ਨੇ ਇਹਦੀ ਬੜੀ ਖੋਜ ਕੀਤੀ, ਜੋਗ ਮਤ ਨੇ ਬੜੀ ਗੱਲ ਕੀਤੀ। ਹੁਣ ਆਪਾਂ ਕਹਾਂਗੇ ਜੀ ਗੁਰਬਾਣੀ ਤਾਂ ਇਸ ਨਾਦ ਨੂੰ ਮੰਨਦੀ, ਮੰਨਦੀ ਕਿਉਂ ਨਹੀਂ ਜੀ? ਹਰ ਜੀਉ ਗੁਫਾ ਅੰਦਰ ਰੱਖ ਹੈ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ।
ਅਸੀਂ ਚਲੋ ਕਹਿ ਦਿਆਂਗੇ ਜੀ ਗੁਪਤ ਦਿਮਾਗ, ਦਿਮਾਗ ਤੁਹਾਡਾ ਦਸਵਾਂ ਗੁਪਤ ਰਖਾਇਆ, ਪਰ ਇਹ ਨਹੀਂ ਕਿਹਾ ਤੂੰ ਆ ਖੱਟ ਚੱਕਰ ਭੇਜ। ਹਾਲਾਂ ਮੈਨੂੰ ਪਤਾ ਵੀ ਛੇ ਛੇ ਚੱਕਰ ਜਿਹੜੇ ਆ ਵੱਖਰੀ ਵੱਖਰੀ ਥਾਂ, ਇਹਨਾਂ ਦੇ ਰੰਗ ਵੱਖਰੇ, ਇਹਨਾਂ ਦੇ ਪੱਤੇ ਵੱਖਰੇ ਨੇ। ਇੱਥੇ ਗੁਰੂ ਨੇ ਕਿਹਾ ਸੌਖਾ ਕੰਮ ਹੈ ਵੀ ਗੁਰੂ ਦੁਆਰੇ ਲਾਏ ਭਾਵ ਨਹੀਂ ਇੱਕ ਨਾ ਬਸ ਆਹ ਦੇਖੋ ਵੀ ਇਹ ਖੰਡਨ ਨਾ ਕਰੋ, ਨਹੀਂ ਇਹ ਕਹੋ ਹੈ ਸੱਚ, ਪਰ ਗੁਰੂ ਨੇ ਆਹ ਤਰੀਕਾ ਨਹੀਂ ਦੱਸਿਆ ਹੱਥ ਵਾਲਾ। ਗੁਰੂ ਨੇ ਕਿਹਾ ਗੁਰੂ ਤੇ ਭਾਵਨਾ ਬਣਾ ਸ਼ਬਦ ਕਮਾ ਕੇ ਗੁਰੂ ਮਿਲੇ। ਗੁਰੂ ਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਲਿਖਾਇਆ ਤੈ ਅਨੇਕ ਰੂਪ ਨਾਉ ਨਾਗ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਮੇਰੀ ਬੇਨਤੀ ਸੁਣਿਓ, ਗੁਰਮੁਖ ਨਾਦਨ ਉਹ ਸ਼ਬਦ ਨਾਦ ਹੋ ਕੇ ਸਭ ਚ ਵੱਜ ਰਿਹਾ ਹੈ, ਪਰ ਸਾਰੇ ਸੁਣਦੇ ਆ ਨਹੀਂ ਸੁਣਦੇ ਨੇ। ਅੱਗੇ ਹੈ ਗੁਰਮੁਖ ਵੇਦਨ, ਵੇਦ ਦਾ ਲਫ਼ਜ਼ੀ ਅਰਥ ਵੈਸੇ ਗਿਆਨ ਹੁੰਦਾ। ਚਲੋ ਆ ਨਾਸਤਕ ਸ਼ਬਦ ਵੀ ਜਿਹੜਾ ਚੱਲਿਆ ਨਾ, ਜੇ ਪੁਰਾਣੇ ਕੋਸ਼ਵਾ ਹੋਣ ਜਿਹੜਾ ਬੰਦਾ ਨਹੀਂ ਮੰਨ ਕਹਿੰਦਾ ਚੱਲੋ ਨਾਸਤਕ, ਨਾਸਤਕ ਉਹਨੂੰ ਨਹੀਂ ਸਨ ਕਹਿੰਦਾ ਜਿਹੜਾ ਰੱਬ ਨੂੰ ਨਹੀਂ ਮੰਨਦਾ। ਬ੍ਰਾਹਮਣ ਕਹਿੰਦਾ ਸੀ ਜਿਹੜਾ ਵੇਦ ਨੂੰ ਨਹੀਂ ਮੰਨਦਾ ਉਹ ਨਾਸਤਿਕ। ਵੇਦ ਦਾ ਲਫ਼ਜ਼ੀ ਅਰਥ ਗਿਆਨ ਹੈ, ਗ੍ਰੰਥ ਰੂਪ ਵਿੱਚ ਵੀ ਆਇਆ ਗਿਆਨ ਵਿੱਚ। ਗੁਰਮੁਖ ਵੇਦਨ ਜਿਹਨਾਂ ਨੇ ਉਸ ਨਾਦ ਨੂੰ ਸੁਣਿਆ, ਜਿਹਨਾਂ ਨੇ ਸਾਰਿਆਂ ਨੇ ਸੁਣਿਆ, ਜਿਹਨਾਂ ਨੇ ਅੰਦਰੋਂ ਸੁਣਿਆ, ਅੰਦਰ ਨੂੰ ਇਕਾਗਰ ਕਰ ਦਿੱਤਾ, ਰੱਬ ਨੇ ਸੁਰਤ ਬਿਲਕੁਲ ਟਿਕਾ ਦਿੱਤੀ, ਸੱਚੀ ਉੱਚੀ ਅੰਦਰੋਂ ਕੀਰਤਨ ਹੋਣਾ ਸ਼ੁਰੂ ਹੋ ਗਿਆ। ਇੱਕ ਵਾਰ ਮੈਂ ਅਰਜ਼ ਕੀਤੀ, ਦਰਬਾਰ ਸਾਹਿਬ ਦਾ ਜ਼ਿਕਰ ਹੈ, ਚਲੋ ਮੈਂ ਸਾਖੀ ਰੂਪ ਕਹਿ ਦੇਣਾ ਵੀ ਖੁਸ਼ਕੀ ਨਾ ਬਣੇ, ਵਿਸ਼ਾ ਬੜਾ ਡੂੰਘਾ ਹੈ, ਕਿਉਂਕਿ ਨਾਮ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਮ ਨਾਮ ਹੀ ਰਹੇਗਾ, ਪਰ ਜਦੋਂ ਸਭ ਕੁਝ ਮਿਟਣਾ ਉਦੋਂ ਗੁਰਦੁਆਰੇ ਰਹਿਣੇ ਨੇ, ਉਦੋਂ ਮੰਦਰ ਰਹਿਣੇ ਨੇ, ਚਰਚ ਰਹਿਣੇ ਨੇ, ਕੁਛ ਵੀ ਨਹੀਂ ਰਹਿਣਾ, ਨਾ ਪੋਥੀ ਰਹਿਣੀ, ਨਾ ਤਬੀਤ ਰਹਿਣਾ, ਨਾ ਅਵਤਾਰ। ਗੁਰੂ ਕਹਿੰਦਾ ਨਾ ਦੇਵ ਦਾ ਨਵਾਰਾ, ਨਾ ਨਰਾ, ਨਾ ਸਿੱਧ ਸਾਧਕਾ ਧਰਾ, ਅਸ ਏਕ ਬਿਗਦ ਕੋਈ ਏਕ ਤੂੰ, ਕੁਛ ਨਹੀਂ ਰਹਿਣਾ, ਸਿਰਫ ਤੂੰ ਰਹੇਗਾ। ਫਿਰ ਸਵਾਲ ਉੱਠਦਾ ਵੀ ਇਹ ਕਿਵੇਂ ਰਹੇਗਾ, ਪਰ ਇਹਦਾ ਅਰਥ ਹੋ ਸਕਦਾ ਮੁਕੰਮਲ ਨਾ ਹੋਵੇ, ਪਰ ਜਿੰਨੀ ਕੁ ਸਮਝ ਕਿ ਗੁਰਮੁਖ ਪਿਆਰਾ ਤੁਰਿਆ ਜਾ ਰਿਹਾ ਸੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ, ਆਪੋ ਆਪਣੀ ਭਾਵਨਾ ਜੀ। ਜੇ ਮੈਂ ਪਹਿਲੇ ਹੀ ਇਸ ਬਿਰਤੀ ਨਾਲ ਤੁਰ ਗਿਆ, ਮੈਂ ਇਸ ਚੀਜ਼ ਦਾ ਇੱਥੇ ਖੰਡਨ ਕਰਨਾ, ਤੁਸੀਂ ਪੁੱਠੇ ਵੀ ਲਟਕੇ ਰਹੋ, ਪੱਲੇ ਕੁਛ ਨਹੀਂ ਪੈਣਾ। ਦਰਿਆ ਵਗ ਰਿਹਾ, ਅਤੇ ਜੇ ਮੈਂ ਇਹ ਕੰਮ ਪਾਣੀ ਪੀਣਾ ਤੇ ਮੈਂ ਬੁੱਕ ਕੋਈ ਨਹੀਂ ਕਰਨਾ। ਗੁਰਮੁਖੋ ਪੈਰਾਂ ਦੇ ਕੁੱਲੋਂ ਨਦੀ ਦਰਿਆ ਵਗੇਗਾ, ਪਰ ਘੱਟੋ ਘੱਟ ਬੁੱਕ ਕਰਕੇ ਝੁਕਣਾ ਤੇ ਸਾਨੂੰ ਪਏਗਾ ਨਾ। ਮੈਂ ਝੁਕਣਾ ਤੋਂ ਨਹੀਂ ਆਕੜ 'ਚ, ਤੇ ਭਾਵੇਂ ਸਾਰੀ ਜ਼ਿੰਦਗੀ ਮੈਂ ਕਹਾਂ ਵੀ ਉਹ ਦਰਿਆ ਦੇ ਸਿਰਾਣੇ ਮਰ ਜਾਵਾਂਗੇ, ਪਰ ਪਾਣੀ ਨਹੀਂ ਪੈਣਾ, ਕੋਈ ਥੋੜ੍ਹਾ ਜਿਹਾ ਆਪਾਂ ਉਦਮ ਕਰੀਏ। ਉਹ ਇੱਕ ਸੱਜਣ ਅੰਦਰ ਕੀਰਤਨ ਹੋ ਰਿਹਾ ਜੀ, ਉਹ ਬਾਹਰ ਇਹ ਉੱਚੀ ਉੱਚੀ ਬਾਣੀ ਪੜੇ ਪਿਆ ਪਰਿਕਰਮਾ 'ਚ। ਮੈਂ ਇੱਕ ਵਾਰੀ ਸੁਣਾਈ ਸੀ ਗੱਲ, ਉਹ ਲੰਘਣ ਵਾਲਾ ਸਾਡੇ ਵਰਗਾ ਗਿਆਨੀ ਹੋਣਾ ਵੀ ਜਿਹਨੂੰ ਉਪਦੇਸ਼ ਦੇਣ ਦੀ ਆਦਤ ਪੈ ਜਾਏ ਨਾ ਸੱਚੀ ਲੋਕ, ਉਹ ਲੰਘਦਿਆਂ ਨੂੰ ਉਪਦੇਸ਼ ਦੇਈ ਜਾਂਦਾ। ਅਸੀਂ ਠੀਕ ਹੈ ਮਾਈਕ 'ਤੇ ਬੋਲਦੇ ਹਾਂ, ਪਰ ਦੁਹਾਈ ਰੱਖਦੀ ਇਹ ਵੀ ਇੱਕ ਨਸ਼ਾ ਹੁੰਦਾ ਜੀ ਦੂਜੇ ਨੂੰ ਗੱਲ ਕਹਿਣ ਦਾ, ਇਹ 'ਚ ਰਸ ਮਿਲਦਾ, ਈਗੋ ਬਣਦੀ ਥੋੜ੍ਹੀ ਥੋੜ੍ਹੀ। ਰੱਬ ਮੇਲ ਕਰੇ ਤੂੰ ਬਚਾਏ, ਉਹਨੇ ਕਹਿ ਜੀ ਅੰਦਰ ਕੀਰਤਨ ਹੋ ਰਿਹਾ ਅਤੇ ਤੁਸੀਂ ਬਾਹਰ ਬੈਠੇ ਬਾਣੀ ਪੜ੍ਹੀ ਜਾਂਦੇ ਹੋ, ਉੱਚੀ ਉੱਚੀ ਬੋਲਣਾ ਪਿਆ ਪਰਿਕਰਮਾ 'ਚ। ਉਹਨੇ ਕਿਹਾ ਕਹਿੰਦਾ ਗੁਰਮੁਖਾ ਜਦੋਂ ਘਰ ਨੂੰ ਚੋਰ ਪੈ ਜਾਣ ਨਾ, ਫਿਰ ਉੱਚੀ ਰੌਲਾ ਪਾਈਦਾ ਹੁੰਦਾ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਤੈਨੂੰ ਨਹੀਂ ਪਤਾ ਮੇਰੇ ਅੰਦਰ ਪੈ ਗਏ ਨੇ ਚੋਰ,
ਮੈਂ ਇੱਥੇ ਪਰਿਕਰਮਾ ਚ ਆਇਆ, ਮੈਨੂੰ ਪੈ ਗਏ ਨੇ ਕਾਮ ਕ੍ਰੋਧ ਲੋਭ ਕਾਲ ਫੁਰਨੇ ਤੰਗ ਕਰਦੇ ਨੇ, ਮੈਂ ਬਾਹਰ ਖਲੋ ਕੇ ਉੱਚੀ ਉੱਚੀ ਬਾਣੀ ਪੜ ਕੇ ਆਵਾਜ਼ਾਂ ਮਾਰਨਾ, ਗੁਰੂ ਰਾਮਦਾਸ ਮੈਨੂੰ ਬਚਾ ਲਏ। ਉਹ ਕਹਿੰਦਾ ਵੀ ਮੈਂ ਤੇ ਤਰਕ ਕਰ ਲਿਆ, ਤੂੰ ਆਪਣੀ ਤਾਂ ਠੀਕ ਹੈ। ਤੇ ਬਾਣੀ ਚੋਂ ਬੜੇ ਸ਼ਬਦ ਜੇ ਗੁਰਮੁਖੋ ਜਿਹਦੇ ਵਿੱਚ ਪੁਕਾਰ ਕੀਤੀ ਮੈਨੂੰ ਬਚਾ ਲੈ। ਅਸੀਂ ਆਪਣੀ ਬੁੱਧੀ ਨਾਲ ਬਚਣਾ ਚਾਹੁੰਦੇ ਹਾਂ, ਅੱਜ ਤੱਕ ਜਿਹੜਾ ਬੁੱਧੀ ਨਾਲ ਬਚਣ ਦਾ ਯਤਨ ਕਰਦਾ ਰਿਹਾ ਉਹ ਤਿਲ ਗਿਆ, ਜਿਹੜਾ ਸ਼ਬਦ ਨਾਲ ਬਚਣ ਦਾ ਯਤਨ ਕਰਦਾ ਰਿਹਾ ਉਹਨੂੰ ਕੋਈ ਹਰਾ ਨਹੀਂ ਸਕਿਆ। ਹਉ ਗੁਸਾਈ ਦਾ ਪਹਿਲੋ ਆਗੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਜੀ ਕੱਟਿਆ, ਦੇਵ ਬੈਠਾ ਵੇਖੇ ਆਪ ਜੀਓ। ਉੱਥੇ ਕਹਿੰਦੇ ਨਹਿਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ। ਕਣ ਜੀ ਮੈਂ ਥੋੜ੍ਹਾ ਟਾਈਮ ਪ੍ਰਬੰਧਕਾਂ ਨੂੰ ਕਹਾਂਗਾ, ਮੈਂ 5-10 ਮਿੰਟ ਲੈਣਾ ਪਲੀਜ਼। ਦੇਖੋ ਉਹ ਕਹਿੰਦਾ ਤੂੰ ਠੀਕ ਅਗਾਂ ਗਿਆ ਜੀ। ਇੱਕ ਸੱਜਣ ਅੱਖਾਂ ਬੰਦ ਕਰਕੇ ਪਰਿਕਰਮਾ ਚ ਬੈਠਾ ਆਰਾਮ ਨਾਲ, ਉਹਦੇ ਮਨ ਚ ਇਹ ਦੇਖਦੇ ਜਾ ਵੀ ਭਲਿਆ ਵੀ ਤੂੰ ਅੱਖਾਂ ਬੰਦ ਕਰਕੇ ਬੈਠਾ ਅੰਦਰ ਕੀਰਤਨ ਕੋਲ ਬਹਿ ਗਿਆ, ਉਹਦੇ ਗੋਡੇ ਨਾਲ ਗੋਡਾ ਲਾਇਆ, ਉਹਦੇ ਨੇਤਰ ਖੁੱਲ ਗਏ। ਕਹਿੰਦਾ ਬਾਬਾ ਜੀ ਭਾਈ ਸਾਹਿਬ ਅੰਦਰ ਕੀਰਤਨ ਹੋ ਰਿਹਾ, ਤੁਸੀਂ ਬਾਹਰ ਬੈਠੇ ਹੋ। ਉਹਦੀਆਂ ਅੱਖਾਂ ਚ ਖੁਮਾਰੀ ਸੀ। ਕਹਿੰਦਾ ਗੁਰਮੁਖਾ ਮੈਂ ਅੰਦਰ ਵੀ ਬਹਿਣਾ ਹੁੰਦਾ, ਉਹ ਬ੍ਰਹਿਮੰਡ ਦਾ ਕੀਰਤਨ ਹੋ ਰਿਹਾ, ਆਵਾਜ਼ ਸਪੇਸ ਚ ਆ ਰਹੀ ਹੈ, ਮੈਂ ਹੁਣ ਪਿੰਡ ਦਾ ਕੀਰਤਨ ਸੁਣਨਾ ਪਿਆ। ਪਿੰਡ ਦਾ ਅਰਥ ਸਰੀਰ ਦਾ, ਮੈਂ ਪਿੰਡ ਚੋਂ ਕੀਰਤਨ ਸੁਣਨਾ। ਕਹਿੰਦਾ ਗੁਰਮੁਖਾ ਤੂੰ ਵੀ ਸੱਚਾ, ਬੋਲਣ ਵਾਲਾ ਵੀ ਸੱਚਾ, ਜਿਹੜਾ ਚੁੱਪ ਕੀਤਾ ਉਹ ਵੀ ਸੱਚਾ। ਅਗਾਂ ਗਿਆ ਅਣਸਰ ਤੀਰਥ ਕੋਲ ਇੱਕ ਸੱਜਣ ਢੋਲ ਲਾ ਕੇ ਇਸ ਤਰ੍ਹਾਂ ਪਿਆ ਜੀ, ਉਹਦੇ ਮਨ ਚ ਸੁੱਤਾ ਇਹਨੂੰ ਦਿਖਾ ਦਿਆਂ। ਉਹਨੂੰ ਜਦੋਂ ਹਿਲਾਇਆ ਸੱਚੀ ਮੁੱਚੀ ਦੀਆਂ ਔਖੀਆਂ ਪਾਣੀ ਨਾਲ ਭਿੱਜੀਆਂ ਸਨ। ਕਹਿੰਦਾ ਬਾਬਾ ਜੀ ਅੰਦਰ ਕੀਰਤਨ ਹੋ ਰਿਹਾ, ਤੁਸੀਂ ਸੁੱਤੇ ਪਏ। ਕਹਿੰਦਾ ਗੁਰਮੁਖਾ ਸੁੱਤਾ ਨਹੀਂ ਸਾਂ, ਮੈਂ ਗੁਰੂ ਰਾਮਦਾਸ ਦੀ ਗੋਦ ਪਿਆ ਮਾਨਦਾ ਸਾਂ, ਤੂੰ ਮੈਨੂੰ ਉਠਾ ਦਿੰਦਾ। ਇੱਕ ਬੰਦਾ ਹੈ, ਮੈਂ ਫਿਰ ਤਿੰਨ ਬੰਦੇ ਨੂੰ ਮਿਲੇ ਨੇ, ਤਿੰਨਾਂ ਦੀ ਆਤਮਿਕ ਅਵਸਥਾ ਵੱਖਰੀ ਵੱਖਰੀ ਹੈ। ਕੋਈ ਬੋਲ ਰਿਹਾ, ਕੋਈ ਚੁੱਪ ਬੈਠਾ, ਕੋਈ ਸੱਚੀ ਮੁੱਚੀ ਨੇਤਰ ਬੰਦ ਕਰਕੇ ਜਿਹਨੂੰ ਨੀਂਦ ਕਹਿ ਰਹੇ ਹਾਂ ਉਹਦੇ ਟਿਕਿਆ ਹੋਇਆ। ਮੈਂ ਆਪ ਨੂੰ ਸਿਰਫ ਇੱਕ ਬੇਨਤੀ ਕਰਾਂਗਾ ਕਿ ਨਾਮ ਉਹਦੀ ਤਾਕਤ ਹੈ, ਗੁਰੂ ਨੇ ਨਾਮ ਕਮਾ ਕੇ ਦਿੱਤਾ। ਆ ਜਿੰਨੀ ਬਾਣੀ ਹੈ ਇਹਨੂੰ ਗੁਰਮੁਖੋ ਤੁਸੀਂ ਜਿੰਨਾ ਮਰਜ਼ੀ ਪੜ੍ਹੋ, ਇਹਨੂੰ ਅਕੈਡਮਿਕ ਪੱਧਰ 'ਤੇ ਮੱਤ ਲਿਆਓ, ਤੁਸੀਂ ਕਹੋਗੇ ਸਕੂਲਾਂ ਦੇ ਸਿਲੇਬਸ ਬਣਾ ਦਿਓ। ਮੇਰੀ ਅਨਪੜ੍ਹਤਾ ਨਾ ਮੇਰੀ ਸੁਣਿਓ ਵੀ ਸਮਝਿਓ, ਗੁਰਮੁਖੋ ਇਹ ਧੁਰ ਦਾ ਗਿਆਨ ਹੈ, ਇਹ ਉਹਨਾਂ 'ਚ ਆਇਆ ਜਿਹੜੇ ਇੱਕ ਦਿਨ ਸਕੂਲ ਵੀ ਨਹੀਂ ਗਏ, ਰਵਿਦਾਸ ਸਾਹਿਬ ਗਏ। ਇਸ ਤੋਂ ਤੱਕ ਗੁਰੂ ਰਾਮਦਾਸ ਦੀ ਹਿਸਟਰੀ ਵਿੱਚ ਕਿਤੇ ਵੀ ਸੰਗੀਤ ਸਿੱਖਣਾ, ਪੋਇਟਰੀ ਸਿੱਖਣੀ ਕਿਤੇ ਜ਼ਿਕਰ ਨਹੀਂ ਆਉਂਦਾ, ਪਰ ਜਿੱਦਣ ਗੁਰੂ ਬਣਦੇ ਨੇ ਤੇ 19 ਰਾਗ ਗੁਰੂ ਨਾਨਕ ਦੇ, 11 ਰਾਗ ਆਪਣੇ ਕੋਲੋਂ ਲੈ ਕੇ 30 ਰਾਗਾਂ 'ਚ ਬਾਣੀ ਪਹੁੰਚਾਉਂਦੇ। ਨਾਮ ਇੱਕ ਤਾਕਤ ਹੈ, ਅਸੀਂ ਖਤਮ ਹੋ ਜਾਵਾਂਗੇ ਪਰ ਪ੍ਰਭੂ ਦਾ ਨਾਮ ਖਤਮ ਨਹੀਂ ਹੋਣਾ। ਤੇ ਇਸੇ ਕਰਕੇ ਗੁਰੂ ਕਹਿੰਦਾ ਤੂੰ ਨਾਮ ਵਿੱਚ ਜੁੜ ਜਾ, ਤੇਰਾ ਸਥੂਲ ਸਰੀਰ ਇੱਕ ਦਿਨ ਖਤਮ ਹੋ ਜਾਏਗਾ, ਜਿਹੜੀ ਤੇਰੀ ਜੋਤ ਉਹ ਪਰਮ ਜੋਤ ਵਿੱਚ ਲੀਨ ਹੋ ਜਾਏਗੀ, ਤੂੰ ਵੀ ਕਦੀ ਨਹੀਂ ਮਰੇਗਾ। ਮੇਰੀ ਬੇਨਤੀ ਸਮਝ ਗਿਆ ਨਾ ਜੀ? ਇੱਕ ਬੂੰਦ ਹੈ, ਮਾਰੂਥਲ 'ਚ ਪਏਗੀ ਸੜੇਗੀ, ਤੇ ਜਦੋਂ ਸਮੁੰਦਰ 'ਚ ਡਿੱਗ ਜਾਏਗੀ ਫਿਰ ਕੀ ਹੋਵੇਗਾ? ਵਿਰਾਟ ਹੋ ਜਾਏਗੀ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਉਹ ਸਿੱਖੋ ਮੇਰੀ ਗੱਲ ਸੁਣੋ, ਮਹਾਰਾਜ ਭਾਈ ਮਨ ਨੂੰ ਸਮਝਾ ਰਹੇ ਨੇ ਇਹਦੇ ਅਰਥ ਆਪਾਂ ਕਰਨੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਦਾ ਸਮਾਂ ਗਹਿਰਾ ਲੈ ਗਿਆ, ਪਰ ਮੈਂ ਯਤਨ ਕੀਤਾ ਵੀ ਗੱਲ ਆਪਾਂ ਕਰ ਸਕੀਏ ਵੀ ਆਖਰ ਨਾਮ ਕੀ ਹੈ। ਪਰ ਇਹ ਵੀ ਨਹੀਂ
ਕਿ ਜੋ ਮੈਂ ਕਹਿ ਰਿਹਾ ਆਖਰੀ ਨਾਮ ਦੇਵੇ, ਕਿਉਂਕਿ ਨਾਮ ਦੀ ਗੱਤ ਕੌਣ ਜਾਣਦਾ। ਪਿਛਲੇ ਦਿਨ ਮੈਂ ਕਿਹਾ ਹਜ਼ੂਰ ਨਾ ਮਿਠਲ ਕੋਟ ਗਏ, ਇਹ ਮੈਂ ਸਾਖੀ ਬੜੀ ਵਾਰੀ ਸੁਣਾਈ। ਉੱਥੇ ਮੀਆਂ ਮਿੱਠਾ ਸੀ ਜੀ, ਅਤੇ ਪੁਰਾਣੇ ਜਨਮ ਸਾਖੀਆਂ 'ਚ ਕਈ ਬੋਲ ਬੜੇ ਸ਼ਰਧਾ ਵਾਲੇ ਨੇ। ਅਤੇ ਮੈਂ ਪਿਛਲੇ ਦਿਨ ਕਿਹਾ ਸੀ ਜੀ, ਜਿਹੜੇ ਮੁਸਲਮਾਨ ਫਕੀਰ ਸਨ ਉਹ ਅਤੇ ਦੂਜੇ ਸਿੱਧ, ਇਹ ਦੋ ਬੰਦੇ ਜਿਹੜੇ ਨੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਮਿਲਦੇ ਆ ਸਪਿਰਿਚੁਅਲਿਟੀ ਦੀ ਗੱਲ ਕਰਦੇ ਸੀ, ਕਿਉਂਕਿ ਸਿੱਧ ਵੀ ਜਿਹੜੇ ਨੇ ਸ਼ਬਦ ਘੁਮਾਉਂਦੇ ਪਏ। ਜਿਹੜਾ ਬੰਦਾ ਬਰਫ 'ਚ ਬੈਠਾ ਕੋਈ ਨਾ ਕੋਈ ਸਾਧਨਾ ਤੇ ਆਇਆ ਨਾ, ਅਤੇ ਜਿਹੜੇ ਫਕੀਰ ਸਨ ਉਹਨਾਂ ਕੋਲ ਵੀ ਸੀ। ਅਤੇ ਜਦੋਂ ਮਹਾਰਾਜ ਉੱਥੇ ਗਏ ਜਾਣ ਲੱਗੇ ਮੀਆਂ ਮਿੱਠੇ ਕੋਲ, ਅਤੇ ਉਹ ਬੰਦਾ ਸੀ ਅੰਦਰ ਜਾਮੀ, ਅੰਦਰ ਦੀ ਜਾਣ ਲੈਂਦਾ ਸੀ। ਇਹ ਵੀ ਇਹ ਇੱਕ ਇਕਾਗਰਤਾ ਵਿੱਚੋਂ ਜੀ, ਕੁਝ ਦਿਨ ਤੁਸੀਂ ਜਪ ਕਰੋ, ਫੁਰਨਿਆਂ ਨੂੰ ਛੰਡ ਕੇ ਰੱਖ ਦਿਓ, ਸੱਚ ਇਵੇਂ ਤੁਸੀਂ ਆਉਂਦੇ ਬੰਦੇ ਦੇ ਅੰਦਰ ਨੂੰ ਪਹਿਚਾਨਣ ਲੱਗ ਪੋਗੇ ਕੀ ਕਹਿਣਾ ਚਾਹੁੰਦਾ। ਜਦੋਂ ਮਹਾਰਾਜ ਉੱਧਰ ਗਏ ਤੇ ਮੀਆਂ ਮਿੱਠਾ ਬੈਠਾ ਸੀ ਆਪਣੇ ਚੇਲਿਆਂ 'ਚ, ਸਾਖੀ ਵਾਲਾ ਕਹਿੰਦਾ ਆਵਾਜ਼ ਮੈਂ ਸਾਖੀਆਂ ਤਾਂ ਲੈ ਲਈ ਵੀ ਪਤਾਈਏ ਨਾ, ਉਹ ਕਹਿੰਦਾ ਮੀਆਂ ਮਿੱਠਾ ਖੌਮੇ ਵੀ ਸੀ ਗੱਦੀ ਤੇ ਬੈਠਾ, ਕਹਿੰਦਾ ਗੁਰੂ ਨਾਨਕ ਸਾਹਿਬ ਬਾਰੇ, ਕਹਿੰਦਾ ਯਾਰੋ ਮੁਰੀਦਾਂ ਨੂੰ ਕਹਿੰਦਾ ਯਾਰੋ ਨਾਨਕ ਆ ਰਿਹਾ, ਤੁਸੀਂ ਦੇਖਿਓ ਇਸ ਤਰ੍ਹਾਂ ਲਾ ਕੇ ਜਿਵੇਂ ਰੱਖ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ। ਤੇ ਮਹਾਰਾਜ ਜਾਂਦੇ ਪਏ ਆ ਤੇ ਹੱਸ ਪਏ। ਮਰਦਾਨਾ ਪੁੱਛਦਾ ਹੱਸੇ ਕਿਉਂ? ਹਜ਼ੂਰ ਕਹਿੰਦੇ ਨੇ ਉਹ ਕਹਿ ਰਿਹਾ ਕਿ ਸਾਨੂੰ ਇਸ ਤਰ੍ਹਾਂ ਲਾਏਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ। ਕਹਿਣ ਲੱਗੇ ਮਿਲ ਲੈਣ ਦੇ, ਜੇ ਕਰਤਾਰ ਦੀ ਕਿਰਪਾ ਵਰਤੀ ਤੇ ਇਸ ਤਰ੍ਹਾਂ ਨੁੱਚੜ ਜਾਏਗਾ ਜਿਵੇਂ ਨਿੰਬੂ ਨਚੋੜੀਦਾ। ਸਾਖੀ ਕਰ ਕਹਿੰਦਾ ਉਹ ਮੀਆਂ ਮਿੱਠਾ ਉੱਥੇ ਪੈ ਗਿਆ, ਉਹ ਅਜੇ ਮਿਲੇ ਨਹੀਂ, ਉਹ ਚੱਲੇ ਕਿਹੜੇ ਹੋਇਆ ਕੀ? ਅੱਗੋਂ ਫਿਰ ਕਹਿੰਦਾ ਮਰੀਦਾਂ ਨੂੰ ਯਾਰੋ ਦੁੱਧ ਤੋਂ ਮਲਾਈ ਲਾ ਦਿਓ, ਦੁੱਧ ਫਿਰ ਵੀ ਕੰਮ ਹੁੰਦਾ ਹੈ, ਨਿੰਬੂ ਨੁੱਚੜ ਜਾਏ ਤੇ ਕੂੜੇ ਦੇ ਢੇਰ ਤੇ ਜਾਂਦਾ। ਸੱਚੀ ਮੁੱਚੀ ਜਦੋਂ ਮਹਾਰਾਜ ਗਏ ਉਹਨਾਂ ਗੱਲ ਨੇ ਪਹਿਲਾ ਸਵਾਲ ਕੀਤਾ ਜੀ ਨਾਮ ਕੀ ਹੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਅਸੀਂ ਵਾਹਿਗੁਰੂ ਜਪਣੇ ਖਾਂ, ਬਾਣੀ ਪੜ੍ਹਨੇ ਖਾਂ, ਇਹ ਪਰਮ ਅਵਸਥਾ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦਕੀ ਆ ਕੁੱਖਣ, ਤੇਰੀ ਮਿਹਰ ਤੋਂ ਬਿਨਾਂ ਥੋੜ੍ਹਾ। ਉਹ ਆਕੜ ਉਹਦੀ ਭੱਜ ਗਈ ਤੇ ਕਹਿੰਦਾ ਬਾਬਾ ਜੀ ਨੂੰ ਨਾਮ ਕੀ ਹੈ? ਸਤਿਗੁਰੂ ਕਹਿੰਦੇ ਨੇ ਮੀਆਂ ਮਿੱਠਾ ਨਾਮ ਦੀ ਕੀਮਤ ਕਿਸ ਨੇ ਜਾਣੀ? ਕਹਿੰਦਾ ਜੀ ਨਹੀਂ, ਦੱਸੋ ਨਾਮ ਕੀ ਹੈ? ਮੇਰੇ ਸਤਿਗੁਰੂ ਦੀ ਦੇਹ ਨੂੰ ਕੇਵਲ ਸਾਡੀਆਂ ਹੱਡੀਆਂ ਮਾਸ ਦੀ ਤਰ੍ਹਾਂ ਨਾ ਸਮਝੋ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸਿਰ ਫਿਰ ਕਰ ਵਾਸਨਾ ਭਰਿਆ ਰੇ। ਹਜ਼ੂਰ ਨੇ ਉਹਦੇ ਹੱਥ ਪਕੜੇ, ਸਤਿਗੁਰੂ ਦੀ ਸ਼ਬਦ ਦੀ ਛੂ ਉਹਦੇ ਤੁਰ ਅੰਦਰ ਇੰਨੀ ਕੁ ਚਲੀ ਗਈ, ਪੂਰੇ ਤਨ 'ਚ ਤਰਨਾਟ ਵਰਤ ਗਈ। ਇਹਨੂੰ ਤੁਸੀਂ ਕਹਿ ਸਕਦੇ ਹੋ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਤੇ, ਗੁਰ ਪ੍ਰਸਾਦ ਵਰਤਿਆ, ਕਿਸੇ ਅਕਹਿ ਰੰਗ ਚਲਾ ਗਿਆ, ਚਰਨਾਟ ਛਲੀ, ਸੱਚੀ ਮੁੱਚੀ ਜ਼ਮੀਨ 'ਤੇ ਬੈਠ ਗਿਆ, ਬੇਸੁੱਧ ਹੋਇਆ। ਜਦੋਂ ਹੋਸ਼ ਆਈ ਤੇ ਗੁਰਦੇਵ ਪੁੱਛਦੇ ਨੇ, ਸਵਾਲ ਕਰਦੇ ਨੇ ਮੀਆਂ ਮਿੱਠਾ ਨਾਮ ਕੀ ਹੈ? ਅੱਖਾਂ ਭਰ ਕੇ ਕਹਿੰਦਾ ਬਾਬਾ ਨਾਮ ਦੀ ਕੀਮਤ ਕਿਸ ਨੇ ਜਾਣੀ? ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ, ਇੱਕ ਤਰੀਕਾ ਗੁਰੂ ਨੇ ਦੱਸਿਆ ਵੀ ਭਲਾ ਮੰਨੋ, ਨਾਮ ਅੱਖਰਾਂ 'ਚ ਹੈ। ਉਂਝ ਵੈਸੇ ਇਹ ਅੱਖਰ ਬੜਾ ਕੰਮ ਕਰਦੇ ਪਏ, ਅੱਖਰ ਨਾ ਹੁੰਦੇ ਤੇ ਕੁਝ ਵੀ ਨਹੀਂ ਸੀ ਚੱਲਣਾ। ਅਸੀਂ ਜਿੰਨੇ ਬੈਠੇ ਹਾਂ, ਚਲੋ ਅੱਜ ਕੱਲ੍ਹ ਅੱਖਾਂ ਦੀ ਇਹ ਪਹਿਲਾਂ ਗਰੰਟੀ ਸੀ, ਹੁਣ ਅੱਖਾਂ ਦੀ ਹੋ ਗਈ। ਇਹ ਵੀ ਇਹ ਕਹਿੰਦਾ ਫਿੰਗਰ ਪ੍ਰਿੰਟ ਕਿਸੇ ਨਾ ਕਿਸੇ ਦਾ ਨਹੀਂ ਲੱਗਦਾ,
ਬੜੀ ਖੋਜ ਹੋ ਗਈ ਤੇ ਚੇਤੇ ਰੱਖਿਓ ਪਹਿਲਾਂ ਉਹਨੂੰ ਮੱਥਾ ਟੇਕੋ ਜਿਹਨੇ ਇੰਨੇ ਸਰੀਰ ਬਣਾ ਤੇ ਇਹਨੇ ਸੰਚਾ ਪਤਾ ਨੀ ਕਿਹੋ ਜਿਹੀ ਡਾਈ ਬਣਾਈ ਇੱਕ ਇੱਕ ਲਾਉਂਦੇ ਹੀ ਇੱਕ ਦਾ ਹੱਥ ਇੱਕ ਡਾਈ ਚੋਂ ਬਣਾਇਆ ਜਾਂਦਾ ਦੂਜੇ ਦਾ ਦੂਜੇ ਚੋਂ ਬਣਾਇਆ ਜਾਂਦਾ ਅਰਮਾਂ ਪੈਦਾ ਕਰਕੇ ਕਹਿੰਦਾ ਲੱਖੀ ਜੋ ਉੱਤੇ ਸਕਰੀਨ ਦੇ ਇਹ ਫਿੰਗਰ ਪ੍ਰਿੰਟ ਨਹੀਂ ਮਿਲਣੇ ਕਿਸੇ ਦਾ ਤੇ ਮਹਾਰਾਜ ਨੇ ਕਿਹਾ ਕੋਈ ਨਾ ਕਿਸੇ ਜਿਹਾ ਉਪਾਇਆ ਕੋਈ ਕਿਸੇ ਵਰਗਾ ਨਹੀਂ ਹਰ ਇੱਕ ਨੂੰ ਉਹਨੇ ਵੱਖਰੇ ਬਣਾਇਆ ਮੈਂ ਆਪ ਨੂੰ ਸਿਰਫ ਇਹ ਬੇਨਤੀ ਕਰ ਰਿਹਾ ਜਿਹੜਾ ਗੁਰੂ ਨਾਮ ਦਿੰਦੇ ਨੇ ਅੰਮ੍ਰਿਤ ਜਿਹੜਾ ਛਕਿਆ ਜਾਂਦਾ ਹੈ ਇਹਨੂੰ ਐਵੇਂ ਨਾ ਕਹੀਏ ਜੀ ਇਹ ਕਿਉਂਕਿ ਇੱਕ ਬੰਦਾ ਗਲਤੀ ਕਰਦਾ ਗੁਰੂ ਦਾ ਸਿਧਾਂਤ ਨਹੀਂ ਖੰਡਨ ਕਰੀਦਾ ਹੁੰਦਾ ਮੰਨ ਲਓ ਇੱਕ ਸਕੂਲ ਚ ਵਿਦਿਆਰਥੀ ਗਲਤ ਹੈ ਤੇ ਤੁਸੀਂ ਕਹੋ ਸਕੂਲ ਦਾ ਸਾਰਾ ਸਿਲੇਬਸ ਬਦਲ ਦਿਓ ਸਕੂਲ ਢਾ ਦਿਓ ਨਹੀਂ ਪਿਆਰਿਓ ਇਹ ਚੰਗੇ ਤੇ ਮੰਦੇ ਉਹਦੀ ਖੇਡ ਹੈ ਇਹ ਜਿਹੜਾ ਨਾਮ ਹੈ ਇਹ ਉਹਦਾ ਆਪਾ ਹੈ ਜਿਵੇਂ ਉਹਨੇ ਨਹੀਂ ਜਾਣਾ ਨਾਮ ਨੇ ਕਦੇ ਨਹੀਂ ਜਾਣਾ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਰੀ ਮੌਤ ਦੀ ਗੱਲ ਕਰਕੇ ਅਖੀਰ ਤੇ ਕਹਿੰਦਾ ਨਾਮ ਨੇ ਨਹੀਂ ਜਾਣਾ ਸੁਣੋ ਆਹ ਪਾਠ ਸੀ ਮਹਾਰਾਜ ਨੇ ਕਿਹਾ ਮਨ ਰੇ ਸਾਚਾ ਗਹੁ ਵਿਚਾਰਾ ਮੇਰੇ ਮਨ ਤੂੰ ਸੱਚੀ ਗੱਲ ਨੂੰ ਪਕੜ ਲੈ ਵਿਚਾਰ ਨੂੰ ਪਕੜ ਲੈ ਕੀ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰ ਨਾਮ ਤੋਂ ਬਿਨਾਂ ਸਭ ਝੂਠ ਹੈ ਨਾਮ ਸਾਥੇ ਹੁਣ ਆਹ ਸਲੋਕ ਪੜ੍ਹੀਏ ਬੜੀ ਵਾਰੀ ਮੈਂ ਪੜ੍ਹ ਚੁੱਕਾ ਹਾਂ ਇਹ ਝੂਠਾ ਕਿਵੇਂ ਮਹਾਰਾਜ ਕਹਿੰਦੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਮੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀਤ ਖਤਮ ਹੋ ਗਿਆ ਨਾ ਜਿਉਂ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਹਿ ਸਾਚੋ ਨਹੀਂ ਨਾਨਕ ਬਿਨ ਭਗਵਾਨ ਜਗ ਰਚਨਾ ਸਭ ਝੂਠ ਹੈ ਜਾਨ ਲਿਖੋ ਰੇ ਮੀਤ ਕਹਿ ਨਾਨਕ ਫਿਰ ਨਾ ਰਹੇ ਜਿਉਂ ਬਾਲੂ ਕੀ ਪੀਤ ਹੁਣ ਇੱਧਰ ਸਤਿਗੁਰੂ ਦੇ ਆ ਸ਼ਲੋਕ ਜੋ ਉਪਜੋ ਸੋ ਬਿਨ ਸਖੈ ਮਹਾਰਾਜ ਕਹਿੰਦੇ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰ ਜੋ ਉਪਜੋ ਅਰਥ ਦੀ ਲੋੜ ਨਹੀਂ ਜੀ ਸੁੱਖ ਹੈ ਜਿਹੜਾ ਪੈਦਾ ਹੋਇਆ ਮਰੇਗਾ ਜੋ ਉਪਜੋ ਸੋ ਬਿਨ ਸਖੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਨ ਗੱਲਾ ਛਾੜ ਸਗਨ ਗੱਲਾ ਕੌਣ ਜੀ ਰਾਮ ਗਇਓ ਰਾਵਣ ਗਇਓ ਮਿਥਿਆ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ ਕਹੁ ਨਾਨਕ ਤਿਰਕਾ ਚਲੀ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਸਾਰੇ ਸਲੋਕ ਪੜ੍ਹ ਕੇ ਅਖੀਰ ਤੇ ਪਤਾ ਕੀ ਕਿਹਾ ਰਾਮ ਗਿਆ ਰਾਵਣ ਗਿਆ ਬੁਧਬੁਦਾ ਸਭ ਕੁਝ ਝੂਠਾ ਅਖੀਰ ਤੇ ਕਹਿਣ ਲੱਗੇ ਨਾਮ ਰਹਿਓ ਸਾਧੂ ਰਹਿਓ ਰਾਮ ਨਾਮ ਬਿਨ ਮਿਥਿਆ ਮਾਨੋ ਮਹਾਰਾਜ ਕਹਿੰਦੇ ਸਗਰੋ ਇਹ ਸੰਸਾਰ ਨਾਮ ਰਹਿਓ ਪਰਮੇਸ਼ਵਰ ਦਾ ਨਾਮ ਰਹੇਗਾ ਕਿਉਂਕਿ ਨਾਮੀ ਨੇ ਨਹੀਂ ਜਾਣਾ ਨਾਮੀ ਸਮਝ ਗਿਆ ਨਾ ਜੀ ਜਿਵੇਂ ਮੰਨ ਲਓ ਆਪ ਜੀ ਦਾ ਨਾਮ ਹੈ ਇਹ ਜਿੱਦਣ ਸਰੀਰ ਆਇਆ ਸਰੀਰ ਨਾਮੀ ਹੈ ਜਿਹੜੇ ਅੱਖਰ ਦਿੱਤੇ ਉਹ ਨਾਮ ਨੇ ਜਿੱਦਣ ਇਹ ਨਾਮੀ ਮਰੇਗਾ ਨਾਮ ਨਾਲ ਹੀ ਮਰ ਜਾਣਾ ਆਇਆ ਗਿਆ ਮੋਇਆ ਨਾਉ ਜਿੱਦਣ ਮਰ ਗਿਆ ਨਾਮ ਮਰ ਗਿਆ ਪਰ ਜੇ ਰੱਬ ਨੇ ਨਹੀਂ ਮਰਨਾ ਤੇ ਉਹਦੇ ਨਾਮ ਨੇ ਨਹੀਂ ਕਦੀ ਨਹੀਂ ਮਰਨਾ ਤਾਂ ਗੁਰੂ ਕਹਿੰਦਾ ਪਿਆ ਉਹਦਾ ਨਾਮ ਰਹੇਗਾ ਨਾਮ ਰਹੋ ਸਾਧੂ ਰਹੋ ਜਪਣ ਵਾਲਾ ਸਾਧੂ ਰਹੇਗਾ ਉਹ ਸਰੀਰ ਨੂੰ ਛੱਡ ਵੀ ਦੇ ਯਾਦ ਰੱਖਿਓ ਫਿਰ ਕਾਹਦਾ ਸਾਧੂ ਹੈ ਜੇ ਮੌਤ ਨੂੰ ਮਾਰ ਕੀਤਾ ਨਾਮ ਰਹੋ ਸਾਧੂ ਰਹੋ ਕਿਹੜਾ ਰਹੇਗਾ ਜੀ ਨਾਮ ਜਪਾਉਣ ਵਾਲਾ ਗੁਰੂ ਰਹੇਗਾ ਰਹੋ ਗੁਰ
ਗੋਬਿੰਦ। ਪਰ ਗੁਰੂ ਤੇਗ ਬਹਾਦਰ ਸਾਨੂੰ ਸਮਝ ਨਹੀਂ ਪੈ ਰਹੀ, ਕਿਵੇਂ ਪੈਗੀ? ਕਹਿਣ ਲੱਗੇ ਤਾਂ ਨੀ ਸਮਝ ਪੈਂਦੀ, ਤੂੰ ਜਪਦਾ ਨਹੀਂ। ਇਹ ਸਮਝ ਉਹਨਾਂ ਨੂੰ ਪੈਂਦੀ, ਕਹੋ ਨਾਨਕ ਕੇ ਜਗ ਜਗਤ ਮੈਂ ਕਿਨ ਜਪਿਓ ਗੁਰਮੰਤ। ਜੇ ਕਿਸੇ ਨੇ ਜਪਿਆ ਉਹਨੂੰ ਸਮਝ ਪੈ ਗਈ ਨਾਮ ਕਿਵੇਂ ਰਹਿੰਦਾ। ਕਿੱਡੀ ਵੱਡੀ ਰਮਜ ਪਾਈ ਹਜ਼ੂਰ ਕਹਿ ਰਹੇ ਨੇ ਕਿ ਰਹੇਗਾ ਨਾਮ। ਇਹੀ ਕਾਰਨ ਮੈਂ ਪਿਛਲੇ ਦਿਨ ਵੀ ਕਿਹਾ, ਜਿਹੜਾ ਸੱਚ ਹੈ ਨਾ ਉਹ ਨਹੀਂ ਕਦੀ ਜਾਂਦਾ। ਬਾਬਾ ਜੀ ਨੇ ਸ਼ਬਦ ਵਰਤਿਆ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸਤੀ ਪੀ ਸੱਚ। ਆਦਿ ਸਤੇ ਜੁਗਾਦ ਸਤੇ ਪ੍ਰਤੱਖ ਸਤੇ। ਮਹਾਰਾਜ ਨੇ ਕਿਹਾ ਆਦਿ ਅਨਿਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ। ਉਹਨੇ ਕਿੱਥੇ ਜਾਣਾ? ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਪਿਆਰੇ, ਜਿਹਨੇ ਰਚਿਆ ਉਹਨੇ ਕਿਤੇ ਨਹੀਂ ਜਾਣਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ। ਫੌਜ ਕਮਾਂਡਰ ਨਹੀਂ ਮਰੇਗਾ, ਫੌਜ ਨਹੀਂ ਮਰੇਗੀ, ਕਾਇਮ ਰਹੇਗੀ। ਬੜਾ ਡੂੰਘਾ ਸ਼ਬਦ ਦੀਜੀਏ ਕਿ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ। ਸਾਰੇ ਜਾਣਗੇ, ਚੰਗੇ ਵੀ ਜਾਣਗੇ। ਮੈਂ ਹੁਣ ਇਹ ਪ੍ਰਮਾਣ ਦਿੱਤਾ, ਆਹ ਜਿਹੜਾ ਸੂਰਜ ਹੈ ਨਾ ਜੀ, ਗੁਰੂ ਨਾਨਕ ਸਾਹਿਬ ਕਹਿੰਦਾ ਇਹ ਵੀ ਜਾਣ ਵਾਲਾ ਹੈ। ਇਹ ਜਿੱਦਣ ਦਾ ਪੈਦਾ ਹੋਇਆ ਘੱਟ ਰਿਹਾ, ਘਟੰਤ ਦੀਪਕ ਘਟੰਤ ਰੂਪਮ ਘਟੰਤ ਦੀਪਮ, ਇਹ ਘੱਟ ਰਿਹਾ ਸਭ ਕੁਝ। ਮੈਂ ਹੁਣ ਬੇਨਤੀ ਕੀਤੀ ਨਾ ਦੇਵ ਦਾਨ ਵਾਹ ਨਰਾ, ਫਿਰ ਉਹ ਸਲੋਕ ਤੇ ਆ ਜੀ, ਦੇਵ ਤੇ ਨਹੀਂ ਰਹੇ, ਦੈਂਤ ਨਹੀਂ ਰਹੇ, ਬੰਦਿਆਂ ਨੇ ਰਹਿਣਾ, ਨਾ ਦੇਵ ਦਾਨ ਵਾਹ ਨਰਾ, ਨਾ ਸਿੱਧ ਸਾਧਕਾ ਧਰਾ ਅਸ ਏਕ। ਇਹ ਫਾਰਸੀ ਦਾ ਸ਼ਬਦ ਅਸ ਦਾ ਅਰਥ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਨੇ ਬੜਾ ਸ਼ਬਦ ਵਰਤਿਆ ਜੀ ਜ਼ਫਰਨਾਮੇ ਚ, ਅਸ ਅਸ ਏਕ ਦਿਗਰ ਕੋਈ, ਸਿਰਫ ਇੱਕ ਤੂੰ ਮੈਂ ਹੋਰ ਕੋਈ ਨਹੀਂ, ਏਕ ਤੂੰ ਹੀ ਏਕ। ਅੱਗੇ ਨਾ ਸੂਰ ਸੱਸ ਮੰਡਲੋ, ਸੂਰਜ ਨਹੀਂ ਰਹੇਗਾ, ਇਹ ਬ੍ਰਹਿਮੰਡ ਨਹੀਂ ਰਹੇਗਾ, ਸਪੇਸ ਨਹੀਂ ਰਹੇਗੀ, ਤਾਰੇ ਨਹੀਂ ਰਹਿਣਗੇ, ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਹਿ ਚਲੋ, ਅੰਨ ਪਾਣੀ ਫਿਰ ਨਾ ਕੋਈ, ਏਕ ਤੂੰ ਹੀ ਏਕ। ਅੱਗੇ ਕਹਿੰਦੇ ਨਾ ਦਾਦੇ ਦੇਹੰਦ ਆਦਮੀ, ਦਾਦੇ ਦੇਹੰਦ ਦਾ ਅਰਥ ਹੁੰਦਾ ਜਿਹਨੂੰ ਜੱਜ ਨਹੀਂ ਕਹਿੰਦੇ, ਵੀ ਜੱਜ ਕੋਲ ਕੇਸ ਹੈ, ਜਿਹਨੂੰ ਇਸਲਾਮ ਚ ਕਾਜ਼ੀ ਕਹਿੰਦੇ। ਗੁਰੂ ਜੀ ਕਹਿੰਦੇ ਜਿਹੜੀਆਂ ਕੋਰਟ ਕਚਹਿਰੀਆਂ ਲਾ ਕੇ ਜੱਜ ਫੈਸਲੇ ਦਿੰਦੇ ਨੇ, ਇਹ ਇਨਸਾਫ ਦੇਣ ਵਾਲਿਆਂ ਨੂੰ ਇੱਕ ਦਿਨ ਮੌਤ ਆ ਜਾਏਗੀ। ਨਾ ਦਾਦੇ ਦੇਖੰਦ ਆਦਮੀ, ਨਾ ਸਬਤ ਜ਼ੇਰ ਜ਼ਮੀਨ, ਅਸ ਏਕ ਦਿਗਰ ਕੋਈ, ਏਕ ਤੂੰ ਏਕ ਤੂੰ, ਸਿਰਫ ਇੱਕ ਉਹਨੇ ਰਹਿਣਾ। ਇਸੇ ਕਰਕੇ ਗੁਰੂ ਜੀ ਕਹਿ ਰਹੇ ਆ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਕਿ ਮੰਨ ਰਹੇ ਸਾਚਾ ਗਹੋ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਕਹਾਓ। ਜਾ ਕੋ ਇੱਥੇ ਪਾਠ ਜਾ ਕਰਨਾ, ਜਾ ਨਹੀਂ ਕਰਨਾ ਬਿੰਦੀ ਲਾ ਕੇ, ਜਾਂ ਪਾਠ ਕਰਾਂਗੇ ਮੈਂ ਕਹਿ ਦਾ ਅਰਥ ਹੋ ਜਾਏਗਾ ਅਤੇ, ਔਰ ਜਿਹਨੂੰ ਕਹਿੰਦੇ। ਇੱਥੇ ਜਾ ਦਾ ਅਰਥ ਹੈ ਜਿਸ। ਅਕਸਰ ਸਾਡੇ ਸੱਜਣ ਜਦੋਂ ਪਾਠ ਕਰਦੇ ਆ, ਇਹ ਜਾਂ ਸ਼ਬਦ ਬੜਾ ਆਇਆ ਬਾਣੀ 'ਚ ਅਤੇ ਜਾ ਵੀ ਆਇਆ, ਜਿਵੇਂ ਜਾਂ ਕਰਤਾ ਸਿਰਜੀ ਕੁਝ ਇਹਦਾ ਪਾਠ ਕਰਦੇ ਹੋ ਜਾਂ, ਫਿਰ ਅਰਥ ਗਲਤ ਹੋ ਜਾਣਗੇ। ਜਾ ਦਾ ਅਰਥ ਹੈ ਜਿਸ ਨੂੰ, ਇੱਥੇ ਜਾ ਕੋ ਇਹਦਾ ਅਰਥ ਹੈ ਜਿਸ ਨੂੰ, ਜਾ ਕੋ ਜੋਗੀ ਖੋਜ ਤਹਾਰੇ। ਵੱਡੀ ਵੱਡੀ ਸਾਧਨਾ ਕਰਨ ਵਾਲੇ, ਯੋਗ ਮਤ ਨੂੰ ਕਮਾਉਣ ਵਾਲੇ ਅਖੀਰ ਤੇ ਹਾਰ ਗਏ, ਥੱਕ ਗਏ। ਪਾਇਓ ਨਾਹੇ ਤੈ ਪਾਰ, ਨਹੀਂ ਪਾਇਆ ਉਹਨਾਂ ਨੇ ਰੱਬ ਦਾ ਪਾਰ ਵਾਲਾ ਬੰਨਾ। ਨਾਰਦ ਸੇ ਚਤੁਰਾਨ ਸੇ ਰਨ ਨਾਲ ਕਿਸੇ ਸਭੂ ਮਿਲ ਗਾਇਓ, ਬੇਰਿਕ ਦੇਵ ਨਾ ਭੇਦ ਲੱਗੋ, ਸਭ ਹਾਰ ਕਰੇ ਹਾਰ ਹਾਰ ਮਾਰੇ। ਮਹਾਰਾਜ ਕਹਿਣ ਲੱਗੇ ਜਾ ਕੋ ਜੋਗੀ ਕੁਝ ਤਹਾਰੇ, ਪਾਇਓ ਨਹਿ ਤੈ ਪਾਰ ਤੇ ਪਾਰਾ, ਉਹਦਾ ਪਾਰ ਵਾਲਾ ਬੰਨਾ ਨਹੀਂ ਲੱਭਾ। ਸੋ ਸਵਾਮੀ ਤੁਮ ਨਿਕਟ ਪਛਾਣੋ, ਵਾਹ ਵਾਹ ਕਹਿੰਦੇ ਉਹ ਨਾਮ ਨਹੀਂ ਲੱਭਿਆ,
ਉਹ ਸਵਾਮੀ ਤਾਂ ਤੁਹਾਡੇ ਨੇੜੇ ਰਹਿੰਦਾ। ਸੋ ਸਵਾਮੀ ਤੁਮ ਨਿਕਟ ਪਛਾਣੋ ਰੂਪ ਰੇਖ ਤੇ ਨਿਆਰਾ, ਉਹ ਤੁਹਾਡੇ ਵਿੱਚ ਰਹਿੰਦਾ। ਗੁਰੂ ਤੇਗ ਬਹਾਦਰ ਕਹਿੰਦਾ ਉਹਦਾ ਕੋਈ ਰੂਪ ਥੋੜਾ, ਉਹ ਕੋਈ ਸੰਖ ਚੱਕਰ ਚਤਰ ਪੂਜੀ ਛਤਰ ਪੂਜੀ ਅਠਰ ਪੂਜੀ ਨਹੀਂ, ਉਹਦਾ ਕੋਈ ਰੂਪ ਰੇਖ ਹੀ ਨਹੀਂ। ਹਜ਼ੂਰ ਕਹਿੰਦੇ ਰੂਪ ਰੇਖ ਤੇ ਨਿਆਰਾ, ਜਿਹੜੇ ਰੇਖ ਸਾਡੇ ਚਿੰਨ੍ਹ ਨੇ ਨਾ, ਉਹਦੇ ਚਿੰਨ੍ਹ ਵੀ ਕੋਈ ਨਹੀਂ ਨਿਰਗੁਣ ਚ। ਰੂਪ ਰੇਖ ਤੇ ਨਿਆਰਾ ਉਹ ਰਹਿੰਦਾ ਨੇੜੇ ਹੈ, ਪਰ ਕਿਉਂ ਨਹੀਂ ਮੈਂ ਵੀ ਉਹਦੇ ਵਿੱਚ ਸ਼ਾਮਿਲ ਹਾਂ, ਕਿਉਂ ਨਹੀਂ ਕਾਬੂ ਹੁੰਦਾ? ਕਿਉਂਕਿ ਮਨ ਨੇ ਆਪਣੀ ਦੁਨੀਆਂ ਬੜੀ ਵਸਾਈ ਹੋਈ, ਉਹਦੇ ਨੇੜੇ ਜਾਂਦੇ ਹੀ ਥੱਲੇ ਨੂੰ ਭੱਜਦਾ। ਮਸਕੀਨ ਸਾਹਿਬ ਇਹ ਗੱਲ ਬੜੀ ਕੋਟ ਕਰਦੇ ਹੁੰਦੇ ਸਨ ਜਦੋਂ ਕਿਸੇ ਦੇ ਇਕੱਠੇ ਹੋਣਾ, ਇੰਡੀਆ ਵੀ ਇੱਥੇ ਇੰਗਲੈਂਡ ਵੀ, ਉਹ ਗੱਲ ਕਹਿੰਦੇ ਹੁੰਦੇ ਸਨ। ਕਹਿੰਦੇ ਸਨ ਵੀ ਸੁਰਤ ਨੂੰ ਉੱਚੀ ਚੁੱਕਣ ਲਈ ਜ਼ਿੰਦਗੀਆਂ ਲੱਗ ਜਾਂਦੀਆਂ ਨੇ, ਮੈਲੀ ਕਰਨ ਵਾਸਤੇ ਜ਼ਿੰਦਗੀ ਨਹੀਂ ਲੱਗਦੀ, ਇੱਕ ਗਲਤੀ ਨੂੰ ਧੋ ਕੇ ਰੱਖ ਦਿੰਦੀ, ਮੈਲੀ ਕਰ ਦਿੰਦੀ। ਉਦਾਹਰਨ ਕੀ ਦਿੰਦੇ ਸਨ ਕਿ ਟੈਂਕੀ 'ਤੇ ਪਾਣੀ ਚੜ੍ਹਨ ਵਾਸਤੇ ਪ੍ਰੈਸ਼ਰ ਥੱਲੇ ਦੇਣਾ ਪੈਂਦਾ ਹੈ, ਉੱਤੇ ਗਏ ਨੂੰ ਥੱਲੇ ਸੱਟਣ ਲੱਗਿਆਂ ਕਿਹੜੀ ਬਿਜਲੀ ਦੀ ਲੋੜ ਹੈ, ਬਸ ਟੂਟੀ ਖੋਲੀ ਅਤੇ ਗਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਆ ਕਿ ਭਾਈ ਹੈ ਨੇੜੇ, ਹੈ ਹਜ਼ੂਰ, ਕੱਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਓ। ਦੁੰਦਰ ਦਾ ਜਿਹੜਾ ਤੈਨੂੰ ਦੁਲੱਤੇ ਮਾਰਦਾ ਤੇਰਾ ਮਨ, ਇਹਨੂੰ ਘੁੱਟ ਕੇ ਬੰਨ ਇਹਦੀਆਂ ਲੱਤਾਂ ਤੇ, ਸੁੰਦਰ ਆਪੇ ਦੇ ਤਿਆਰ ਬਹਿ ਜਾਏ। ਦੁੰਦਰ ਬੰਧੋ ਸੁੰਦਰ ਪਾਓ, ਗੁਰੂ ਜੀ ਕਹਿ ਰਹੇ ਆ ਕਿ ਸੋ ਸਵਾਮੀ ਤੂੰ ਪਛਾਣੋ ਰੂਪ ਰੇਖ ਤੇ ਨਿਆਰਾ। ਅਖੀਰ ਤੇ ਹੈ ਪਾਵਨ ਨਾਮ ਜਗਤ ਮੈਂ ਹਰ ਕੋ, ਪਾਵਨ ਦਾ ਅਰਥ ਪਵਿੱਤਰ, ਨਾਮ ਦਾ ਅਸੀਂ ਜ਼ਿਕਰ ਕਰਕੇ ਆਏ। ਜਗਤ ਮੈਂ ਹਰ ਕੋ, ਜਗਤ ਦਾ ਅਰਥ ਸੰਸਾਰ, ਹਰ ਕੋ ਦਾ ਅਰਥ ਹਰੀ ਦਾ। ਕਹਿੰਦੇ ਇਸ ਜਗਤ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਪਵਿੱਤਰ ਕਰਨ ਵਾਲਾ, ਹੋਰ ਕਿਸੇ ਨੇ ਤੈਨੂੰ ਪਵਿੱਤਰ ਨਹੀਂ ਕਰਨਾ। ਇੱਥੋਂ ਤੱਕ ਤੂੰ ਬਾਹਰ ਦਾ ਇਸ਼ਨਾਨ ਕਰੀ ਜਾ, ਜਿੰਨੇ ਮਰਜ਼ੀ ਕਰਮ ਕੰਨ ਕਰੀ ਜਾ, ਨਾਮ 'ਚ ਇੰਨੀ ਤਾਕਤ ਹੈ ਕਿ ਕਈ ਜਨਮਾਂ ਦੀ ਮੈਲ ਨਾਮ ਖਿੰਨ ਵਿੱਚ ਕੱਟ ਕੇ ਆ ਜਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਇਹ ਮੈਲ ਧੋ ਦਿੰਦਾ ਹੈ। ਹਜ਼ੂਰ ਕਹਿ ਰਹੇ ਨੇ ਕਿ ਉਹ ਪਵਿੱਤਰ ਨਾਮ ਕਬੂ ਨਾ ਏ ਸੰਭਾਰਾ, ਨਾਮ ਦੀ ਕਦੀ ਤੂੰ ਸੰਭਾਲ ਹੀ ਨਹੀਂ ਕੀਤੀ। ਅਖੀਰ ਦੇ ਸਤਿਗੁਰੂ ਕਹਿੰਦੇ ਜੇ ਅੱਜ ਤੱਕ ਨਹੀਂ ਕੀਤੀ ਅੱਜ ਹੀ ਕਰ ਲੈ। ਨਾਨਕ ਸ਼ਰਨ ਪਰਿਉ ਜਗ ਬੰਧਨ, ਇਹਦਾ ਅਰਥ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਪ ਜੀ ਦੀ ਸ਼ਰਨ ਚ ਜਗ ਬੰਧਨ, ਬੰਧਨ ਦਾ ਅਰਥ ਹੈ ਨਮਸਕਾਰ, ਇਹ ਦੱਦੇ ਨਾਲ ਬੰਧਨ, ਬੰਧਨ ਨਹੀਂ। ਹੇ ਜਗਤ ਦੇ ਮਾਲਕ ਵਾਹਿਗੁਰੂ ਜੀ, ਮੈਂ ਤੈਨੂੰ ਨਮਸਕਾਰ ਕਰਕੇ ਤੇਰੀ ਸ਼ਰਨ 'ਚ ਆਇਆ, ਕਿਉਂਕਿ ਮੈਂ ਝੂਠ ਪਿੱਛੇ ਲੱਗ ਗਿਆ, ਤੂੰ ਕਿਰਪਾ ਕਰ ਮੈਨੂੰ ਆਪਣੇ ਨਾਲ ਜੋੜ, ਰੱਖੋ ਬਿਰਧ ਤੁਹਾਰਾ, ਤੇਰਾ ਬਿਰਧ ਹੈ ਜਿਹੜਾ ਤੇਰੀ ਸ਼ਰਨ 'ਚ ਡਿੱਗ ਪੈਂਦਾ, ਤੂੰ ਉਹਨੂੰ ਬਚਾ ਲੈਂਦਾ, ਇਹ ਤੇਰਾ ਸੁਭਾਗ ਹੈ। ਜਿਹਨੂੰ ਸਤਿਗੁਰੂ ਬਾਣੀ 'ਚ ਕਹਿੰਦੇ ਤੋ ਮੈਂ ਆਇਆ ਸ਼ਰਨੀ ਆਇਆ ਭਰੋਸਾ ਆਇਆ, ਵੇਖੋ ਕਿੱਡੀ ਵੱਡੀ ਗੱਲ ਹੈ। ਤੋ ਮੈਂ ਆਇਆ, ਮੈਂ ਤੇਰੇ ਕੋਲ ਆਇਆ, ਸ਼ਰਮੀ ਆਇਆ ਐਵੇਂ ਨਹੀਂ ਆ ਗਿਆ, ਭਰੋਸਾ ਆਇਆ, ਮੈਂ ਇਸ ਭਰੋਸੇ ਨਾਲ ਇਸ ਯਕੀਨ ਨਾਲ ਆਇਆ, ਕਿਰਪਾ ਆਇਆ ਤੇਰੇ ਦਰ ਤੇ ਮੱਥਾ ਟੇਕਣ ਆਇਆ, ਤੂੰ ਮੇਰੇ ਤੇ ਕਿਰਪਾ ਜ਼ਰੂਰ ਕਰ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਸੀ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਆਨੰਦ, ਆਨੰਦ ਬਣਾਏ ਅਨੇਕਾਂ ਬਣਾਏ। ਇਸ ਅਨੇਕਤਾ ਉੱਤੇ ਕੁਝ ਬੰਦਿਆਂ ਨੇ ਕਬਜ਼ਾ ਕਰ ਲਿਆ, ਭਾਵੇਂ ਸੁਪਰ ਪਾਵਰ ਕਹਿੰਦੇ ਜੋ ਜੋ ਮਰਜ਼ੀ ਕਹੋ। ਗੁਰੂ ਸਾਹਿਬ ਕਹਿੰਦੇ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਧਰਤੀ ਸੀ ਸਾਧਨਾ ਕਰਨ ਵਾਲੇ ਡਾਕੂਆਂ ਨੇ ਕਬਜ਼ਾ ਕਰ ਲਿਆ।
ਇਸ ਰੀਅਤ ਨਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਭ ਕੁਝ ਜਾਏਗਾ, ਨਾਮ ਨਹੀਂ ਜਾਏਗਾ, ਸ਼ਬਦ ਨਹੀਂ ਜਾਏਗਾ, ਤੁਸੀਂ ਨਾਮ 'ਚ ਜੁੜ ਜਾਓ, ਸਿੱਖੋ ਅਤੇ ਨਾਮ ਹੀ ਤੁਹਾਨੂੰ ਪਾਰ ਬ੍ਰਹਮ ਤੱਕ ਲੈ ਕੇ ਜਾਂਦਾ। ਨਾਮ ਪੌੜੀ ਹੈ, ਨਾਮ ਬੇੜੀ ਹੈ, ਨਾਮ ਤੁਲਾ ਹੈ, ਨਾਮ ਜਹਾਜ਼ ਹੈ। ਸੱਚ ਇਹ ਵੇ ਕਿ ਸਭ ਕੁਝ ਹੈ ਹੀ ਨਾਮ, ਨਾਮ ਤੋਂ ਬਿਨਾਂ ਕੁਛ ਨਹੀਂ। ਅਸੀਂ ਅਖੀ ਨਾਮ ਜਪਿਆ ਕਰੀਏ, ਸਤਿਗੁਰੂ ਕਿਰਪਾ ਕਰੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਮੈਂ ਪ੍ਰਬੰਧਕ ਜੀ ਨੂੰ ਤੁਹਾਡਾ ਧੰਨਵਾਦੀ ਹਾਂ। ਮੈਂ ਜਦੋਂ ਵੀ ਆਉਂਦਾ ਪਿਛਲੇ ਕਈ ਸਾਲਾਂ ਤੋਂ, ਆਪ ਜੀ ਮੈਨੂੰ ਇੱਥੇ ਕਥਾ ਕਰਨ ਵਾਸਤੇ ਅਵਸਰ ਪ੍ਰਦਾਨ ਕਰਦੇ ਹੋ। ਭਾਈ ਬੂਟਾ ਸਿੰਘ ਹੁਣੇ ਸਾਰੇ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ। ਸਮਾਂ ਜ਼ਿਆਦਾ ਹੋ ਗਿਆ ਅਤੇ ਖੋਈਆਂ ਫੁੱਲਾਂ ਬਖਸ਼ ਦੇਣੀਆਂ, ਬਾਕੀ ਕੱਲ੍ਹ ਨੂੰ ਫਿਰ ਆਪਾਂ ਇਹ ਨਾਮ ਜਾਪਾਂਗੇ। ਉੱਥੇ ਸਮਾਜ ਥੋੜ੍ਹਾ ਜਿਹਾ ਖੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।